ਕੱਢੀ ਆ ਮੈਂ ਕੀ ਹੈ ਮੈਂ ਜੋ ਕੱਢਿਆ ਬਈ ਉਹ ਕਣਕ ਪਾਈ ਫਿਰੇ ਉਹਦੇ 'ਚ ਮੈਂ ਉਹ ਕਣਕ ਮੈਂ ਕਿਹਾ ਜੀ ਇਹ ਤਾਂ ਕਣਕ ਹੈ ਕਹਿੰਦਾ ਜੀ 25 ਦਾਣੇ ਗਿਣੀ ਮੈਂ 25 ਦਾਣੇ ਗਿਣਤੇ ਕਹਿੰਦਾ ਆਹ ਕੂਤਰੀ ਨੂੰ ਦੇ ਦੇ ਮੈਂ ਕਿਹਾ ਬਈ ਮਤਲਬ ਦਿਨ ਤਾਂ ਦੇਖ ਲਾ ਤੂੰ ਕਿਹੜੇ ਹੈ ਮੈਂ ਚੌੜ ਤਾਂ ਨਹੀਂ ਕਰੀ ਜਾਂਦਾ ਕਹਿੰਦਾ ਤੂੰ 25 ਦਾਣੇ ਇਹਨੂੰ ਦੇ ਦੇ ਅਤੇ ਪਾਣੀ ਦੇ ਦੇ ਮੈਂ ਕਿਹਾ ਬਾਈ ਜੂਨ ਦਾ ਮਹੀਨਾ ਮਤਲਬ ਜੀ 25 ਦਾਣੇ ਮੈਂ ਇੱਥੋਂ ਗਣਾ ਕੇ ਕਬੂਤਰੀ ਨੂੰ ਦਵਾ ਤੇ ਇੱਕ ਨੂੰ ਪਾਣੀ ਦਵਾ ਤਾ ਓਲਾ ਮਾਰਤਾ ਸ਼ਾਮ ਨੂੰ ਬਾਈ ਗੁਰਮੀਤ ਦੀਆਂ ਜਿਹੜੀ ਇੱਕ ਸਾਦੀ ਖੇਡ 'ਤੇ ਸੀ ਇੱਕ ਸਾਡੀ ਦਾਣਿਆਂ ਵਾਲੀ ਖੇਡ 'ਤੇ ਸੀ ਅਸੀਂ ਜੂਨ ਦੇ ਮਹੀਨੇ ਵੀ ਕਣਕ ਦੇ ਕੇ ਬਾਜੀ ਛੱਡ ਦਿੰਦੇ ਹਾਂ ਅਸੀਂ ਜਿੱਤੇ ਹਾਂ ਮਤਲਬ ਜੂਨ ਦੇ ਮਹੀਨੇ 'ਚ ਬੜੀਆਂ ਬਾਜੀਆਂ ਜੂਨ 'ਚ ਮਈ 'ਚ ਵਾਧੂ ਜਿੱਤੇ ਹਾਂ ਜੀ ਕਣਕ ਦੇ ਕੇ ਮਤਲਬ ਉਹ ਸਾਡੇ ਪਾਣੀ ਦਾ ਸਿਸਟਮ ਹੈ ਬਾਈ ਸਾਡੇ ਕੋਲ ਤਰ੍ਹਾਂ ਤਰ੍ਹਾਂ ਦੇ ਪਾਣੀ ਹੈ ਉਸ ਹਿਸਾਬ ਨਾਲ ਪਾਣੀ ਲੱਗਦਾ ਜਿਹੜੀ ਤਾਂ ਸੀ ਸਾਡੀ ਮਤਲਬ ਸਾਦੀ ਖੇਡ 'ਤੇ ਉਹ ਤਾਂ ਸਾਡੀ 5:30 ਵਜੇ ਜਿੱਤੀ ਹਿੱਸੇ 'ਚ ਆ ਗਈ ਸਾਡਾ ਦੋ ਬਾਈ ਗੁਰਮੀਤ ਦੇ ਰਹਿ ਗਏ ਇੱਕ ਬੁੱਪ ਦਾ ਅਬਲਖਰਾਣੇ ਵਾਲੇ ਦਾ ਮਤਲਬ ਇੱਕ ਦੋ ਹੋਰ ਸੀ ਕਬੂਤਰ ਕਹਿੰਦੇ 5 ਕਬੂਤਰਾਂ ਦੀ ਬਾਈ ਸਾਂਝੀ ਹੋਈ ਸੀ ਬਾਈ ਗੁਰਮੀਤ ਹੋਰੀ ਇੱਥੋਂ ਪੈਸੇ ਲੈ ਕੇ ਲਾਲ ਬਾਈ ਪਹੁੰਚ ਗਏ ਸੀ 7 ਵਜੇ ਡਿੱਗੀ ਕਬੂਤਰੀ ਦਾਣੇ ਵਾਲੀ ਬਾਗ 'ਚ ਜਿਹਨੂੰ 25 ਦਾਣੇ ਦੇ ਕੇ ਕਣਕ 'ਤੇ ਜਾਂਦੀ ਨੂੰ ਛੱਡਿਆ ਸੀ ਹਾਂ ਮਤਲਬ ਜਿਹੜੀ ਸਾਡੀ ਖੇਡ ਹੈ ਗੱਗੇ ਵੀਰੇ ਮਤਲਬ ਸਾਡੇ ਕੋਲ ਕਈ ਟਾਈਪ ਦੇ ਪਾਣੀ ਹੈ ਅਸੀਂ ਕਣਕ ਦੇ ਕੇ ਬਾਜੀ ਛੱਡ ਲੈਂਦੇ ਹਾਂ ਹੁਣ ਮਤਲਬ ਇਹ ਪ੍ਰਧਾਨ ਦੇ ਘਰੋਂ ਕਬੂਤਰ ਸੀ ਸੁੱਖੇ ਤੋਂ ਇਹਨਾਂ ਦਾ ਕੋਈ ਮਤਲਬ ਬਾਹਰ ਸੀ ਕਿਸੇ ਕੰਮ 'ਚ ਅਤੇ ਮੈਂ ਫੋਨ ਕੀਤਾ ਮੈਂ ਕਿਹਾ ਮੈਂ ਕਬੂਤਰ ਨਾਲ ਦੇ ਪਿੰਡ ਬਾਜੀ ਹੈ ਮੈਂ ਕਬੂਤਰ ਛੱਡਣਾ ਹੈ ਇਹ ਮੈਨੂੰ ਕਹਿੰਦੇ ਉੱਡੀ ਜਾਂਦੇ ਤੂੰ ਛੱਡ ਲਾ ਮਤਲਬ 2 ਬਰਕੰਦੀ ਛੱਡਣੇ 1 ਤੂੰ ਛੱਡ ਲਾ ਚਲੋ ਜੀ ਉਹਦੇ ਗੇੜੇ ਪਵਾਏ ਅਤੇ ਮੈਂ ਮੁੰਡੇ ਨੂੰ ਭੇਜਿਆ ਇੱਕ ਨੂੰ ਮੈਂ ਕਿਹਾ ਆਹ ਬੈਠਾ ਜਿਹੜਾ ਮੁੰਡਾ ਮੈਂ ਮਤਲਬ ਇੱਥੇ ਮੇਰੇ ਕੋਲ ਘਰੇ ਕਬੂਤਰ ਸਾਂਭ ਦਿੰਦਾ ਜਦੋਂ ਮੈਂ ਨਾ ਆਵਾਂ ਇਹਨੂੰ ਮੈਂ ਕਿਹਾ ਕਬੂਤਰ ਤੂੰ ਜਾ ਅਤੇ ਕਬੂਤਰ ਸਾਂਭ ਉੱਥੇ ਇਹ ਗਿਆ ਜੀ ਇਹਨੇ ਕਬੂਤਰਾਂ ਨੂੰ ਚਲੋ ਉਡਾਏ ਉਡੂਏ ਦਾਣੇ ਦੂਣੇ ਪਾਏ ਇਹ ਮੈਨੂੰ ਫੋਨ ਕੀਤਾ ਵੀ ਬਾਈ ਮੈਂ ਕਿਵੇਂ ਕਰਾਂ ਮੈਂ ਤੂੰ ਕਬੂਤਰਾਂ ਇੰਨੇ ਬਦਾਮ ਦੇ ਦੇ ਐਂ ਪਾਣੀ ਤਾਂ ਨਹੀਂ ਲਾ ਐਂ ਸਾਂਭ ਚਲੋ ਜਿਹਨੇ ਸਾਂਭਿਆ ਅਗਲੇ ਦਿਨ ਇਹ ਕਬੂਤਰ ਲੈ ਕੇ ਬਾਜੀ 'ਤੇ ਆ ਗਿਆ ਇਹ ਮੈਨੂੰ ਕਹਿੰਦਾ ਬਾਈ ਕਿਵੇਂ ਕਰਾਂ ਮੈਂ ਉਹਨੂੰ ਕਿਹਾ ਵੀ 20 ਦਾਣੇ ਕਣਕ ਦੇ 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 ਇਹ ਮੈਨੂੰ ਕਹਿੰਦਾ ਬਾਈ ਦੇ ਦੇ ਮਤਲਬ 20 ਦਾਣੇ ਦੇ ਕੇ ਪਾਣੀ ਦੇ ਦਾ ਛੱਡਤਾ ਸ਼ਾਮ ਨੂੰ ਜੀ 5:40 'ਤੇ ਮਤਲਬ 3 ਕਬੂਤਰ ਰਹਿ ਗਏ ਮੈਨੂੰ ਕਹਿੰਦੇ ਵੀ ਬਾਜੀ ਕਰ ਲਾ ਮੈਂ ਕਿਹਾ ਵੀ ਮੈਂ ਕਰਦਾ ਨਹੀਂ ਤੁਸੀਂ ਕਰ ਲਓ ਫੁੱਲੋ ਮਿੱਠੀ ਬਾਜੀ ਸੀ ਨਾਲ ਉੱਥੇ 2 ਕਬੂਤਰਾਂ ਦੀ ਬਾਜੀ ਹੋ ਗਈ ਜੀ 1 ਕਬੂਤਰ ਸਾਡਾ ਬਾਹਰ ਕੱਢਤਾ ਜਦੋਂ ਮੈਂ ਜਵਾਬ ਦਿੱਤਾ ਜੋ ਬਾਹਰ ਕੱਢਤਾ ਉਹਨਾਂ ਨੇ ਜੀ ਕਿੱਥੇ ਉੱਪੜਨਾ ਸਾਡਾ ਕਬੂਤਰ ਮਤਲਬ ਕੇਰਾ ਮਤਲਬ ਦਾਣੇ ਵਾਲੀ ਖੇਡ 'ਤੇ ਜਦੋਂ ਉਹਨੇ ਮੰਦਾ ਹੋਣਾ ਮਤਲਬ 5 ਵਜੇ ਹੋ ਜਾਵੇ 4 ਵਜੇ ਹੋ ਜਾਵੇ ਕੇਰਾ ਆਉਣਾ ਉਦੋਂ ਬਾਅਦ ਉਹਨੇ ਚਿੜੀਆਂ ਫੜਨਾ ਉਹ ਜਦੋਂ ਕੇਰਾ ਆਇਆ ਮੰਦਾ ਹੁਣ ਉਹਨੇ ਦੋਵਾਂ ਨੇ ਬਾਜੀ ਕਰੀ ਮਤਲਬ ਮੈਂ ਜਵਾਬ ਦਿੱਤਾ ਉਹ ਦੋਵੇਂ ਬਹਿ ਗਏ ਜੀ ਆਪਣਾ ਇਕੱਲਾ ਕਬੂਤਰ ਜਿੱਤਿਆ ਪਿੰਡ ਫੁੱਲੋ ਮਿੱਟੀ ਮਤਲਬ ਬੱਚੇ ਨੇ ਸਾਂਭੇ ਮਤਲਬ ਪਾਣੀ ਵੀ ਕਈ ਤਰ੍ਹਾਂ ਦੇ ਸਾਡੇ ਕੋਲ ਪਾਣੀ ਹੈ ਸਾਡੀ ਖੇਡ ਹੈ ਜਿਹੜੀ ਮਤਲਬ ਮੈਂ ਤੁਹਾਡੇ ਚੈਨਲ ਦੇ ਥਰੂ ਹੋਰ ਨੂੰ ਕਹਿਣਾ ਵੀ ਸਾਡੀ ਰੀਸ ਨਾਲ ਕੋਈ ਹੋਰ ਨਾ ਦਾਣੇ ਦੇ 11 ਵਜੇ ਛੱਪੜ 'ਚ ਬਹਿ ਜੂਗਾ ਮਤਲਬ ਇਹ ਪਾਣੀ ਹੈ ਜਿਹੜਾ ਪਾਣੀ ਦੀ ਬਦੌਲਤ ਉੱਡਦਾ ਕਿਤੇ ਸਾਡੀ ਰੀਸ ਨਾਲ ਭੁੱਖਾ ਕਬੂਤਰ ਜ਼ਿਆਦਾ ਜਾਂਦਾ ਭਾਈ ਪਾਣੀ 'ਤੇ ਜਾਂ ਰੱਜਿਆ ਦੇਖੋ ਜੀ ਗੱਲ ਇਹ ਹੈ ਵੀ ਜਿਹੜੀ ਪਾਣੀ ਦੀ ਕਰਾਮਾਤ ਹੈ ਜੇ ਤਾਂ ਤੁਹਾਡੇ ਕੋਲ ਪਾਣੀ ਹੈ ਸਹੀ ਮਤਲਬ ਫਿਰ ਤਾਂ ਜਿਹੜਾ ਕਬੂਤਰ ਹੈਗਾ ਥੋੜ੍ਹਾ ਜਿਹਾ ਰੱਜਿਆ ਉਹ ਸੱਟ ਮਾਰੂਗਾ ਸਾਡੇ ਕਹਿਣ ਦੇ ਮੁਤਾਬਕ ਲਿਓ ਬਾਈ ਜੀ ਤੂੰ ਹਾਂ ਉਹਨੂੰ ਕੋਈ ਉੱਪੜੂ ਨਾ ਜੇ ਥੋੜ੍ਹਾ ਜਿਹਾ ਉੱਤੇ ਹੈ ਜਾਂ ਤਾਂ ਉਹਨੇ ਸਭ ਤੋਂ ਪਹਿਲਾਂ ਬੈਠਣਾ ਹੈ ਜਾਂ ਉਹਨੇ ਫਿਰ ਕਿਸੇ ਨੂੰ ਪੱਲਾ ਨਹੀਂ ਫੜਾਉਣਾ ਜੇ ਪਾਣੀ ਚੰਗਾ ਹਾਂ ਜੇ ਪਾਣੀ ਚੰਗਾ ਜੇ ਹੁਣ ਜਿਵੇਂ ਹੁਣ ਮੰਨ ਲਓ ਮੈਂ ਤੁਹਾਨੂੰ ਗੱਲ ਦੱਸੀ ਹੈ ਮੇਰੀ ਇਸ ਨਾਲ ਕੋਈ ਮੁੰਡਾ ਹੋਰ ਇੱਥੇ ਮਤਲਬ 20-25 ਦਾਣੇ ਕਣਕ ਦੇ ਮੈਂ ਤੁਹਾਨੂੰ ਕਹੀ ਨਾ ਵੀ 11 ਵਜੇ ਟੋਭੇ 'ਚ ਬਹਿ ਜੂਗਾ ਠੀਕ ਹੈ ਮਤਲਬ ਪਾਣੀ ਹੈ ਪਾਣੀ ਦਾ ਵੀ ਸਿਸਟਮ ਹੈ ਫਿਰ ਅਸੀਂ ਕਣਕ ਦਾ ਵੀ ਰਾਤ ਨੂੰ 2-3 ਵਾਰੀ ਟ੍ਰੀਟਮੈਂਟ ਕਰਦੇ ਹਾਂ ਜਿਹੜੀ ਉਹਨੂੰ ਦੇਣੀ ਹੈ ਸਵੇਰੇ ਠੀਕ ਹੈ ਭੁੱਖਾ ਵੀ ਵਗ ਜਾਂਦਾ ਬਾਈ ਪਾਣੀ ਦੇ ਕਬੂਤਰ ਟੋਭੇ 'ਚ ਭੁੱਖਾ ਵਗ ਜਾਂਦਾ ਨਹੀਂ ਭੁੱਖਾ ਕਬੂਤਰ ਪਾਣੀ 'ਚ ਨਾ ਜਾਊ ਕਬੂਤਰ ਹਮੇਸ਼ਾ ਜਦੋਂ ਪਾਣੀ 'ਤੇ ਜਾਊਗਾ ਰਿਹਾਸ਼ਾ ਕਬੂਤਰ ਜਾਊਗਾ ਠੀਕ ਹੈ ਹਾਂ ਜੇ ਕੋਈ ਕਵੇ ਵੀ ਮੈਂ ਭੁੱਖੇ ਨਾਲ ਸੱਟ ਮਾਰ ਦੂੰਗਾ ਇਕੱਲਾ ਜਿੱਤ ਲੂੰਗਾ ਜਾਂ ਮੈਂ ਵਿਅਥ ਪਾ ਦੂੰਗਾ ਭੁੱਖੇ ਨਾਲ ਵੀ ਨਹੀਂ ਪਾ ਸਕਦਾ ਜਿਹੜੀ ਸਾਨੂੰ ਖੇਡ ਮਨਜ਼ੂਰ ਹੈ ਸਾਨੂੰ 5 ਹਾਰਨੀਆਂ ਮਨਜ਼ੂਰ ਹੈ 1 ਜਿੱਤ ਕੇ ਆਉਣੀ ਇਕੱਲਿਆਂ ਨੇ ਉਹ ਸਾਨੂੰ ਚੰਗੀ ਲੱਗਦੀ ਉਹ ਅਸੀਂ ਤਾਂ ਜਿੱਤਦੇ ਹਾਂ ਕਿਉਂਕਿ ਅਸੀਂ ਜਿਹੜੀ ਖੁਰਾਕ ਪਾਣੀ ਹੈ ਉਹ ਵੱਧ ਰੱਖਦੇ ਹਾਂ ਕਿੰਨੇ ਕੁ ਬਦਾਮ ਬਈ ਜ਼ਿਆਦਾਤਰ ਕਿੰਨੇ ਕੁ ਲੱਗਣੇ ਚਾਹੀਦੇ ਕਬੂਤਰ ਨੂੰ ਜਾਇਜ਼ ਗੱਲ ਗੱਗੀ ਵੀਰ ਇਹ ਹੈ ਵੀ ਜਿਹੜੇ ਤਾਂ ਮੰਨ ਕੇ ਚਲੋ ਜਦੋਂ ਸ਼ੁਰੂਆਤ 'ਚ ਮਤਲਬ ਬਾਜੀਆਂ ਉੱਡਦੀਆਂ ਸ਼ੁਰੂਆਤ 'ਚ ਬਾਜੀਆਂ ਉੱਡਦੀਆਂ ਬਾਰਿਸ਼ ਮਿੰਟ ਤੋਂ ਪਹਿਲਾਂ ਖੁਸ਼ਕ ਹੋ ਜਾਂਦੇ
ਉਦੋਂ ਅਸੀਂ ਜ਼ਿਆਦਾ ਨਹੀਂ ਰੱਖਦੇ, ਉਦੋਂ ਅਸੀਂ ਤਿੰਨ ਬਦਾਮਾਂ ਤੋਂ ਥੱਲੇ ਥੱਲੇ ਖੇਡ ਰੱਖਦੇ ਹਾਂ, ਮਤਲਬ ਦੋ ਲਾ ਲਏ, ਢਾਈ ਲਾ ਲਏ, ਤਿੰਨ ਲਾ ਲਏ, ਉਹਦੇ ਨਾਲ ਮਤਲਬ ਬਕਾਇਦਾ ਸਾਡਾ ਉਹੋ ਜਿਹਾ ਪਾਣੀ ਹੁੰਦਾ, ਉਹ ਘਾਟ ਵੱਧ ਕਰ ਲੈਂਦੇ ਹਾਂ, ਹਾਂ ਉਹੋ ਜਿਹਾ ਪਾਣੀ ਹੁੰਦਾ। ਜਾਂ ਸਾਡੀ ਮੇਨ ਸਾਡੀ ਆਲੂ ਬੁਖਾਰੇ ਵਾਲੀ ਖੇਡ ਹੁੰਦੀ ਹੈ, ਠੀਕ ਹੈ, ਜੇ ਮੀਂਹ ਪੈ ਗਿਆ ਹਵਾ 'ਚ ਬਣ ਗਈ ਨਮੀ, ਫਿਰ ਸਾਡੀ ਖੇਡ ਬਦਲ ਜਾਂਦੀ ਹੈ, ਠੀਕ ਹੈ, ਹੁਣ ਸੀ ਜਿਵੇਂ ਹੁਣ ਹੈ ਜਿਵੇਂ, ਹਾਂ ਜਿਵੇਂ ਹੁਣ ਦਿਨ ਉੱਡੀ ਉੱਡੀ ਜਾਂਦੇ ਆ, ਜਿੱਦਾਂ ਹੁਣ ਬਾਜ਼ੀਆਂ ਹੋਈ ਜਾਂਦੀਆਂ, ਉਦੋਂ ਰਸਮ ਇਸੇ ਦਿਨਾਂ 'ਚ ਸਾਡੀ ਹੋਰ ਖੇਡ ਹੋ ਜਾਂਦੀ, ਮਤਲਬ ਸਾਡੇ ਕੋਲ ਮਤਲਬ ਅਸੀਂ ਆਲੂ ਬੁਖਾਰੇ ਦੀ ਗੇਮ ਵੀ ਬਾਬੇ ਮਿੱਟ ਨੇ ਤਿਆਰ ਕਰੀ ਵੀ ਆ, ਜਾਂ ਉਦੋਂ ਬਾਅਦ ਬਾਈ ਗਰਮੀਤ ਦੀ ਕਾਢ ਕੱਢੀ ਵੀ ਆ? ਨਹੀਂ ਜੀ, ਇਹ ਆਲੂ ਬੁਖਾਰੇ ਦੀ ਖੇਡ ਦੇ ਬਾਰੇ ਆਪਾਂ ਨੂੰ ਦੇਖੋ ਪਤਾ, ਮਤਲਬ ਇਹ ਪੁਰਾਣੀ ਚੱਲੀ ਆਉਂਦੀ ਹੈ ਬਾਬੇ ਮਿੱਟ ਦੀ ਹੋਈ ਹੈ ਵੀ, ਜਿਹੜਾ ਭੱਖੜਾ ਦੇ ਨਾਲ ਭੱਖੜਾ ਦਿੰਦੇ ਸੀ ਪੁਰਾਣੇ ਟਾਈਮ, ਭੱਖੜੇ ਨੂੰ ਠੰਡਾ ਗਿਣਿਆ ਜਾਂਦਾ ਸੀ, ਉਹ ਮੈਂ ਜਿਹੜੀ ਮਤਲਬ ਬਾਈ ਗਰਮੀਤ ਦੇ ਮੂੰਹੋਂ ਗੱਲ ਸੁਣੀ ਹੈ, ਮਤਲਬ ਕੋਈ ਜੋਗੀ ਆਇਆ ਬਾਬੇ ਮਿੱਟ ਦੇ ਘਰੇ, ਜੋਗੀ ਆਇਆ ਅਤੇ ਮਤਲਬ ਉਹ ਬਾਬੇ ਮਿੱਟ ਨੇ ਉਹਨੂੰ ਕੋਈ ਗੱਲ ਦੱਸੀ ਵੀ ਇੱਦਾਂ ਇੱਦਾਂ ਕਰਕੇ ਮੈਨੂੰ ਕੋਈ ਦਿੱਕਤ ਹੈ, ਉਹ ਕਹਿੰਦਾ ਵੀ ਤੇਰੇ ਅੰਦਰ ਗਰਮੀ ਹੈ ਮੇਦੇ 'ਚ, ਵੀ ਜਿਹੜੀ ਮੇਦੇ ਦੀ ਗਰਮੀ ਹੈ ਜਾਂ ਅੰਦਰ ਦੀ ਗਰਮੀ ਹੈ ਬੰਦੇ ਦੇ ਸਰੀਰ ਆਂਤੜੀਆਂ ਦੀ, ਆਂਤੜੀਆਂ ਦੀ, ਉਹ ਭੱਖੜਾ ਕੱਢੂਗਾ ਠੰਡਾ, ਵੀ ਤੂੰ ਭੱਖੜਾ ਲਿਆਇਆ ਕਰ, ਉਹਨੂੰ ਕੁੱਟਿਆ ਕਰ ਅਤੇ ਲਾਇਆ ਕਰ, ਮਤਲਬ ਉਹਨਾਂ ਨੇ ਜੀ ਭੱਖੜਾ ਲਿਆਂਦਾ, ਕੁੱਟਿਆ, ਆਪ ਲਿੱਤੀ ਦਵਾਈ, ਆਪ ਸੈੱਟ ਹੋਏ, ਫਿਰ ਉੱਥੋਂ ਭੱਖੜਾ ਕੂਤਰਾਂ ਦੇਣ ਲੱਗੇ। ਅੱਜ ਦੇ ਟਾਈਮ ਕਿਸੇ ਬੰਦੇ ਨੂੰ ਮਤਲਬ ਜੇ 100 ਕੂਤਰ ਵਾਜ ਆ ਤਾਂ 10 ਨੂੰ ਪਤਾ ਹੋਊਗਾ ਭੱਖੜੇ ਵਾਲੀ ਖੇਡ ਬਾਰੇ, ਹਰੇਕ ਬੰਦੇ ਨੂੰ ਪਤਾ ਨਹੀਂ, ਪਾਣੀ ਦੇ ਹੀ ਵਾਜ ਜਾਂਦਾ ਬਾਈ ਭੱਖੜੇ ਦੀ ਖੇਡ, ਭੱਖੇ ਵੀ ਲੱਗ ਜਾਂਦੀ ਹੈ ਉਹ ਭੱਖੜਾ, ਮਤਲਬ ਭੱਖੜੇ ਵਾਲੀ ਖੇਡ ਆ ਜਿਹੜੀ ਉਹ ਬਾਬੇ ਮਤਲਬ ਮਿੱਟ ਨੇ ਮਤਲਬ ਜਿਹੜੀ ਦੱਸਣ ਦੀ ਗੱਲ ਹੈ ਉਹ ਤਿਆਰ ਕਰੀ ਹੈ। ਆਲੂ ਬੁਖਾਰੇ ਵਾਲੀ ਖੇਡ ਬਾਰੇ ਆਪਾਂ ਨੂੰ ਪਤਾ ਨਹੀਂ, ਮਤਲਬ ਵੀ ਇਹ ਕਿੱਥੋਂ ਤਿਆਰ ਹੋਈ ਹੈ, ਕਿਵੇਂ ਹੋਈ ਹੈ, ਆਪਾਂ ਵਰਤਦੇ ਜ਼ਰੂਰ ਹੈ। ਹਾਂ ਭੱਖੜਾ ਬਾਈ ਨੇ ਦੱਸੀ ਹੈ, ਸਹੀ ਗੱਲ ਹੈ, ਇਹ ਭੱਖੜੇ ਦੀ ਗੇਮ ਬਹੁਤ ਘੱਟ ਬੰਦੇ, ਪਰ ਭੱਖੜੇ ਦੀ ਗੇਮ ਇਹੋ ਜਿਹੀ ਆ ਜੇ ਕਿਤੇ ਗਲਤ ਹੋ ਜਾਵੇ ਕਬੂਤਰੇ ਤਾਂ ਪਾਣੀ 'ਤੇ ਵਾਲਾ ਜਾਂਦਾ, ਵੀ ਆਪਦਾ ਦੇਖ ਕੇ ਜੇ ਤੁਹਾਡੇ ਕੋਲ ਹੈਗੀ ਹਿਸਾਬ ਕਿਤਾਬ ਤਾਂ ਪੰਗਾ ਲਿਓ, ਕਿਤੇ ਆਪਦੇ ਵਾਲੇ ਪਾਣੀ ਦੇ ਵਿੱਚ ਕੁੱਟ ਕੇ ਦੋ ਤੋਲੇ ਭੱਖੜੇ 'ਚ ਰੱਖ ਲਓ, ਵੀ ਆਪਦੇ ਵਾਲਾ ਪਾਣੀ ਵੀ ਖਰਾਬ ਕਰ ਲਓ, ਬਹੁਤ ਭੈੜੀ ਚੀਜ਼ ਆ ਇਹ ਭੱਖੜਾ, ਇਹ ਪਾਣੀ 'ਤੇ ਵੀ ਲੈ ਜਾਂਦਾ ਕਬੂਤਰ ਨੂੰ। ਅਤੇ ਬਾਈ ਜੇ ਇੱਕ ਆਪਾਂ ਹੋਰ ਗੱਲ ਕਰਦੇ ਹਾਂ ਵੀ ਜਿਵੇਂ ਆਪਾਂ ਕਬੂਤਰ ਕੱਢਦੇ ਹਾਂ, ਹਾਂਜੀ, ਜਿਵੇਂ ਮੰਨ ਕੇ ਚੱਲੋ ਵੀ ਕਬੂਤਰ ਆਪਾਂ ਬੰਦ ਕਰ ਲਏ ਸਿਆਲੋ ਸਿਆਲ ਖੁਰਾਕ ਪਾਈ, ਜਦੋਂ ਕੱਢਦੇ ਹਾਂ ਉਦੋਂ ਗੁੜ ਲਾਉਣਾ ਚਾਹੀਦਾ ਜਾਂ ਆਈ ਕਬੂਤਰ ਚਲਾਉਣੇ ਚਾਹੀਦੇ ਆਪਾਂ ਨੂੰ? ਦੇਖੋ ਜੀ, ਗੱਲ ਇਹ ਹੈ ਵੀ ਜਿਹੜਾ ਸਾਡਾ ਮੰਨਣਾ ਹੈ ਵੀ ਕਬੂਤਰ ਜਦੋਂ ਆਪਾਂ ਬੱਚੇ ਖਿਜਾ ਲਏ, ਮਤਲਬ ਬੱਚਿਆਂ ਨੂੰ ਪੰਜ ਚਾਰ ਅਡਾਈਆਂ ਘਰੇ ਹੋਣੀਆਂ ਜ਼ਰੂਰੀ ਹੈ, ਪੰਜ ਚਾਰ ਅਡਾਈਆਂ ਕਰਾਓ, ਪੰਜ ਚਾਰ ਅਡਾਈਆਂ ਕਰਾ ਕੇ ਬੱਚਿਆਂ ਨੂੰ ਬੰਦ ਕਰੋ, ਜਦੋਂ ਬੱਚਿਆਂ ਨੂੰ ਮਤਲਬ ਬੰਦ ਹੈ ਉਦੋਂ ਚੰਗੀ ਖੁਰਾਕ ਪਾਓ, ਮਤਲਬ ਜਿਹੜੀ ਜਿਹੜੀ ਅਸੀਂ ਖੁਰਾਕ ਪਾਉਂਦੇ ਹਾਂ ਸਾਡਾ, ਮਤਲਬ ਮੈਨੂੰ ਬਾਈ ਗੁਰਮੀਤ ਨੇ ਦੱਸਿਆ, ਇੱਕ ਤਾਂ ਉਹਨੇ ਮੈਨੂੰ ਇਹ ਗੱਲ ਦੱਸੀ ਹੈ ਵੀ ਸਿਆਲ ਦੇ ਵਿੱਚ ਕਿੰਨਾ ਮਰਜ਼ੀ ਗੂੜਾ ਸਿਆਲ ਹੈ, ਜਿੰਨੀ ਮਰਜ਼ੀ ਠੰਡ ਪੈਂਦੀ ਆ, ਕੋਹਰਾ ਪੈਂਦਾ, ਕਬੂਤਰਾਂ ਦੇ ਖੁੱਡੇ ਦੀ ਜਾਲੀ ਬੰਦ ਨਹੀਂ ਕਰਨੀ, ਲੋਕ ਪੱਲੀਆਂ ਲਾ ਆਉਂਦੇ ਆ, ਲੋਕ ਖੁੱਡੇ ਸਾਫ ਰੱਖਦੇ ਆ, ਮੈਨੂੰ ਉਹਨੇ ਇਹ ਗੱਲ ਕਹੀ ਹੈ ਵੀ 10ਵੇਂ ਮਹੀਨੇ ਤੋਂ ਲਾ ਕੇ ਅਤੇ ਪਹਿਲੇ ਮਹੀਨੇ ਤੱਕ ਖੁੱਡਾ ਸਾਫ ਨਹੀਂ ਕਰਨਾ, ਨਹੀਂ ਕਰਨਾ ਚਾਹੀਦਾ ਅੰਦਰੋਂ, ਸਹੀ ਹੈ, ਠੀਕ ਹੈ, ਖੁੱਡੇ ਦੇ ਅੰਦਰ ਬਿੱਠਾਂ ਰਹਿਣ, ਖੁੱਡੇ ਦੇ ਅੰਦਰ ਜਾਲੀ ਨਹੀਂ ਲਾਉਣੀ, ਜਦੋਂ ਖੁੱਡੇ ਦੇ ਅੰਦਰ ਬਿੱਠਾਂ ਰਹਿਣੀਆਂ, ਬਿੱਠਾਂ ਦੀ ਆਟੋਮੈਟਿਕ ਕਰਮੈਸ ਬਣਦੀ ਹੈ, ਕਰਮੈਸ ਬਣ ਕੇ ਕਬੂਤਰ ਸੈੱਟ ਰਹਿੰਦੇ ਆ, ਫਿਰ ਉਹ ਮੈਨੂੰ ਕਹਿੰਦਾ ਜਿਹੜੇ ਕਬੂਤਰਾਂ ਨੇ ਦਾਣੇ ਸਾਫ ਪਾਲੋ, ਹਾਂ ਦਾਣੇ ਚੰਗੀਆਂ ਚ ਪਾਲੋ, ਉਹ ਪਾਲੋ ਜਦੋਂ ਖਾ ਲਿਓ ਉਦੋਂ ਚੱਕ ਦੋ ਬਸ, ਮਤਲਬ ਲੋਕ ਸਾਫ ਰੱਖਦੇ ਆ, ਸਾਡਾ ਮਤਲਬ ਇਹ ਹੈ ਵੀ 10ਵੇਂ ਮਹੀਨੇ ਤੋਂ ਲਾ ਕੇ, ਸਹੀ ਹੈ ਬਾਈ, ਤੇ ਪਹਿਲੇ ਮਹੀਨੇ ਤੱਕ ਅਸੀਂ ਖੁੱਡਾ ਸਾਫ ਨਹੀਂ ਕਰਦੇ, ਬਿੱਠਾਂ ਵਿੱਚ ਰਹਿੰਦੀਆਂ, ਸਹੀ ਹੈ, ਚਾਹੇ ਸਾਡੇ ਗੇਟ ਗੇਟ ਚੜ੍ਹ ਜਾਣ, ਚਾਹੇ ਦੋ ਗੇਟਾਂ ਚੜ੍ਹ ਜਾਣ, ਹਾਂ, ਉਦੋਂ ਬਾਅਦ ਉਹਨੇ ਮੈਨੂੰ ਇਹ ਗੱਲ ਦੱਸੀ ਹੈ ਵੀ ਜਾਲੀ ਬੰਦ ਨਹੀਂ ਕਰਨੀ ਖੁੱਡਿਆਂ ਦੀ, ਚਾਹੇ ਉਡਾਉਣ ਵਾਲੇ ਆ ਚਾਹੇ ਬੱਚਿਆਂ ਵਾਲੇ ਆ, ਉਹ ਕਹਿੰਦਾ ਜਿਹੜੇ ਕਬੂਤਰ ਸਾਲੇ ਠੰਡ ਨਹੀਂ ਝੱਲ ਸਕਦੇ ਉਹਨਾਂ ਨੇ ਗਰਮੀ ਕੀ ਸਵਾਹ ਝੱਲਣੀ, ਜਿਹੜੇ ਜਿੰਨੀ ਠੰਡ ਝੱਲਣਗੇ, ਠੰਡ 'ਚ ਰਹਿਣਗੇ, ਉਨੇ ਕਬੂਤਰ ਗਰਮੀ 'ਚ ਕਾਮਯਾਬ ਹੋਣਗੇ, ਜੇ ਤੁਸੀਂ ਬੋਰੀਆਂ ਲਾਓਗੇ ਖੁੱਡਿਆਂ ਦੇ, ਜਾਲੀਆਂ ਬੰਦ ਕਰੋ, ਤਾਂ ਤੁਹਾਡੇ ਕਬੂਤਰ ਜਦੋਂ ਤੁਸੀਂ ਮਤਲਬ ਅਪ੍ਰੈਲ 'ਚ ਕੱਢੋਗੇ ਉਹਨਾਂ ਨੇ ਹਲਕਾ ਟੜ ਟੜ ਬੈਠਣਾ ਜੇ ਠੰਡ ਤੋਂ ਬਚਾ ਕੇ ਰੱਖੋਗੇ, ਮਤਲਬ ਇਹ ਐਡੀ ਕਰੜੀ ਚੀਜ਼ ਹੈ, ਕੋਈ ਇਹ ਠੰਡ ਨਹੀਂ, ਸਰੀਰ ਨੂੰ ਤਕੜਾ ਰੱਖਣਾ, ਹਾਂ ਮਤਲਬ ਇਹ ਸਾਡੇ ਦੱਸਣ ਆਪਦਾ ਟੈਂਪਰੇਚਰ ਤਾਂ ਬਹੁਤ ਹੁੰਦਾ, ਗੋਲੇ ਆਪਾਂ ਦੇਖਦੇ ਹਾਂ ਬਾਈ ਮੀਂਹ 'ਚ ਵੀ ਫਿਰਦੇ ਰਹਿੰਦੇ, ਗੋਲੇ ਬਰਫ਼ 'ਚ ਵੀ ਇੱਕ ਤਰ੍ਹਾਂ ਦੇ ਫਿਰਦੇ ਆ, ਸ਼੍ਰੀ ਅਮਰਨਾਥ ਜੀ ਆਪ ਦੇਖਿਆ ਡਾਰਾਂ ਦੀਆਂ ਡਾਰਾਂ ਫਿਰਦੀਆਂ ਉੱਥੇ, ਹਾਂਜੀ ਬਾਈ, ਦਿਲ ਉੱਥੇ ਬਰਫ਼ ਕਿੰਨੀ ਪੈਂਦੀ ਆ, ਜਾ ਕੇ ਆਇਆ ਉੱਥੇ, ਉੱਥੇ ਕਹਿੰਦੇ ਚਿੱਟੇ ਕਬੂਤਰ ਰਹਿੰਦੇ ਦੋ, ਉੱਥੇ ਦੋ ਨਹੀਂ ਹੈਗੇ, ਉੱਥੇ ਕਈ ਕਬੂਤਰ ਨੇ ਵੱਗ ਹੀ ਫਿਰਦਾ ਉੱਥੇ, ਹਾਂਜੀ ਬਾਈ, ਇੰਨੀ ਠੰਡ 'ਚ ਰਹੀ ਜਾਂਦੇ ਆ ਨਾ ਇਹ, ਹਾਂਜੀ ਬਾਈ, ਹਾਂਜੀ, ਅਤੇ ਇੱਕ ਬਾਈ ਆਪਾਂ ਹੋਰ ਗੱਲ ਕਰਦੇ ਹਾਂ ਵੀ ਮੰਨ ਕੇ ਚੱਲੋ ਵੀ ਆਪਾਂ ਜਦੋਂ ਕਬੂਤਰ ਕੱਢ ਲਏ, ਹਾਂਜੀ, ਠੀਕ ਆ, ਵੀ ਉਦੋਂ ਜਿਹੜੀ ਆਪਾਂ ਸਟਾਰਟਿੰਗ ਪੁਆਇੰਟ ਸੀ ਵੀ ਉਦੋਂ ਗੁੜ ਲਾ ਕੇ ਡਾਈਆਂ ਕਰਾਉਣੀਆਂ ਜਾਂ ਇਹਨੂੰ ਆਈ ਚਲਾਉਣਾ ਗਾ, ਜਿੰਨੀਆਂ ਡਾਈਆਂ ਪਵਾਉਣੀਆਂ ਉਹਨੂੰ ਆਈ ਡਾ ਲੈਂਦੇ ਆ ਵੀ ਆਪੇ ਚੱਲਣਗੇ? ਦੇਖੋ ਜੀ, ਇਹ ਗੱਲ ਇਹ ਹੈ ਵੀ ਜਦੋਂ ਤੁਸੀਂ ਕਬੂਤਰ ਕੱਢਣ ਲੱਗ ਗਏ, ਮਤਲਬ ਚਲੋ ਲੋਕਾਂ ਦਾ ਸਿਸਟਮ ਹੋਰ ਤਰ੍ਹਾਂ ਦਾ ਹੋਣਾ, ਜਿਹੜੀ ਅਸੀਂ ਆਪਦੀ ਗੱਲ ਦੱਸ ਰਹੇ ਹਾਂ, ਅਸੀਂ
ਅਸੀਂ ਮਤਲਬ ਜਦੋਂ ਜਿਹੜੇ ਫਰਸਾ ਕਬੂਤਰ ਹੋ ਗਏ ਉਹਨਾਂ ਨੂੰ ਜਾਲਾਂ 'ਚ ਪਾਉਣ ਲੱਗ ਜਾਂਦੇ, 10-15 ਦਿਨ ਜਾਲਾਂ 'ਚ ਪਾਏ, 10-15 ਦਿਨਾਂ ਬਾਅਦ ਜਾਲਾਂ 'ਚ ਪਾਏ, ਛੱਡਣ ਲੱਗ ਜਾਂਦੇ ਮਤਲਬ ਜਿੱਦੇ ਪਹਿਲੇ ਦਿਨ ਉੱਡ ਕੇ ਆਇਆ ਆਏ ਨੂੰ ਚਲੋ ਜੀ ਗੁੜ ਦਿੰਦੇ ਹਾਂ ਅਸੀਂ, ਕਿੰਨਾ ਮਤਲਬ ਛੋਲਿਆਂ ਦੇ ਦਾਣੇ ਜਿੰਨਾ ਗੁੜ ਦੇ ਦਿੰਦੇ ਹਾਂ, ਉਹ ਤੋਂ ਉੱਡ ਕੇ ਆਇਆ ਗੁੜ ਦਿੱਤਾ ਉਹਨੂੰ 20-25 ਮਿੰਟ ਧੁੱਪੇ ਪਾਉਣੇ ਆ, ਜਦੋਂ ਉਹਨੇ ਮਤਲਬ ਹੌਂਕ ਗਿਆ ਕਬੂਤਰ, ਚੁੰਝ ਪੱਟ ਲਈ ਖੰਭ ਸਿੱਟ ਗਿਆ ਪੱਲੇ ਥੱਲੇ, ਉਦੋਂ ਉਹਨੂੰ ਛਾਵੇਂ ਕਰ ਲੈਣੇ, 20-25 ਮਿੰਟ ਛਾਵੇਂ ਰੱਖਣਾ, ਦਮ ਟਿੱਕ ਗਿਆ ਫਿਰ ਪਾਣੀ ਪਿਆਉਣਾ। ਉਹਦੇ ਨਾਲ ਕੀ ਹੁੰਦਾ ਕਬੂਤਰ ਦਾ ਜਿਹੜਾ ਅੰਦਰ ਹੈ ਉਹ ਖੁੱਲ ਜਾਂਦਾ, ਮਤਲਬ ਅਸੀਂ ਇਸ ਤਰ੍ਹਾਂ ਵੀ ਕਰਦੇ, ਇੱਕ ਵਾਰੀ ਦੇਣਾ ਜਾਂ ਦੋ ਵਾਰੀ, ਕਿੰਨੇ? ਦੇਖੋ ਜੀ ਜਿਹੜਾ ਤਾਂ ਕਬੂਤਰ ਆਪਦੀ ਡਾਣ ਫੜ ਗਿਆ ਨਸਲ ਦੇ ਹਿਸਾਬ ਨਾਲ, ਮਤਲਬ ਹੁਣ ਸਾਨੂੰ ਲੱਗਦਾ ਵੀ ਸਾਡਾ ਕਬੂਤਰ ਵੀ 2 ਵਜੇ ਤੇ, ਮਤਲਬ ਇਹ ਕਬੂਤਰ ਦਾ ਪਤਾ ਵੀ ਦੂਜੀ ਤੀਜੀ ਜਿਹੜਾ 2 ਵਜੇ ਤੱਕ ਉੱਡ ਜਾਊ, ਜੇ ਤਾਂ ਉਹ ਜੀ ਦੂਜੀ ਤੀਜੀ ਜਿਹੜਾ ਉੱਡ ਗਿਆ ਚਲੋ ਉਹਨੂੰ ਤਾਂ 1-2 ਵਾਰੀ ਦੇ ਦਿੰਦੇ, ਜੇ ਨਹੀਂ ਦਿੱਤਾ ਚਲੋ ਜੀ 3 ਦਿਨ ਤਾਂ ਲਗਾਤਾਰ ਦਿਓ, ਕਿਉਂਕਿ ਆਪਣਾ ਇਹ ਹੁੰਦਾ ਵੀ 5 ਦਿਨ ਕਬੂਤਰ ਲਗਾਤਾਰ ਕੱਢੋ, ਸਹੀ ਹੈ, ਜਦੋਂ ਪਹਿਲੇ ਦਿਨ ਕੱਢ ਲਿਆ, ਜੇ ਕਬੂਤਰ ਨਹੀਂ ਖੁੱਲਦਾ ਉਹਨੂੰ 5 ਦਿਨ ਲਗਾਤਾਰ ਕੱਢੋ, ਆਏ ਨੂੰ 5 ਦਿਨ ਗੁੜ ਦਿਓ, ਠੀਕ ਹੈ, 5 ਦਿਨ ਪ੍ਰੋਪਰ ਬਹੁਤ ਹੁੰਦਾ ਗੁੜ, ਬਸ ਉਦੋਂ ਬਾਅਦ ਜਦੋਂ ਕਬੂਤਰ ਆਪਦੀ ਉਡਾਨ 'ਤੇ ਆ ਗਿਆ ਮਤਲਬ ਉਦੋਂ ਬਾਅਦ ਗੈਪ ਪਾਉਣ ਲੱਗ ਜਾਓ, ਫਿਰ ਉਹਦੀ ਹੋਰ ਡਾਕਟਰੀ ਵੀ ਕਰਦੇ ਗੁੜ ਤੋਂ ਬਿਨਾਂ, ਹੋਰ ਵੀ ਦਿੰਦੇ ਉਹਨੂੰ ਕੋਈ ਲੇਬਰ ਲੂਬਰ ਖਾਤਾ ਜਾਂ ਕੋਈ, ਕਿਵੇਂ ਆਪਾਂ ਕਹਿੰਦੇ ਗੌੜਨਾ ਕਰਮਾ? ਦੇਖੋ ਜੀ ਜੇ ਤਾਂ ਮਤਲਬ ਬਿੱਠਾਂ ਪ੍ਰੋਪਰ ਸਹੀ ਕਰ ਰਿਹਾ ਕਬੂਤਰ, ਫਿਰ ਤਾਂ ਕੋਈ ਲੋੜ ਨਹੀਂ ਦੇਣ ਦੀ, ਜੇ ਪੀਲੀਆਂ ਕਰਦਾ, ਹਾਂ ਪੀਲੀਆਂ ਕਰ ਰਿਹਾ, ਬਦਾਮ ਵਾਲੀਆਂ ਬਿੱਠਾਂ ਕਰ ਰਿਹਾ, ਸਹੀ ਹੈ, ਜੇ ਚਲੋ ਜੀ ਬਿੱਠ ਢਿੱਲੀ ਮਾਰਦਾ ਕੋਈ ਪਾਣੀ ਧਾਨੀ ਵਾਲੀ ਮਾਰਦਾ ਹਰੀ ਮਾਰਦਾ, ਫਿਰ ਮਤਲਬ ਜਿਹੜਾ ਸਾਡਾ ਮਤਲਬ ਟ੍ਰਿਕ ਆ ਸੀ ਹੁਣ, ਜੋ ਸਾਡਾ ਕਬੂਤਰ ਬਾਜੀ ਜਿੱਤ ਜਾਂਦਾ, ਬਾਜੀ ਜਿੱਤੇ ਤੋਂ ਬਾਅਦ ਘਰੇ ਆਉਂਦਾ ਤਾਂ ਅਸੀਂ ਉਹ ਕਬੂਤਰ ਦੀ ਗਰਮੀ ਕੱਢਣ ਵਾਸਤੇ ਮਤਲਬ ਅੰਦਰ ਕਈ ਵਾਰੀ ਰਿਹਾ ਅੱਛਾ ਕਬੂਤਰ ਉੱਡ ਜਾਂਦਾ ਘਰੇ ਆਉਣ ਤੋਂ, ਗਰਮੀ ਪੈ ਜਾਂਦੀ ਹੈ, ਉਹਨੂੰ ਗਰਮੀ ਕੱਢਣ ਦੇ ਮਾਰੇ ਅਸੀਂ ਕੀ ਕਰਦੇ ਹਾਂ, ਮਤਲਬ ਲੇ 52 ਦਾ 1 ml, ਪਾਵਰ ਜੈੱਲ ਦਾ 1/2 ml, ਠੀਕ ਹੈ ਜੀ, ਅਤੇ ਬਰੂਟੋਨ ਦਾ 1 ml, ਉਹ ਮਤਲਬ ਅਸੀਂ 15 ml ਪਾਣੀ 'ਚ ਪਾ ਕੇ ਸ਼ਾਮ ਨੂੰ ਬਦਾਮਾਂ ਦੇ ਉੱਪਰ ਦੀ ਦਿੰਦੇ ਰਹਿੰਦੇ ਹਾਂ, ਉਹ ਦਿੰਦੇ ਰਹਿੰਦੇ, ਉਹਦੇ ਨਾਲ ਜੀ ਬਦਾਮ ਕਿੰਨੇ ਕੁ ਵਾਰੀ ਦੇਣਾ? ਦੇਖੋ ਜੀ ਉਹ ਮਤਲਬ 3-4 ਦਿਨ ਦਿੰਦੇ ਰਹੋ, ਠੀਕ ਹੈ, ਜੇ ਬਿੱਠਾ ਪੀ ਨਹੀਂ ਕਰਦਾ ਗਰਮੀ, 3 ਦਿਨ ਤਾਂ ਲਗਾਤਾਰ ਦਿਓ ਕਮ ਸੇ ਕਮ, ਉਦੋਂ ਬਾਅਦ 1 ਦਿਨ ਗੈਪ ਛੱਡ ਕੇ 3 ਦਿਨ ਫਿਰ ਦਿੰਦੇ ਰਹੋ, ਉਹਦੇ ਨਾਲ ਠੀਕ ਹੋ ਜਾਂਦਾ ਕਬੂਤਰ, ਮਤਲਬ ਬਾਜੀ ਜਿੱਤਿਆ ਕਬੂਤਰ ਵੀ ਠੀਕ ਹੋ ਜਾਂਦਾ। ਹਾਂਜੀ, ਤੇ ਕਿੰਨੀਆਂ ਕੁ ਡਾਰਾਂ ਬਾਈ ਕਰਾਉਣੀਆਂ ਚਾਹੀਦੀਆਂ ਘਰੇ ਆਪਾਂ ਨੂੰ ਕਬੂਤਰਾਂ ਸੁੱਕੀਆਂ ਜਦੋਂ ਕਬੂਤਰ ਕੱਢਣੇ ਆਪਾਂ? ਇਹ ਐਂ ਹੈ ਜੀ ਦੇਖੋ ਜੀ, ਜਿਵੇਂ ਮੰਨ ਕੇ ਚਲੋ ਨਸਲ ਦੇ ਹਿਸਾਬ ਨਾਲ ਹੁੰਦਾ ਵੀ ਕਈ ਨਸਲ ਹੈ, ਮਤਲਬ ਜਿਵੇਂ ਪਹਿਲੇ ਦਿਨ ਕੱਢੀ ਫਿਰ ਦੂਜੇ ਦਿਨ ਕੱਢੀ ਤੀਜੇ ਦਿਨ ਕੱਢੀ, ਚਲੋ ਉਹ ਜੀ 2-1.5 ਵਜੇ ਤੱਕ ਸਿੱਧੀ ਆਉਣ ਲੱਗ ਜਾਂਦੀ ਹੈ, ਜੋ ਸਿੱਧਾ ਆਉਣ ਲੱਗ ਗਿਆ ਜਿਹੜਾ ਕਬੂਤਰ, ਜਿਹੜਾ ਤਾਂ ਜੋ ਚਲੋ ਜੀ 5-4 ਦਿਨ ਲਗਾਤਾਰ ਕੱਢੇ ਤੋਂ 1.5-2 ਵਜੇ ਤੱਕ ਆਉਣ ਲੱਗ ਗਿਆ ਸਿੱਧਾ, ਉਹਦਾ ਤਾਂ ਮਤਲਬ ਜੀ ਕੋਈ ਗੱਲ ਨਹੀਂ, ਠੀਕ ਹੈ, ਜੇ ਮਤਲਬ ਕਬੂਤਰ ਨਹੀਂ ਡਾਰ ਖੋਲਦਾ, ਮਤਲਬ ਉਹੀ 9-10 ਵਜੇ ਬਹਿੰਦਾ, 9-10 ਵਜੇ ਬਹਿੰਦਾ, ਉਹਨੂੰ ਹਫ਼ਤਾ ਲਗਾਤਾਰ ਕੱਢੋ, ਗੁੜ ਦਿਓ, ਧੁੱਪੇ ਛੱਡੋ, ਜਦੋਂ ਹੌਂਕ ਗਿਆ 20 ਮਿੰਟ ਪਾਣੀ 'ਚ ਮਤਲਬ ਛਾਵੇਂ ਰੱਖੋ, ਫਿਰ ਪਾਣੀ ਪਿਆਓ, ਫਿਰ ਉਹਨੂੰ 1 ਦਿਨ ਗੈਪ 'ਤੇ ਛੱਡੋ, ਮਤਲਬ ਇਹ ਬੰਦੀਆਂ ਪਾ ਕੇ ਛੱਡਣ, ਹਾਂ ਇਹ ਚੀਜ਼ ਹੋ ਜਾਂਦੀ ਹੈ ਵੀ, ਯਾਨੀ ਕਬੂਤਰ ਦੇ ਹਿਸਾਬ ਨਾਲ ਡਾਰਾਂ ਹੁੰਦੀਆਂ, ਵੀ 5 ਦਿਨ ਨਹੀਂ ਡਾਉਣਾ, ਆਹ ਵੀ 5 ਦਿਨ ਨਹੀਂ ਡਾਉਣਾ, ਜੇ ਆਹ 10 ਦਿਨ ਆਉਣਾ ਤਾਂ ਆਹ ਵੀ 10 ਦਿਨ ਡਾਉਣਾ, ਐਂ ਨਹੀਂ ਕਰਾਉਣੀ ਚਾਹੀਦੀ, ਇੱਕ ਨਸਲ ਹੈ। ਹਾਂਜੀ ਠੀਕ ਹੈ, ਵੀ ਅੱਡੋ ਅੱਡ ਹਿਸਾਬ ਆ, ਜਿਹੜਾ ਕਬੂਤਰ ਛੇਤੀ ਤੁਲ ਪੈਂਦਾ ਉਹਦੀਆਂ ਡਾਈਆਂ ਵੀ ਉਹ ਜਿਹੀਆਂ ਹੁੰਦੀਆਂ। ਕਿੰਨੇ ਪਾਣੀ ਬਈ ਘਰੇ ਸਹੀ, ਕਿੰਨੇ ਪਾਣੀ ਲਾਉਣੇ ਚਾਹੀਦੇ ਆ? ਦੇਖੋ ਜੀ ਜਿਹੜਾ ਪਾਣੀ ਹੈ, ਜਿੱਦਾਂ ਹੁਣ ਮੰਨ ਕੇ ਚੱਲੋ ਵੀ ਅਪ੍ਰੈਲ ਮਈ ਮਹੀਨੇ 'ਚ ਬਾਰਿਸ਼ ਪੈਣ ਤੋਂ ਪਹਿਲਾਂ ਕਬੂਤਰ ਕੱਢ ਲਿਆ, ਜਿੱਦਾਂ ਆਪਾਂ ਹੁਣ ਮਤਲਬ ਕਣਕਾਂ ਦੀ ਵਾਢੀ ਹੋ ਗਈ, ਕਬੂਤਰ ਕੱਢ ਲਿਆ, ਉਦੋਂ ਤਾਂ ਮਤਲਬ ਸਹੀ ਇਹ ਹੁੰਦਾ ਵੀ ਪ੍ਰੋਪਰ 4 ਪਾਣੀ ਘਰੇ ਲੱਗ ਜਾਣ, 5ਵੇਂ ਪਾਣੀ 'ਤੇ ਬਾਜੀ ਛੁੱਟ ਜੇ। ਜੇ ਕੋਈ ਚਲੋ ਜੀ ਦਿਨ ਖਰਾਬ ਹੋ ਗਿਆ, ਕੋਈ 19-21 ਗੱਲ ਹੋ ਗਈ, ਬੰਦੇ ਨੂੰ ਬਾਜੀ ਨਾ ਮਿਲੀ, ਦਿੱਕਤ ਹੋ ਗਈ, 6ਵੇਂ ਵੀ ਛੁੱਟ ਜੂਗਾ, ਠੀਕ ਹੈ। ਮਤਲਬ ਜਦੋਂ ਮਤਲਬ ਖੁਸ਼ਕ ਦਿਨ ਚੱਲਦੇ ਆ, ਲੋ ਚੱਲਦੀ ਹੈ, ਬਾਜੀ 4-5 ਵਜੇ ਤੱਕ ਮੁੱਕਦੀ ਹੈ, ਉਦੋਂ ਪ੍ਰੋਪਰ 4ਵੇਂ ਪਾਣੀ 'ਤੇ ਕਬੂਤਰ ਬਾਜੀ ਛੁੱਟ ਜਾਣਾ ਚਾਹੀਦਾ। ਹਾਂ, ਮਤਲਬ ਜਿੱਦਾਂ ਜੇ ਪਹਿਲੇ ਪਾਣੀ 'ਤੇ 2 ਵਜੇ ਬੈਠਾ, ਤੀਜੇ ਪਾਣੀ 'ਤੇ 3 ਵਜੇ ਬੈਠਾ, ਚੌਥੇ 'ਤੇ 4 ਵਜੇ ਗਿਆ ਨਾ, ਅਤੇ ਬਸ ਉਹਨੂੰ 5ਵੇਂ ਪਾਣੀ 'ਤੇ ਬਾਜੀ ਛੱਡ ਦਿਉ, ਤਰਦਾ ਤਰਦਾ ਕਬੂਤਰ 12 ਵਜੇ 'ਤੇ ਆ ਜੂਗਾ। ਹਾਂ, ਜੇ ਉਹ ਕੱਟਣ ਤੋਂ ਪਹਿਲਾਂ ਛੱਡ ਦਿਉ। ਹਾਂ, ਮਤਲਬ ਇਹ ਚੀਜ਼ ਹੈ, ਜੇ ਹੋ ਗਏ ਮਤਲਬ ਬਾਰਿਸ਼ ਪਏਗੀ, ਹਵਾ ਨਵੀਂ ਆ ਗਈ ਹਵਾ 'ਚ, ਫਿਰ ਕੋਈ ਚੱਕਰ ਨਹੀਂ, ਫਿਰ ਜੀ ਚਾਹੇ 6ਵੇਂ ਛੱਡ ਲਓ, 7ਵੇਂ ਛੱਡ ਲਓ। ਹਾਂ, ਇਹ ਕਬੂਤਰ ਦਾ ਮਤਲਬ। ਅਤੇ ਦਵਾਈ ਬਾਈ ਮਤਲਬ ਪਾਣੀ ਕਿਹੜੀ ਜ਼ਿਆਦਾਤਰ ਵਰਤਦੇ ਹੋ ਤੁਸੀਂ? ਦਵਾਈ ਕੱਗੇ ਵੀਰੇ, ਅਸੀਂ ਤਾਂ ਇਹ ਹੈ ਵੀ ਮਤਲਬ ਪੇਪਰਾਜਿਨ ਲਾਉਣੇ, ਜਿਹੜੀ ਬਾਈ ਗੁਰਮੀਤ ਨੇ ਸਾਨੂੰ ਦੱਸੀ ਹੈ, ਉਹ ਕਹਿੰਦਾ ਵੀ ਪੇਪਰਾਜਿਨ ਜਦੋਂ ਬੱਚੇ ਖੜਾ ਲਏ, ਬੱਚਿਆਂ ਨੂੰ ਮਤਲਬ ਕੀ ਕਰਨਾ ਵੀ
ਡਾਕਟਰ ਪਲੱਸ ਲਾ ਦੇਣੀ ਹੈ ਕਿਉਂਕਿ ਉਹਨਾਂ ਦੇ ਮਤਲਬ ਖੰਭ ਖੁੰਭ ਮਤਲਬ ਨਵੇਂ ਜਦੋਂ ਆਉਂਦੇ ਆ ਅਤੇ ਉਹ ਉਹਨਾਂ ਡਾਕਟਰ ਪਲੱਸ ਨੇ ਮਤਲਬ ਦਿੱਕਤ ਨਹੀਂ ਆਉਂਦੀ ਨਹੀਂ ਕਿਸੇ ਵੀ ਤਰ੍ਹਾਂ ਦੀ ਠੀਕ ਹੈ ਉਹ ਝੜਦੇ ਨਹੀਂ ਉਹਦੇ ਨਾਲ ਕੋਈ ਦਿੱਕਤ ਨਹੀਂ ਆਉਂਦੀ ਕਿੰਨੇ ਕਬੂਤਰ ਕਿੰਨੇ ਬੱਚਿਆਂ ਨੂੰ ਲਾਉਣੀ ਅਸੀਂ ਤਾਂ ਜੀ ਮਤਲਬ ਜਿਹੜੀ ਪ੍ਰੋਪਰ ਦੱਸੀ ਹੈ 35 ਕਬੂਤਰਾਂ ਨੂੰ ਬੱਚੇ ਹੁੰਦੇ ਨੇ 35 ਨੂੰ ਲਾਉਣੇ ਹਾਂ ਜੇ ਵੱਡਿਆਂ ਨੂੰ ਲਾਉਣੀ ਹੈ ਫਰਸਰਾਂ ਨੂੰ ਫਿਰ ਤੀਆਂ ਨੂੰ ਲਾਉਣੇ ਠੀਕ ਹੈ ਹਾਂਜੀ ਅਸੀਂ ਬੱਚਿਆਂ ਨੂੰ ਹੁੰਦਿਆਂ ਨੂੰ ਡਾਕਟਰ ਲਾਉਣੇ ਆ ਜੀ ਜਦੋਂ ਫਰਸਰ ਹੋ ਕੇ ਕੱਢਣੇ ਆ ਉਦੋਂ ਮਤਲਬ ਅਸੀਂ ਪਿਪਰਾ ਜਿਨ ਦਵਾਈ ਲਿਆਉਣੇ ਆ ਅਤੇ ਪਿਪਰਾ ਜਿਨ ਮਤਲਬ 5 ਕਬੂਤਰਾਂ ਨੂੰ ਇੱਕ ਡਾਟਾ ਲਾਉਣੇ ਆ ਮਤਲਬ ਅਸੀਂ ਠੀਕ ਹੈ ਹਾਂਜੀ 5 ਕਬੂਤਰਾਂ ਨੂੰ ਇੱਕ ਡਾਟਾ ਕਿੰਨੇ ਪਾਣੀ 'ਚ ਮਤਲਬ 100 ml ਪਾਣੀ 'ਚ ਇੱਕ ਡਾਟਾ 20 ml ਪਾਣੀ ਇੱਕ ਕਬੂਤਰ ਨੂੰ ਠੀਕ ਉਹ ਪਿਪਰਾ ਜੀ ਭੁੱਖਿਆ ਨੂੰ ਮਿਲਣਾ ਇੱਕ ਵਾਰੀ ਲਾਉਣੇ ਜਾਂ ਦੋ ਵਾਰੀ ਲਾਉਣੇ ਚੱਲਦੀਆਂ ਬਾਜ਼ੀਆਂ 'ਚ ਨਹੀਂ ਜੀ ਜਿਹੜਿਆਂ ਨੂੰ ਮਤਲਬ ਫਰਸਰ ਹੋਏ ਪਏ ਆ 13 ਲਾਤਾ ਉਹਨੂੰ ਮਤਲਬ ਕਬੂਤਰ ਨੂੰ ਸਾ ਅਸੀਂ ਸਾਡੇ ਮੁਤਾਬਕ 2 ਮਹੀਨੇ ਕੋਈ ਲੋੜ ਨਹੀਂ ਲਾਉਣੀ ਕਿੰਨੇ ਬਦਾਮ ਪਾਉਣੇ ਚਾਹੀਦੇ ਬਾਈ ਕਬੂਤਰ ਨੂੰ ਦੇਖੋ ਜੀ ਗੱਲ ਇਹ ਹੈ ਵੀ ਜਿਹੜੀ ਬਦਾਮ ਹੈ ਜੇ ਬਦਾਮਾਂ ਨਾਲ ਕਬੂਤਰ ਬਾਜੀ ਜਿੱਤਦੇ ਹੁੰਦੇ ਤਾਂ ਮਤਲਬ ਪੈਸੇ ਵਾਲਾ ਬੰਦਾ ਮਾੜੇ ਬੰਦੇ ਨੂੰ ਬਾਜੀ ਨਾ ਜਿੱਤਣ ਦਿੰਦਾ ਸਹੀ ਗੱਲ ਠੀਕ ਹੈ ਵੀ ਇਹ ਬਦਾਮਾਂ ਮਤਲਬ ਬਾਜੀ ਨਹੀਂ ਕਬੂਤਰ ਜਿੱਤ ਸਕਦਾ ਬਾਜੀ ਜਿਹੜੀ ਜਿੱਤਣ ਦਾ ਸਿਸਟਮ ਹੈ ਵੀ ਮਤਲਬ ਜਿਹੜਾ ਸਾਡਾ ਮੇਰਾ ਵਿਚਾਰ ਹੈ ਮਤਲਬ 8 ਬਦਾਮ ਕਬੂਤਰ ਨੂੰ ਜਦੋਂ ਆਪਾਂ ਕੱਢ ਲਿਆ ਮਤਲਬ ਚਲੋ ਜੋ ਕੱਢ ਲਿਆ ਪਹਿਲੇ ਦਿਨ 5 ਪੈ ਗਏ ਦੂਜੇ ਤੀਜੇ ਦਿਨ ਤੋਂ 8 ਕਰ ਦਿਓ 8 ਬਦਾਮ ਉਦੋਂ ਬਾਅਦ 8 ਬਦਾਮ ਖਾ ਕੇ ਵੱਧ ਤੋਂ ਵੱਧ 10 ਬਦਾਮ ਉਦੋਂ ਬਾਅਦ ਕਬੂਤਰ ਨੂੰ ਕਣਕ ਚੁਗਾਉਣੀ ਲਾਜ਼ਮੀ ਹੈ ਚਾਹੇ ਉਹ ਆਪਦੀ ਮਰਜ਼ੀ ਨਾਲ 1 ਬਦਾਮ ਦੀ ਚੁਗੇ ਚਾਹੇ 2 ਬਦਾਮ ਦੀ ਚਾਹੇ 3 ਜਿਹੜਾ ਕਣਕ ਬਿਨਾ ਕਬੂਤਰ ਦਾ ਵਜ਼ਨ ਨਾ ਬਣੂਗਾ ਜਿਹੜਾ ਇਕੱਲੇ ਬਦਾਮਾਂ ਦੇ ਕਰਤਾ ਉਹ ਕਬੂਤਰ ਦਾ ਕੋਈ ਫਾਇਦਾ ਨਹੀਂ ਕਣਕ ਬਦਾਮ ਉਹੋ ਜਿਹੇ ਹਿਸਾਬ ਨਾਲ ਪਾਓ ਚਾਹੇ 5 ਜਾਂ 6 ਵੀ ਕਬੂਤਰ ਨੂੰ ਕਣਕ ਭੁੱਖ ਉਹਦੀ ਪੂਰੀ ਕਣਕ ਕਰੇ ਪੂਰੀ ਕਰੇ ਹਾਂ ਮਤਲਬ ਵੀ ਕਣਕ 2 ਜਾਂ 3 ਬਦਾਮਾਂ ਦੀ ਉਹਨੂੰ ਜ਼ਰੂਰੀ ਹੈ ਬਦਾਮਾਂ ਤੋਂ ਬਾਅਦ ਚੁਗਾਉਣੀ ਬਾਜੀਆਂ ਵੇਲੇ ਬਾਈ ਕਣਕ ਅਤੇ ਬਦਾਮ ਹੀ ਪਾਉਣੇ ਚਾਹੀਦੇ ਇਕੱਲੇ ਹਾਂ ਕਣਕ ਸੁੱਕੀ ਜਾਂ ਭਿਉਂ ਕੇ ਨਹੀਂ ਦੇਖੋ ਜੀ ਅਸੀਂ ਭਿਉਂ ਭੂੰ ਕੇ ਹਾਲੇ ਤਾਂ ਕੰਮ ਨਹੀਂ ਅਜੇ ਅੱਜ ਤੱਕ ਕੀਤਾ ਇਵੇਂ ਆਪਾਂ ਗਲਤ ਰਹੇ ਨਹੀਂ ਕਿਹਨੂੰ ਦੇਣੀ ਜੋ ਦੱਸਣਾ ਆਪਾਂ ਸੱਚ ਦੱਸਣਾ ਅਸੀਂ ਮਤਲਬ ਪਹਿਲਾਂ ਬਦਾਮ ਪਾਉਣੇ ਆ ਬਦਾਮ ਪਾਉਣ ਤੋਂ ਬਾਅਦ ਜੋ ਕਬੂਤਰ ਨੂੰ ਬਦਾਮ ਚੁਗਾ ਕੇ ਖੁੱਡੇ 'ਚ ਛੱਡਣਾ ਖੁੱਡੇ ਦੇ ਵਿੱਚ ਅਸੀਂ ਕਣਕ ਧਰ ਦੇਣੀ ਹੈ ਸੁੱਕੀ ਛੰਡ ਕੇ ਸਮਾਰ ਕੇ ਰੇਤੇ ਮਿੱਟੀ ਤੋਂ ਬਰਹਿਤ ਉਹ ਉਹਨਾਂ ਦੀ ਮਰਜ਼ੀ ਹੈ ਵੀ 10 ਦਾਣੇ ਚੁਗਣ 20 ਦੇਣ ਕਿੰਨੇ ਚੁਗਣ ਬਦਾਮ ਜ਼ਰੂਰ ਮਤਲਬ ਬਦਾਮਾਂ ਤੋਂ ਬਾਅਦ ਕਣਕ ਜ਼ਰੂਰ ਚੁਗਾਉਣੀ ਹੈ ਇਹ ਕੰਮ ਮਤਲਬ ਅਸੀਂ ਪ੍ਰੋਪਰ ਕਰਦੇ ਹਾਂ ਹਾਂਜੀ ਅਤੇ ਸਿਆਲਾਂ ਦੇ ਵਿੱਚ ਬਾਈ ਕੀ ਖੁਰਾਕ ਚੱਲਦੀ ਹੈ ਕਬੂਤਰਾਂ ਨੂੰ ਜਿੱਦਾਂ ਬਾਈ ਹੁਣ ਜੋੜੇ ਲਾ ਰੱਖੇ ਆਪਾਂ ਜੋੜੇ ਲਾਉਣ ਤੋਂ ਬਾਅਦ ਮਤਲਬ ਆਪਾਂ ਇੱਕ ਕਣਕ ਅਤੇ ਮੱਕੀ ਸਰੋਂ 3 ਚੀਜ਼ਾਂ ਪਾਉਣੀਆਂ ਕੋਈ ਮਤਲਬ ਮੱਕੀ ਨੂੰ ਦਰੜ ਫਰੜ ਕਰਾ ਦਿੰਦਾ ਮਤਲਬ ਆਪਾਂ ਸਾਬਤੀ ਪਾਉਣੀ ਹੈ ਆਪਣੇ ਕਬੂਤਰ ਸਾਬਤੀ ਖਾਂਦੇ ਆ ਜਿਹੜੀ ਮੱਕੀ ਹੈ ਮੱਕੀ ਦੇ ਵਿੱਚ ਕੈਲਸ਼ੀਅਮ ਜ਼ਿਆਦਾ ਹੈ ਉਹਦੇ ਨਾਲ ਆਂਡੇ ਦਾ ਛਿਲਕ ਬਣਨਾ ਮਤਲਬ ਕਬੂਤਰੀਆਂ ਨੂੰ ਆਂਡੇ ਧਰਨ 'ਚ ਦਿੱਕਤ ਨਹੀਂ ਆਉਂਦੀ ਮਤਲਬ ਮੱਕੀ ਜਿੱਦਾਂ ਹੁਣ 25 ਕਿਲੋ ਕਣਕ ਪਾ ਲਈ 25 ਕਿਲੋ ਮੱਕੀ ਪਾ ਲਈ 10 ਕਿਲੋ ਵਿੱਚ ਸਰੋਂ ਪਾ ਲਈ ਹੋਰ ਲਾ ਕੇ ਪਾ ਲਿਆ ਹੁਣ ਜਿੱਦਾਂ 11ਵਾਂ ਮਹੀਨਾ ਸ਼ੁਰੂ ਹੋ ਜੂਗਾ ਠੰਡ ਉੱਤਰ ਲੱਗ ਜੂਗੀ ਮਤਲਬ ਕਣਕ ਮੱਕੀ ਸਰੋਂ ਨਾਲ ਅਤੇ ਬਾਜਰਾ ਚਾਲੂ ਕਰ ਦਿਆਂਗੇ ਅਸੀਂ ਮਤਲਬ ਬਾਜਰਾ ਪਾਉਣੇ ਹਾਂ ਉਹ ਬਾਜਰਾ ਦੇਖੋ ਜੀ ਬਾਜਰਾ ਮਤਲਬ ਇਹ ਹੈ ਵੀ ਬਾਜਰਾ ਜਿੱਦਾਂ ਹੁਣ ਮੰਨ ਕੇ ਚਲੋ 25 ਕਿਲੋ ਕਣਕ ਹੋ ਗਈ 25 ਕਿਲੋ ਮੱਕੀ ਹੋ ਗਈ ਅਤੇ 25 ਕਿਲੋ ਹੀ ਵਿੱਚ ਬਾਜਰਾ ਪਾ ਦੇਣਾ ਸੀ ਠੀਕ ਹੈ ਸਰੋਂ ਚਾਹੇ 10 ਕਿਲੋ ਪਾ ਦਿਓ ਮਤਲਬ ਬਾਜਰੇ ਨਾਲ ਕੀ ਹੁੰਦਾ ਬਾਜਰੇ ਨਾਲ ਪ੍ਰੋਟੀਨ ਹੈ ਮਤਲਬ ਕਬੂਤਰ ਦਾ ਵਜ਼ਨ ਰਹਿੰਦਾ ਹੈ ਆਂਡਾ ਤਾਂ ਸਹੀ ਧਰਦਾ ਹੈ ਮੱਕੀ ਅਤੇ ਬਾਜਰੇ ਨਾਲ ਆਂਡਾ ਨਹੀਂ ਬਣਨਾ ਅਤੇ ਮਤਲਬ ਇਹਦੇ ਨਾਲ ਕਬੂਤਰ ਦਾ ਵਜ਼ਨ ਰਹਿੰਦਾ ਸੈੱਟ ਰਹਿੰਦਾ ਇੱਕ ਥੋੜ੍ਹਾ ਜਿਹਾ ਗਰਮ ਹੁੰਦਾ ਸਰਦੀ ਦੇ ਵਿੱਚ ਕਬੂਤਰ ਦਿੱਕਤ ਨਹੀਂ ਮੰਨਦਾ ਬਾਜਰਾ ਗਰਮ ਹੁੰਦਾ ਉਹ ਚੀਜ਼ ਹੈ ਜੀ ਉਹ ਅਸੀਂ ਜਨਵਰੀ ਦੇ ਮਹੀਨੇ ਤੱਕ ਬਾਜਰਾ ਪਾਉਣਾ ਜਨਵਰੀ ਤੋਂ ਬਾਅਦ ਫਿਰ ਬਾਜਰਾ ਬੰਦ ਕਰ ਦੇਣਾ ਫਿਰ ਅਪ੍ਰੈਲ ਤੱਕ ਅਸੀਂ ਕਣਕ ਮੱਕੀ ਅਤੇ ਸਰੋਂ ਹੀ ਚਾਲੂ ਕਰਨੀ ਉਦੋਂ ਬਾਅਦ ਅਪ੍ਰੈਲ ਤੋਂ ਬਾਅਦ ਫਿਰ ਸਰੋਂ ਵੀ ਬੰਦ ਕਰਤੀ ਅਤੇ ਮਤਲਬ ਕਣਕ ਇਕੱਲੀ ਚਾਲੂ ਅਤੇ ਬਦਾਮ ਬਸ ਇਹ ਚੀਜ਼ ਹੈ ਘਰੇ ਬਾਈ ਕਬੂਤਰ ਵੱਧ ਜਿਹੜਾ ਉੱਡਦਾ ਉਹ ਕਾਮਯਾਬ ਆ ਜਾਂ ਜਿਹੜਾ ਘਰੇ 12-1 ਵਜੇ ਤੇ ਉੱਡ ਜਾਂਦਾ ਉਹ ਵਧੀਆ ਬਾਜੀ ਜਿੱਤ ਕੇ ਜਾਂਦਾ ਦੇਖੋ ਰਿਜ਼ਲਟ ਕਿਹੜੇ ਦਾ ਸਭ ਤੋਂ ਟੌਪ ਦਾ ਮਤਲਬ ਅਸੀਂ ਜਿਹੜਾ ਮਤਲਬ ਹੁਣ ਰਿਜ਼ਲਟ ਕੱਢਿਆ ਮਤਲਬ ਸ਼ੁਰੂਆਤ ਦੀਆਂ ਗੱਲਾਂ ਤਾਂ ਚਲੋ ਸਾਡੇ ਕਬੂਤਰ ਕਦੇ ਮਤਲਬ ਅਸੀਂ ਬਾਜੀਆਂ ਛੱਡਦੇ ਰਹੇ ਹਾਂ 2014-15 ਤੋਂ ਬਾਜੀਆਂ ਛੱਡਦੇ ਹਾਂ ਕਦੇ ਮਤਲਬ 2 ਵਜੇ ਬਹਿ ਗਿਆ ਕਦੇ ਮਤਲਬ 3 ਵਜੇ ਕਬੂਤਰ ਬਹਿ ਗਿਆ ਉਸ ਹਿਸਾਬ ਨਾਲ ਮਤਲਬ ਗੱਗੇ ਬਾਈ ਜਿਹੜੇ ਐਤਕੀ ਸਾਡੇ ਕਬੂਤਰ ਉੱਡੇ ਐਤਕੀ ਮੰਨ ਕੇ ਚਲੋ ਮਾਉਣ ਵਾਲੇ ਬਾਜੀ ਦੇ ਗੇੜੇ ਸੀਗੇ ਸਾਡੇ ਮਾਉਣ ਵਾਲੇ ਬਾਜੀ ਤੋਂ ਗੇੜੇ ਸੀ ਅਤੇ ਮਤਲਬ ਉੱਥੇ ਸਾਡੇ ਕਬੂਤਰ ਲੱਗੇ ਸੀ ਮਤਲਬ ਬਾਈ ਸੁੱਖੇ ਨੇ ਪਿੰਡ 'ਚ ਉੱਥੇ ਘਰ ਲੈ ਲਿਆ ਵਿਚਾਲੇ
ਉੱਥੇ ਸਾਡੇ ਕਬੂਤਰ ਲੱਗੇ ਸੀ ਅਤੇ ਅਸੀਂ ਗੇੜਿਆਂ ਦੇ ਕਬੂਤਰ ਛੱਡੇ ਸਾਡੇ ਰਾਤ ਨੂੰ ਉੱਤੇ ਰਹਿ ਗਏ ਗੇੜਿਆਂ ਦੇ ਬੈਠੇ ਨਹੀਂ ਬੈਠੇ ਨਹੀਂ ਜੀ ਉਹ ਕਬੂਤਰ ਸਾਡਾ ਅਗਲੇ ਦਿਨ ਇੱਕ ਆਇਆ ਅਤੇ ਇੱਕ ਆਇਆ ਨਹੀਂ ਚਲੋ ਅਸੀਂ ਬੜਾ ਸਾਡਾ ਮਨ ਉਦਾਸ ਜਿਹੜਾ ਅਗਲੇ ਦਿਨ ਇੱਕ ਆਇਆ ਉਹ ਮਰ ਗਿਆ ਦੂਜੇ ਤੀਜੇ ਦਿਨ ਉਹ ਮਰ ਗਿਆ ਅਸੀਂ ਕਿਸ ਤੋਂ ਲੈ ਕੇ ਬਾਜੀ ਛੱਡੇ ਕਬੂਤਰ ਚਲੋ ਉੱਥੇ ਸਾਡੀ ਇੱਕ ਕਬੂਤਰੀ ਬਾਜੀ ਜਿੱਤੀ ਬਾਈ ਰਾਜੂ ਦੇ ਘਰੋਂ ਸੀ ਨਿਹਾਲ ਸਿੰਘ ਵਾਲੇ ਦੇ ਮਤਲਬ ਉਹ ਕਬੂਤਰੀ ਸਾਡੀ ਬਾਜੀ ਜਿੱਤ ਗਈ ਚਲੋ ਉਹ ਇੱਜ਼ਤ ਰਹੇਗੀ ਵੀ ਜਿਹੜਾ ਸਾਡਾ ਮਤਲਬ ਕਹਿਣ ਦਾ ਮਤਲਬ ਹੈ ਵੀ ਕਬੂਤਰ ਜਿੱਦੇ ਬਾਜੀ ਆਪਾਂ ਛੱਡਣਾ ਹੈ ਜੇ ਤਾਂ ਹੈਗੇ ਦੇਖੋ ਰਸਮ ਇਸੇ ਦਿਨ ਮਤਲਬ ਸਟਾਰਟਿੰਗ ਦਾ ਮਹੀਨਾ ਹੋ ਗਿਆ ਅਤੇ ਐਂਡ ਦਾ ਹੁਣ ਜਿਵੇਂ ਹੁਣ ਚੱਲੀ ਜਾਂਦਾ ਦੋਸਤਾਂ ਵਾਲਾ ਇਸ ਦਿਨ ਤਾਂ ਕੋਈ ਗੱਲ ਨਹੀਂ ਕਬੂਤਰ ਦੀਆਂ ਕਸਾਂ ਬਣੀਆਂ ਹੋਣੀਆਂ ਚਾਹੀਦੀਆਂ ਫੁੱਲ ਉੱਡਿਆ ਹੋਣਾ ਚਾਹੀਦਾ ਜਿੱਦਾਂ ਕਬੂਤਰਬਾਜੀ ਮੁੱਕਦੀ ਹੈ 4 to 5 ਵਜੇ ਤੱਕ ਉਦੋਂ ਸਾਡਾ ਮਤਲਬ ਇਹ ਹੈ ਕਹਿਣਾ ਵੀ ਕਬੂਤਰ ਜਿੰਨਾ ਰੈਲਾ ਬੈਠੂਗਾ ਚੰਗਾ ਹਾਂ ਮਤਲਬ ਉਹ ਕਬੂਤਰ 2 ਵਜੇ ਬੈਠੇ 1 ਵਜੇ ਤੋਂ ਪਹਿਲਾਂ ਮਤਲਬ ਬੈਠਣਾ ਚਾਹੀਦਾ 2 to 1 to 12 ਤੋਂ ਪਹਿਲਾਂ ਪਹਿਲਾਂ ਹਰ ਹਾਲ ਉਹ ਕਬੂਤਰਾਂ ਨੇ ਰਿਜ਼ਲਟ ਵੱਧ ਦਿੱਤਾ ਹਾਂ ਉਹਨੇ ਸੱਟ ਵੱਧ ਮਾਰਨੀ ਆ ਹੁਣ ਹੁਣ ਸਾਡੇ ਐਤਕੀ ਕਬੂਤਰ ਕੀ ਹੋਇਆ ਉੱਥੇ ਮਤਲਬ ਪਥਰਾਲੇ ਲਾਏ ਅਸੀਂ ਮਤਲਬ ਐਤਕੀ ਅਸੀਂ ਮਤਲਬ ਪਹਿਲਾਂ ਮੌਸਮ ਖਰਾਬ ਰਿਹਾ ਜਦੋਂ ਮਤਲਬ ਮੌਸਮ ਠੀਕ ਹੋਇਆ ਬਾਜੀਆਂ ਛੱਡਣ ਲੱਗੇ ਅਸੀਂ 30 ਬਾਜੀਆਂ ਮਤਲਬ ਛੱਡੀਆਂ 30 ਬਾਜੀਆਂ ਜੋ ਅਸੀਂ 22 ਬਾਜੀਆਂ ਜਿੱਤੇ ਐਤਕੀ 22 ਬਾਜੀਆਂ ਜਦੋਂ ਅਸੀਂ ਜਿੱਤੇ ਤਾਂ ਮਤਲਬ 10 ਥਾਵਾਂ 'ਤੇ ਸਾਡਾ ਪਹਿਲਾ ਨੰਬਰ ਬਣਿਆ ਮਤਲਬ ਸਾਡੇ ਏਰੀਏ 'ਚੋਂ ਮਤਲਬ ਸਭ ਤੋਂ ਵੱਧ ਬਾਜੀਆਂ ਅਸੀਂ ਜਿੱਤ ਗਏ ਮਤਲਬ ਸਾਡੇ ਏਰੀਏ 'ਚ ਬਹੁਤ ਵੱਡਾ ਨਾਂ ਹੈ ਕਬੂਤਰਬਾਜੀ ਦਾ ਬਹੁਤ ਵੱਡੇ ਵੱਡੇ ਸਟਾਰ ਹੈ ਸਾਡੇ ਏਰੀਏ 'ਚ ਅਤੇ ਚਲੋ ਅਸੀਂ ਜਿੱਤੇ ਜੀ ਅਤੇ ਮੈਂ ਗਿਆ ਬਾਜੀ ਅਤੇ ਆਪਣੇ ਚੱਕ ਜਾਨੀ ਸਰ ਉੱਥੇ ਅਸੀਂ 2 ਕਬੂਤਰਬਾਜੀ ਛੱਡੇ ਕਬੂਤਰ ਸੀ ਉਹ ਮਤਲਬ ਗੁਰਜੀਤ ਹੈ ਆਪਣਾ ਮਤਲਬ ਜੇਠੂ ਕੇ ਮਤਲਬ ਮਣੀ ਅਤੇ ਜੇਠੂ ਕੇ ਵਾਲਾ ਅਤੇ ਗੁਰਜੀਤ ਚੌਂਕ ਵਾਲਾ ਸਾਡਾ ਭਰਾ ਉਹਨਾਂ ਸਾਡਾ ਪਿਆਰ ਆ ਉਹ ਮੈਨੂੰ ਕਹਿੰਦੇ ਚਲ ਬਾਜੀ ਅਤੇ ਵਿਹਲਾ ਕੇ ਸਾਡੇ ਨਾਲ ਚੱਲ ਮੈਂ ਚੱਲਦਾ ਅਤੇ ਜੋ ਬਾਜੀ ਛੱਡੀ ਅਸੀਂ ਗੁਰਦੁਆਰਾ ਸਾਹਿਬ 'ਚ ਬੈਠੇ ਮਤਲਬ ਮੈਂ ਬੈਠਾ ਮਣੀ ਬੈਠਾ ਅਤੇ ਬਾਬਾ ਜੰਟਾਲ ਵਾਲਾ ਅਤੇ ਬਾਈ ਮੂਸ਼ੀ ਅਤੇ ਬਾਈ ਮੂਸ਼ੀ ਦਾ ਪਿਓ ਬੈਠੇ ਕਈ ਜਣੇ ਬੈਠੇ ਅਸੀਂ ਉੱਥੇ ਗੱਲਾਂ ਕਰੀਏ ਉਹ ਮੈਨੂੰ ਕਹਿੰਦੇ ਮਤਲਬ ਸੁਖਿੰਦਰਾ ਅਸੀਂ ਨਾ ਜਿਹੜੀ ਤੁਹਾਡੀ 5200 ਵਾਲੀ ਐਂਟਰੀ ਤੁਸੀਂ ਬਾਜੀ ਛੱਡੀ ਵੀ ਤੁਹਾਡਾ ਬੜਾ ਚੰਗਾ ਐਤਕੀ ਸੀਜ਼ਨ ਰਿਹਾ ਅਸੀਂ ਦੇਖੀ ਜਾਂਦੇ ਹਾਂ ਤੁਹਾਨੂੰ ਅਤੇ ਜਿਹੜੀ ਤਾਏ ਗੁਰਦੇਵ ਦੇ ਨਾਂ 'ਤੇ ਬਾਜੀ ਉੱਡੀ ਸੀ ਘਣੀਆਂ ਵਾਲੇ ਦੇ ਮਤਲਬ ਬਹੁਤ ਵੱਡਾ ਚਲੋ ਕਬੂਤਰਬਾਜੀ 'ਚ ਨਾਂ ਹੈ ਗੁਰਦੇਵ ਘਣੀਆਂ ਵਾਲਾ ਬੜੀ ਟੌਪ ਦੀ ਉਹਨਾਂ ਨੇ ਬਾਜੀ ਕਰਾਈ ਮੋਟਰਸਾਈਕਲ ਫਰਿੱਜ ਕੂਲਰ ਨਾਮ ਰੱਖ ਕੇ ਬੜਾ ਤਗੜਾ ਪ੍ਰਬੰਧ ਕਰਿਆ ਸੀ ਉੱਥੇ ਗਏ 5200 ਵਾਲੀ ਐਂਟਰੀ 'ਚ ਅਸੀਂ ਬਾਜੀ ਛੱਡੀ ਉਹ ਮੈਨੂੰ ਕਹਿੰਦੇ ਅਸੀਂ ਮਤਲਬ ਲਾਈਵ ਦੇਖੀ ਜਾਂਦੇ ਸੁਖਿੰਦਰਾ ਵੀ ਉਹ ਸਭ ਦੇ ਕਬੂਤਰ ਬਹਿ ਗਏ ਚਲੋ ਭੂਰੀਕਾ ਬਹਿ ਗਿਆ ਹੋਰ ਮਤਲਬ ਸਾਡੇ ਏਰੀਏ ਦੇ ਬਾਈ ਮੁਸ਼ੀਕੇ ਵੀ ਬਹਿ ਗਏ ਸੀ ਅਤੇ ਵੀ ਸ਼ਾਮ ਨੂੰ 6-7 ਕਬੂਤਰ ਰਹਿ ਗਏ ਵੀ ਸੁੱਖੇ ਪਥਰਾਲੇ ਦੇ ਨਾਂ 'ਤੇ ਕਬੂਤਰੀ ਫਿਰਦੀ ਸੀ ਅਤੇ ਅਸੀਂ ਲਾਈਵ 'ਚ ਦੇਖੀ ਜਾਂਦੇ ਵੀ ਚਲੋ ਵੀ ਇਹ ਬੰਦੇ ਸਾਡੀ ਇੱਜ਼ਤ ਰੱਖਣਗੇ ਕਹਿੰਦੇ ਵੀ ਇਹਨਾਂ ਦਾ ਕਬੂਤਰ ਫਿਰਦਾ ਮੇਰੇ ਮਨ ਨੂੰ ਬੜੀ ਬੜੀ ਖੁਸ਼ੀ ਹੋਈ ਵੀ ਐਡਾ ਟੌਪ ਦਾ ਸਟਾਰ ਬਾਬਾ ਜੰਟਾਲ ਵਾਲਾ ਅਤੇ ਬਾਈ ਮੂਸ਼ੀ ਦਾ ਪਿਓ ਵੀ ਉਹ ਬੰਦੇ ਵੇਖੋ ਕਹਿ ਰਹੇ ਆ ਵੀ ਯਾਰ ਛੋਟੇ ਅਸੀਂ ਦੇਖੀ ਜਾਂਦੇ ਸੀ ਲਾਈਵ ਵੀ ਸੁੱਖੇ ਪਥਰਾਲ ਦੇ ਨਾਂ 'ਤੇ ਕਬੂਤਰੀ ਫਿਰਦੀ ਸੀ ਵੀ ਸਾਡੇ ਏਰੀਏ ਦੇ ਤਾਂ ਇਹੀ ਰਹਿ ਗਏ ਵੀ ਇਹ ਸਾਡੀ ਇੱਜ਼ਤ ਰੱਖਣਗੇ ਮਤਲਬ ਉਦੋਂ ਮੈਨੂੰ ਐਂ ਲੱਗਿਆ ਵੀ ਯਾਰ ਆਪਣੇ ਕਬੂਤਰ ਰੱਖੇ ਹੈ ਅਤੇ ਆਪਣਾ ਜੀਵਨ ਸਫਲ ਹੋ ਗਿਆ ਵੀ ਜਦੋਂ ਇਹ ਬੰਦੇ ਆਪਾਂ ਨੂੰ ਵੇਖੀ ਜਾਂਦੇ ਆ ਇਹ ਬੰਦੇ ਦੇਖੀ ਜਾਂਦੇ ਉੱਥੇ ਜੀ ਚਲੋ ਆਪਾਂ ਮਤਲਬ ਅੱਗੇ ਮਤਲਬ ਤੁਹਾਡੇ ਚੈਨਲ ਦੇ ਥਰੂ ਕਹਿੰਦੇ ਹਾਂ ਵੀ ਉਹ ਬੜੀ ਵੱਡੀ ਬਾਜੀ ਸੀ ਉਹਨਾਂ ਨੇ ਬੜਾ ਤਗੜਾ ਪ੍ਰਬੰਧ ਕਰਿਆ ਬਹੁਤ ਬੰਦਿਆਂ ਨੇ ਇੱਜ਼ਤ ਮਾਣ ਕਰਿਆ ਲੋਕਾਂ ਦਾ ਅਤੇ ਮਤਲਬ ਉੱਥੇ ਸਾਡੇ ਨਾਲ ਮਤਲਬ ਉੱਥੇ ਕੋਈ ਕਬੂਤਰੀ ਸਾਡੀ ਇੱਕੇ ਘਰੇ ਬੈਠਣ ਲੱਗ ਗਈ 7 ਮਿੰਟ ਰਹਿੰਦੇ ਸੀ 7 ਦਾ ਟਾਈਮ ਕਰਾਉਣਾ ਸੀ ਉਹਨਾਂ ਨੇ 6:53 'ਤੇ ਸਾਡੀ ਕਬੂਤਰੀ ਸ਼ਾਮਲ ਸੀਗੀ ਉਹ ਇੱਕੇ ਘਰੇ ਮੇਰਾ ਮਤਲਬ ਸੁੱਖੇ ਪਥਰਾਲ ਦੇ ਨਾਂ 'ਤੇ ਕਬੂਤਰੀ ਸੀ ਅਤੇ ਚੀਨਾ ਮਾਨਸਾ ਦਾ ਇੱਕੇ ਘਰੇ ਐਂ ਗੇੜੇ ਦੇਣ ਲੱਗ ਗਏ ਮੈਂ ਮਤਲਬ ਕਾਪੀ ਵਾਲਾ ਕੋਲ ਸੀ ਬਾਈ ਮੰਦਰ ਹਾਗਿਆਂ ਕੋਲ ਮੈਂ ਸ਼ਾਮਲ ਕਰਾਉਂਦਾ ਇੱਕ ਕਬੂਤਰੀ ਉੱਤੇ ਮਤਲਬ ਉੱਥੇ 5-5 ਮਿੰਟ ਬਾਅਦ ਸ਼ਾਮਲ ਕਰਾਉਣੀ ਪੈਂਦੀ ਸੀ ਜੋ ਲਾਸਟ ਟਾਈਮ ਰਹਿ ਗਿਆ ਮਿੰਟਾਂ 'ਤੇ ਰਹਿ ਗਈ ਅਤੇ ਮੈਂ ਫੋਨ ਕੀਤਾ ਮਤਲਬ ਪ੍ਰਧਾਨ ਨੂੰ ਕੀਤਾ ਸੁੱਖੇ ਨੂੰ ਬੰਸੇ ਨੂੰ ਕਰਿਆ ਘਣੀਆਂ ਨੂੰ ਸਾਡੇ ਨਾਲ ਉਹਦਾ ਭਰਾ ਵਾਲਾ ਪਿਆਰ ਹੈ ਵੀ ਉੱਥੇ ਜਾਓ ਕਬੂਤਰੀ ਆਪਣੀ ਉਹ ਸਾਡੀ ਕਬੂਤਰੀ ਜੀ 15 ਮਿੰਟ ਇੱਕੇ ਘਰ 'ਤੇ ਉੱਡੀ ਗਈ ਉੱਥੇ ਸਾਡੇ ਨਾਲ ਕੀ ਹੋ ਗਿਆ ਵੀ ਉਹ ਮਤਲਬ ਬੜੀਆਂ ਉੱਚੀਆਂ ਕੰਧਾਂ ਸੀ ਦਰਵਾਜ਼ਾ ਸੀ ਘਰ ਅੰਦਰੋਂ ਬਾਹਰ ਲੱਗਿਆ ਸੀ ਸਾਡੀ ਕਬੂਤਰੀ ਉਸੇ ਘਰੇ ਬੈਠੇ ਮੁੜ ਕੇ ਉਸੇ ਘਰੇ ਬੈਠੇ ਹਾਂ ਉਹ ਜੋ ਸਾਡੀ ਕਬੂਤਰੀ ਉਸ ਮੈਂ ਜਦੋਂ ਉੱਥੇ ਮਤਲਬ ਕਬੂਤਰੀ ਬਹਿ ਗਈ ਸਾਡੀ 6 ਮਿੰਟ ਰਹਿੰਦੀ ਕਬੂਤਰੀ ਸਾਡੀ ਬਹਿ ਗਈ ਉੱਥੇ ਬਹਿ ਗਈ 15 ਚੀਨੇ ਦਾ ਵੀ ਉੱਥੇ ਬਹਿ ਗਿਆ ਮਾਨਸਾ ਦਾ ਸਾਡਾ ਵੀ ਬਹਿ ਗਿਆ ਅਤੇ ਚਲੋ ਜੀ ਉੱਥੇ ਸਾਡੇ ਬੰਦੇ ਭੱਜ ਕੇ ਗਏ ਅਤੇ ਜਦੋਂ ਮੈਨੂੰ ਮੈਂ ਵੀ ਵਗ ਗਿਆ ਉਤਰ ਕੇ ਮੈਨੂੰ ਕਹਿੰਦੇ ਇਸ ਘਰੇ ਕਬੂਤਰੀ ਬਹਿ ਗਈ ਚਲੋ ਜੀ ਅਸੀਂ ਉੱਥੇ ਬਾਰ ਬੁਰ ਖਲਾਇਆ ਰੌਲਾ ਰੱਪਾ ਪਾਇਆ
ਅਸੀਂ ਆ ਗਏ ਅਸੀਂ ਮਤਲਬ ਉਹ ਬੜੀ ਵੱਡੀ ਬਾਜੀ ਸੀ ਬੜੀ ਟੌਪ ਦੀ ਬਾਜੀ ਕਰਾਈ ਉਹ ਬੰਦਿਆਂ ਨੇ ਅਸੀਂ ਮਤਲਬ ਚਾਹੁੰਦੇ ਨਹੀਂ ਸੀ ਉਹਨਾਂ ਨਾਲ ਸਾਡਾ ਬੜਾ ਪਿਆਰ ਹੈ ਮਤਲਬ ਉਹ ਮਤਲਬ ਬਾਈ ਸੁੱਖੇ ਨੂੰ ਵੀ ਕਹਿੰਦੇ ਆ ਬਾਂਸਾ ਘਣੀ ਵਾਲਾ ਵਾ ਸਾਰੇ ਮਤਲਬ ਵੀ ਆਓ ਤੁਸੀਂ ਸਾਥੋਂ ਕਬੂਤਰ ਲੈ ਕੇ ਜਾਓ ਘਣੀਆਂ ਵਾਲੇ ਜਿੰਨੇ ਵੀ ਬਾਈ ਮੰਦਰ ਕੇ ਗੁਰਦੇਵ ਕੇ ਸਾਡੇ ਨਾਲ ਬੜਾ ਪਿਆਰ ਉਹਨਾਂ ਦਾ ਅਤੇ ਅਸੀਂ ਚਲੋ ਜੀ ਆਪਦੇ ਘਰ ਆ ਗਏ ਸਾਡਾ ਉੱਥੇ ਲਗਭਗ ਲੱਖ ਰੁਪਇਆ ਸਾਨੂੰ ਨਕਦ ਆਉਂਦਾ ਸੀ ਇੱਕ ਮੋਟਰਸਾਈਕਲ ਆਉਂਦਾ ਜੀ ਉੱਥੇ ਸਾਨੂੰ ਉੱਥੇ ਚਲੋ ਸਾਡਾ ਨੁਕਸਾਨ ਹੋਇਆ ਉੱਥੇ 2 ਲੱਖ ਰੁਪਏ ਦਾ ਅਸੀਂ ਬੋਲੇ ਨਹੀਂ ਅਸੀਂ ਘਰੇ ਆ ਗਏ ਜਿਹੜੇ ਬੰਦਿਆਂ ਦੇ ਉਹ ਘਰੇ ਕਬੂਤਰੀ ਬਹਿੰਦੀ ਸੀ ਉਸ ਘਰੇ ਕਬੂਤਰ ਰੱਖੇ ਸੀ ਪਾਣੀ ਹਿਲਦਾ ਰੱਬ ਜਾਂਦਾ ਉੱਥੇ ਕੁਛ ਹਿਲਦਾ ਸੀ ਚਲੋ ਉਹਨਾਂ ਨੇ ਬੜੀ ਤਕੜੀ ਬਾਜੀ ਕਰਾਈ ਆਪਾਂ ਨੂੰ ਉਹਨਾਂ ਦੀ ਮਤਲਬ ਇੱਜ਼ਤ ਪਿਆਰੀ ਹੈ ਬੰਦਿਆਂ ਨੂੰ ਆਪਦੀ ਕਬੂਤਰਬਾਜੀ ਨੀ ਪਿਆਰੀ ਸਾਡੀ ਬਹੁਤ ਉੱਡੀ ਕਬੂਤਰੀ ਕੋਈ ਗੱਲ ਨਹੀਂ ਸਾਡਾ ਫਿਰ ਵੀ ਬੜਾ ਵੱਡਾ ਮਤਲਬ ਉੱਥੇ ਨਾਮ ਬਣਿਆ ਅਸੀਂ ਸਾਡੀ ਉਹ ਕਬੂਤਰੀ 1.5 ਮਹੀਨੇ ਬਾਅਦ ਉਹਨਾਂ ਦੇ ਘਰੋਂ ਬੰਸੇ ਘਣੀਆਂ ਵਾਲੇ ਨੇ ਮੜਵਾਈ ਹੈ ਉਹਨਾਂ ਦੇ ਘਰੋਂ ਉਸ ਘਰੇ ਕਬੂਤਰ ਰੱਖੀ ਸਾਨੂੰ ਮਤਲਬ ਉੱਥੇ ਮਤਲਬ ਬੰਦਿਆਂ ਨੇ ਮਤਲਬ ਅਸੀਂ ਕਹਿਣਾ ਨਹੀਂ ਚਾਹੁੰਦੇ ਵੀ ਸਾਡੇ ਨਾਲ ਉੱਥੇ ਕੋਈ 420 ਹੋ ਗਈ ਮਤਲਬ ਚਾਹੇ ਉੱਥੇ ਪਾਣੀ ਹਿਲਾਇਆ ਚਾਹੇ ਛਤਰੀ ਹਿਲਾਈ ਚਾਹੇ ਕਬੂਤਰ ਹਿਲਾਏ ਸਾਡੀ ਕਬੂਤਰੀ ਉੱਥੇ ਮਤਲਬ ਸਾਡਾ 2 ਲੱਖ ਰੁਪਏ ਦਾ ਉੱਥੇ ਨੁਕਸਾਨ ਹੋਇਆ ਐਡੀ ਵੱਡੀ ਐਂਟਰੀ ਸੀ ਮਤਲਬ ਉਹ ਆਪਾਂ ਤਾਂ ਗੱਲ ਕਰਦੇ ਹਾਂ ਵੀ ਮੈਨੂੰ ਬਾਬੇ ਜਾਂਟੇਵਾਲ ਵਾਲੇ ਨੇ ਕਿਹਾ ਵੀ ਮੈਂ ਲਾਈਵ ਦੇਖੀ ਜਾਂਦਾ ਸੀ ਵੀ ਸੁੱਖੇ ਪਥਰਾਲੇ ਦਾ ਕਬੂਤਰ ਫਿਰਦਾ ਵੀ ਇਹ ਸਾਡੀ ਇੱਜ਼ਤ ਰੱਖਣਗੇ ਸਾਡੇ ਏਰੀਏ ਦਾ ਕਬੂਤਰ ਆਹ ਰਹਿ ਗਿਆ ਬਾਕੀ ਉੱਧਰ ਦੇ ਰਹਿ ਗਏ ਵੀ ਇਹ ਭਿੜਨਗੇ ਅੱਜ ਇਹ ਜਿੱਤਣਗੇ ਵੀ ਜ਼ਰੂਰ ਅਤੇ ਮੇਰਾ ਸਫਲ ਹੋ ਗਿਆ ਮਤਲਬ ਕਬੂਤਰ ਰੱਖਣਾ ਇੰਨੀ ਖੁਸ਼ੀ ਹੋਈ ਮਨ ਨੂੰ ਉਹ ਬੰਦਿਆਂ ਨੇ ਮੈਨੂੰ ਆਪ ਕਿਹਾ ਗੁਰਦੁਆਰਾ ਸਾਹਿਬ ਦੇ ਵਿੱਚ ਬਹਿ ਕੇ ਬੰਦਿਆਂ ਨੇ ਬਈ ਜਿਵੇਂ ਆਪਾਂ ਦੇਖਦੇ ਹਾਂ ਵੀ ਲਾਸਟ ਦੇ ਉੱਤੇ ਕਬੂਤਰ ਤੁਰ ਜਾਂਦਾ ਉਹਦਾ ਕੀ ਕਾਰਨ ਬਣ ਜਾਂਦਾ ਜ਼ਿਆਦਾਤਰ ਕਿਉਂ ਜਾਂਦਾ ਉਹ ਦੇਖੋ ਜੀ ਗੱਲ ਇਹ ਹੈ ਵੀ ਜਿਵੇਂ ਹੁਣ ਮਤਲਬ ਸਾਡਾ ਮਤਲਬ ਬਲੱਡ ਹੈ ਕਬੂਤਰਬਾਜੀ ਦਾ ਹੁਣ ਜਿੱਦਾਂ ਮੈਂ ਕਬੂਤਰ ਰੱਖੇ ਜਿੱਦੇ ਤੋਂ ਮੈਂ ਕਬੂਤਰ ਰੱਖ ਲਏ ਬਾਈ ਗੁਰਮੀਤ ਕੋਲ ਜਾਣ ਲੱਗ ਗਿਆ ਮੈਂ 11 ਸਾਲ ਹੋ ਗਏ ਮੈਨੂੰ ਅੱਜ ਤੱਕ ਕਬੂਤਰ ਰੱਖੇ ਨੂੰ ਮੈਂ ਮਤਲਬ ਕਿਸੇ ਦੇ ਘਰੋਂ ਕਬੂਤਰ ਨਹੀਂ ਲੈ ਕੇ ਆਇਆ ਮਤਲਬ ਆਹ ਬਾਈ ਸੁੱਖੇ ਨੂੰ ਬਾਈ ਭੁੱਟੋ ਨੇ ਫੋਨ ਕਰਕੇ ਕਿਹਾ ਵੀ ਸੁੱਖੇ ਤੈਨੂੰ ਜੋੜੀ ਲੈ ਜਾ ਆ ਜਾ ਤੇਰੇ ਵਾਸਤੇ ਰੱਖਿਆ ਪਿਆ ਬਾਈ ਭੁੱਟੋ ਦਾ ਸਾਡੇ ਨਾਲ ਭਰਾ ਵਾਲਾ ਪਿਆਰ ਹੈ ਸਵੇਰ ਤੋਂ ਸਾਡੀ ਬਾਜੀ ਉਹਦੇ ਨਾਲ ਕੱਚੀ ਹੁੰਦੀ ਹੈ ਓਲਾ ਦੇਣ ਤੋਂ ਪਹਿਲਾਂ ਬਾਈ ਭੁੱਟੋ ਨਾਲ ਬਾਈ ਮੂਸ਼ੀ ਹੋ ਗਿਆ ਮੂਲਿਆਂ ਵਾਲੀ ਦਾ ਉਹਦੇ ਨਾਲ ਵੀ ਸਾਡੀ ਬਾਈ ਬਿੰਦਰ ਹੋ ਗਿਆ ਗਿੱਲਾਂ ਵਾਲਾ ਬਾਈ ਸੰਤ ਹੋ ਗਿਆ ਮਾਮੂਪੁਰ ਵਾਲਾ ਅਤੇ ਭੂਰੀ ਅਰਗੇ ਹੋ ਗਏ ਮੇਲਾ ਹੋ ਗਿਆ 3 ਭਰਾ ਹੋ ਗਏ ਮਤਲਬ ਠੀਕ ਹੈ ਅਤੇ ਬਾਈ ਜੋਤ ਹੋ ਗਿਆ ਹਿੱਸੋ ਵਾਲਾ ਇਹ ਮਤਲਬ ਸਾਡਾ ਗਿਣਵੇਂ ਚੁਣਵੇਂ 5-7 ਬੰਦਿਆਂ ਨਾਲ ਮਤਲਬ ਗੂੜਾ ਪਿਆਰ ਹੈ ਇਹਨਾਂ ਬੰਦਿਆਂ ਨਾਲ ਅਤੇ ਉੱਥੇ ਜੀ ਚਲੋ ਅਸੀਂ ਬਾਜੀ ਮਤਲਬ ਸੁਹਾਗ ਛੱਡੀ ਪਿੰਡ ਸੀ ਸੁਹਾਗ ਅਸੀਂ ਬੈਠੇ ਹਾਂ ਸੁਹਾਗ ਚੀਨੇ ਨੇ ਕਰਾਈ ਸੀ ਸੁਹਾਗ ਵਾਲੇ ਨੇ ਬਾਜੀ ਉੱਥੇ 109 ਦਾ ਕਬੂਤਰ ਉੱਡਿਆ ਅਤੇ ਸਾਡੇ ਘਰ ਮਤਲਬ ਕਬੂਤਰ ਉੱਡੇ ਜੀ ਘਰ ਕਬੂਤਰ ਉੱਡੇ ਅਤੇ ਇਹਨੇ ਮੰਨ ਕੇ ਚੱਲ ਬਾਈ ਸੁੱਖਾ ਮੈਨੂੰ ਕਹਿੰਦਾ ਵੀ ਆਹ ਕਬੂਤਰੀ ਛੱਡਣੀ ਹੈ ਮੈਂ ਕਿਹਾ ਵੀ ਆਹ ਛੱਡੋ ਚਲੋ ਅਸੀਂ ਮਤਲਬ ਪਤਾ ਨਹੀਂ ਕਿੱਥੋਂ ਆਏ ਅਸੀਂ ਬਾਜੀ ਜਿੱਤ ਕੇ ਆਏ ਸੀ 2 ਕਬੂਤਰੀਆਂ ਰਾਜੇ ਨੇ ਸਾਂਭਤੀਆਂ ਮੈਂ ਰਾਜੇ ਨੂੰ ਕਿਹਾ ਮੈਂ ਰਾਜੇ ਮੈਨੂੰ ਆਹ ਕਬੂਤਰੀ ਪਸੰਦ ਨਹੀਂ ਗੀ ਜਿਹੜੀ ਤੂੰ ਸਾਂਭਤੀ ਰਾਜਾ ਕਹਿੰਦਾ ਨਹੀਂ ਇਹ ਬਾਹਲੀ ਉੱਡੂਗੀ ਮੈਂ ਕਿਹਾ ਚੱਲ ਚੰਗਾ ਚਲੋ ਜੀ ਮੈਂ ਦੋਨੇ ਕਬੂਤਰੀਆਂ ਬਾਜੀ ਪਿੰਜਰੇ 'ਚ ਪਾਂਗਾ ਮੈਂ ਵਗ ਗਿਆ ਮੈਂ ਓਲਾ ਦੇ ਤਾ 2:30-3 ਵਜੇ ਮੈਂ ਅਤੇ ਬਾਈ ਭੁੱਟੋ ਅਸੀਂ ਮੰਜੇ 'ਤੇ ਪਏ ਹਾਂ ਇਕੱਠੇ ਇੱਕ ਮੰਜੇ 'ਤੇ ਬਾਈ ਭੁੱਟੋ ਦਾ ਨਾਂ ਵੀ ਸੁਖਜਿੰਦਰ ਹੈ ਮੇਰਾ ਨਾਂ ਵੀ ਸੁਖਜਿੰਦਰ ਹੈ ਸਾਡਾ ਉਹਦੇ ਨਾਲ ਪਿਆਰ ਵੀ ਵਾਲਾ ਹੈ ਮੈਨੂੰ ਉਹ ਕਹਿੰਦਾ ਵੀ ਸੁਖਜਿੰਦਰ ਜੇ ਮੇਰੀ ਕਬੂਤਰੀ ਅੱਜ ਗਈ ਨਾ ਅਤੇ ਕਹਿੰਦਾ ਮੈਂ ਬਾਜੀ ਨਹੀਂ ਕਹਿਣਾ ਬਣਦਾ ਮੈਂ ਭੁੱਟੋ ਨੂੰ ਕਿਹਾ ਮੈਂ ਕਿਹਾ ਬਾਈ ਜੇ ਮੇਰੀ ਨਾ ਅੱਜ ਗਈ ਅਤੇ ਮੈਂ ਵੀ ਨਹੀਂ ਬਣਦਾ ਕਿਸੇ ਨਾਲ ਵੀ ਮੇਰੀ ਰਾਤਾਂ ਬਾਹਰ ਰਹੀ ਹੈ ਇਹ ਦੂਜੇ ਦਿਨ ਆਉਂਦੀ ਹੈ ਉਹ ਚਿੱਟੀਆਂ ਅੱਖਾਂ ਦੀ ਲਾਲ ਸਿਰੀ ਕਬੂਤਰੀ ਬਾਈ ਸੁੱਖੇ ਵਾਲੇ ਕਬੂਤਰਾਂ 'ਚੋਂ ਸੀ ਮੈਨੂੰ ਪਤਾ ਨਹੀਂ ਵੀ ਕਿਹੜੇ ਬਲੱਡ 'ਚੋਂ ਸੀਗੀ ਅਤੇ ਚਲੋ ਜੀ ਛੱਡਤੀ ਮੇਰੀ ਉਹ ਵੀ ਤੁਰ ਗਈ ਲਾਲ ਸਿਰੀ ਅਤੇ ਬਾਈ ਭੁੱਟੋ ਦੀ ਵੀ ਤੁਰ ਗਈ 4 ਵਜੇ ਚੰਗੇ ਸੀਗੇ ਮਤਲਬ ਗਰਮ ਉਹ ਬੜਾ ਹੀ ਸੀ ਚੰਗਾ ਕਬੂਤਰ ਭੱਜ ਜਾਂਦਾ ਹਾਂ ਮਤਲਬ ਜਿਹੜਾ ਜ਼ਿਆਦਾ ਚੰਗਾ ਕਬੂਤਰ ਹੈ ਨਾ ਗਰਮ ਬਲੱਡ ਹੈ ਉਹ ਵਗ ਜਾਂਦਾ ਹਾਂ ਉਹ ਬਾਗੀ ਜੀ ਚਲੋ ਬਾਗੀ ਟਾਈਮ 'ਚ ਕੱਟੇ ਗਏ ਜਿਹੜੀ ਮੈਨੂੰ ਕਬੂਤਰੀ ਘਰੇ ਪਸੰਦ ਨਹੀਂ ਸੀ ਉਹਦਾ ਇੱਕ ਲਾਲ ਪੂੰਝਾ ਕਰਿਆ ਹੁੰਦਾ ਇਕੱਲਾ ਮਤਲਬ ਮੈਨੂੰ ਘਰੇ ਪਸੰਦ ਨਹੀਂ ਸੀ ਉੱਡਦੀ ਮੈਨੂੰ ਚੰਗੀ ਨਹੀਂ ਲੱਗਦੀ ਸੀਗੀ ਉਹ ਊਂ ਤਾਂ ਮੈਂ ਜ਼ਿਆਦਾਤਰ ਬਾਜੀਆਂ 'ਤੇ ਰਹਿੰਦਾ ਸੀਗਾ ਅਤੇ ਚਲੋ ਜੀ ਉਹ ਕਬੂਤਰੀ ਸਾਂਭੀ ਸੀ ਉਹ ਕਬੂਤਰੀ ਜਿੱਥੇ 2 ਵਜੇ ਜਾ ਕੇ ਟਿੱਕ ਗਈ ਉੱਥੇ ਖੜ੍ਹੀ ਸੀ 6 ਵਜੇ ਤੱਕ ਮੇਲੇ ਮਾਹਵਾਂ ਵਾਲੇ ਮੈਨੂੰ ਸੱਦਿਆ ਮੇਲਾ ਕਹਿੰਦਾ ਕਿ ਜਾਂਦੀ ਤਾਂ ਨਹੀਂ ਮੈਂ ਕਿਹਾ ਨਹੀਂ ਜਾਂਦੀ ਮੈਂ ਕਿਹਾ ਜਿੱਥੇ ਖੜ੍ਹੀ ਇੱਥੇ ਹੀ ਖੜ੍ਹੀ ਉਹ ਰਾਤ ਪਾ ਦੂਗੀ ਕਹਿੰਦਾ ਵੀ ਠੀਕ ਹੈ ਕਹਿੰਦਾ ਆਪਣੀ ਬਾਜੀ ਹੋ ਗਈ ਦੋਨਾਂ ਦੀ ਮਤਲਬ ਜੀ ਉੱਥੇ 109 ਦਾ ਕਬੂਤਰ ਉੱਡੇ ਸੀ
ਸਾਡੀ ਦੋਨਾਂ ਦੀ ਬਾਜੀ ਹੋ ਗਈ ਮਤਲਬ ਸਾਂਝੀ। ਸੁੱਖੇ ਬਾਈ ਨੂੰ ਫੋਨ ਆ ਗਿਆ ਮਤਲਬ ਬਾਈ ਲਾਟੂ ਦਾ ਕੋਟਕਪੂਰੇ ਵਾਲੇ ਦਾ ਉਹਨਾਂ ਦੇ ਲਿਆਜਤਾ ਲੱਕੜਾਂ ਦੇ ਕਬੂਤਰ ਸੀਗਾ ਉਹ ਕਹਿੰਦੇ ਬਾਈ ਯਾਰ ਸਾਡਾ ਵੀ ਪਾਓ ਯਾਰ ਵਿੱਚ। ਸੁੱਖਾ ਮੈਨੂੰ ਮਤਲਬ ਬਾਈ ਨੂੰ ਮੈਂ ਪੁੱਛਿਆ ਮੈਂ ਬਾਈ ਬਾਜੀ ਆਪਾਂ ਮੇਲੇ ਨਾਲ ਸਾਡਾ ਮੇਲੇ ਨਾਲ ਭਰਾਵਾਂ ਵਾਲਾ ਪਿਆਰ ਹੈ ਸਾਡੀ ਉਹਦੇ ਨਾਲ ਵੀ ਓਲਾ ਦੇਣ ਤੋਂ ਪਹਿਲਾਂ ਬਾਜੀ ਕੱਚੀ ਹੁੰਦੀ ਹੈ ਬੜੇ ਥਾਵਾਂ 'ਤੇ ਬਾਜੀ ਕੱਚੀ ਹੋਈ ਹੈ। ਚਲੋ ਜੀ ਉੱਥੇ ਬਾਜੀ ਉਹ ਸਾਡੀ ਕੱਚੀ ਹੋ ਗਈ ਅਤੇ ਮੈਂ ਸੁੱਖੇ ਨੂੰ ਕਿਹਾ ਸੁੱਖਾ ਕਹਿੰਦਾ ਵੀ ਕੋਈ ਗੱਲ ਨਹੀਂ ਲਾਟੂ ਦਾ ਫੋਨ ਆਇਆ ਕਹਿੰਦਾ ਇਹਨਾਂ ਦਾ ਕਬੂਤਰ ਵੀ ਵਿੱਚ ਪਾਓ ਅਸੀਂ ਤਿੰਨ ਪਾਲੇ। ਚੌਥਾ ਇੱਕ ਸਾਡੇ ਹੋਰ ਸੀ ਉਹ ਕਹਿੰਦੇ ਸਾਡਾ ਵੀ ਪਾਓ। ਚਲੋ ਜੋ ਸਾਵਾਂ ਬੰਦਾ ਵਗ ਜੇ ਨਾ ਜਵਾਬ ਨਹੀਂ ਦਿੱਤਾ ਜਾਂਦਾ ਹੈ ਨਾ ਮਤਲਬ ਮੈਂ ਹੁੰਦਾ ਮੈਂ ਜਵਾਬ ਦੇਣ ਦਾ ਪ੍ਰਧਾਨ ਸੀਗਾ ਪ੍ਰਧਾਨ ਨੇ ਨਹੀਂ ਜਵਾਬ ਦਿੱਤਾ ਕਹਿੰਦਾ ਚੰਗਾ ਯਾਰ ਪਾ ਲਓ ਵਿੱਚ। ਚਲੋ ਸਾਡੀ ਚਾਰ ਬੰਦਿਆਂ ਦੀ ਬਾਜੀ ਕੱਚੀ ਹੋ ਗਈ ਬਾਈ ਮਤਲਬ ਉਹ ਕਬੂਤਰੀ ਸਾਡੀ ਉੱਥੇ ਫਿਰਦੀ ਗਵਾ ਚ ਗਈ ਹਾਂ ਜਿਹੜੀ ਮੈਂ ਮਾੜੀ ਕਹਿੰਦਾ ਸੀ ਵੀ ਮੇਰਾ ਮੰਨਣਾ ਤਾਂ ਇਹ ਹੈ ਵੀ ਜਿਹੜਾ ਗਰਮ ਬਲੱਡ ਹੈ ਵੀ ਮੈਂ ਇਹ ਕਹਿਣਾ ਵੀ ਜੇ 10 ਬਾਜੀਆਂ ਛੱਡ ਦਿਓ ਦੋ ਥਾਂ 'ਤੇ ਜਰ ਲਓ ਜੇ ਉਹ ਭੱਜ ਗਿਆ ਕੋਈ ਗੱਲ ਨਹੀਂ ਭਾਜਾਂਗਾ ਜਿੱਥੇ ਸੱਟ ਮਾਰੂਗਾ ਉਹ ਫਿਰ ਉਹ ਮਾਰੂਗਾ ਹੋਰ ਨਾ ਮਾਰੂਗਾ ਨਾ ਹੁਣ ਸਾਡੇ ਏਰੀਏ 'ਚ ਅੱਗੇ ਗੱਲ ਸੁਣਦਾ ਮੈਂ ਤੁਹਾਨੂੰ ਦੱਸਦਾ ਸਾਡੇ ਏਰੀਏ 'ਚ ਇੱਥੇ ਜਦੋਂ ਬਾਜੀ ਹੁੰਦੀ ਹੈ ਇੱਥੇ ਚੀਨਾ ਆ ਜਾਂਦਾ ਹੈ ਬਾਈ ਮੋਹਰਾ ਆ ਜਾਂਦਾ ਹੈ ਮਤਲਬ ਭੁੱਟੋ ਆ ਜਾਂਦਾ ਹੈ ਭੂਰੀ ਕੇ ਹੋ ਜਾਂਦੇ ਹੈ ਅਤੇ ਬਾਈ ਮੂਸ਼ੀ ਹੋ ਜਾਂਦਾ ਮਤਲਬ ਇੱਥੇ ਕਬੂਤਰਬਾਜੀ ਦੇ ਜਿੰਨੇ ਟੌਪ ਦੇ ਪਲੇਅਰ ਹੈ ਸਾਰੇ ਇੱਥੇ ਇਕੱਠੇ ਹੋ ਜਾਂਦੇ ਆ ਇੱਕ ਥਾਂ 'ਤੇ ਅਤੇ ਕਬੂਤਰ ਵੀ ਇੱਥੇ 100 ਤੋਂ ਉੱਤੇ ਹੁੰਦਾ ਫਿਰ ਜੇ ਹੁਣ ਇੱਥੇ ਐਂ ਮੰਨ ਗਏ ਵੀ ਠੰਡਾ ਜਿਹਾ ਤਾਂ ਇੱਥੇ ਕੁੜੀ 'ਚ ਉੱਦਾਂ ਕੰਮ ਨਹੀਂ ਕਰਦਾ ਇੱਥੇ ਤਾਂ ਗਰਮ ਕਰੂਗਾ ਹਾਂ ਫਿਰ ਜੇ ਤਾਂ ਮਿੰਨਤਾਂ ਕਰਨੀਆਂ ਲੋਕਾਂ ਦੀਆਂ ਫਿਰ ਤਾਂ ਠੰਡਾ ਜਿਹਾ ਛੱਡ ਲਾ ਅਤੇ ਮਿੰਨਤਾਂ ਕਰ ਲਾ ਜੇ ਗਰਮ ਛੱਡਣਾ ਫਿਰ ਗਰਮ ਤਾਂ ਬਾਈ ਫਿਰ ਗਰਮ ਨਾਲ ਹੀ ਮਤਲਬ ਇੱਥੇ ਸਾਡੇ ਏਰੀਏ 'ਚ ਖੇਡ ਵੱਧ ਹੋਣ ਕਾਰਨ ਬਾਜੀਆਂ ਵੱਧ ਹੋਣ ਕਾਰਨ ਕਬੂਤਰ ਨਸਲ ਗਰਮ ਹੋਣ ਕਾਰਨ ਗਰਮ ਕਬੂਤਰ ਕਾਰਡ ਕੱਢੂਗਾ ਹੁਣ ਸਾਡਾ ਤਾਂ ਇਹ ਮਕਸਦ ਹੁੰਦਾ ਵੀ ਦੋ ਭੱਜ ਕੇ ਜਰ ਲਾਂਗੇ ਵੀ ਜਿੱਥੇ ਖੜ ਗਏ ਉੱਥੇ ਜਿੱਤ ਲਾਂਗੇ ਅਤੇ ਬਾਈ ਜਿਹੜਾ ਜਿਵੇਂ ਹੁਣ ਚੱਲ ਇਹ ਵੀ ਹੋ ਗਈ ਗੱਲ ਜਿਵੇਂ ਲਾਸਟ ਦੇ ਉੱਤੇ ਪੰਜ ਚਾਰ ਰਹਿੰਦੇ ਕਬੂਤਰ ਬਹਿ ਜਾਂਦਾ ਉਹਦਾ ਕੀ ਕਾਰਨ ਬਣ ਜਾਂਦਾ ਭੁੱਖ ਨੂੰ ਬਹਿ ਜਾਂਦਾ ਜਾਂ ਕੀ ਕਾਰਨ ਬਣਿਆ ਹੰਭ ਜਾਂਦਾ ਜਾਂ ਨਸਲ ਦੇ ਵਿੱਚ ਕੋਈ ਨੁਕਸ ਆ ਜਾਂ ਆਪਾਂ ਤੋਂ ਉਹਦੀ ਡਾਈ ਕਾਸ਼ ਘੱਟ ਬਣੇ ਹੁੰਦੇ ਆ ਕੀ ਕਾਰਨ ਬਣ ਜਾਂਦਾ ਉਹਦਾ ਉਹ ਤਾਂ ਗੱਗੇ ਵੀ ਐਂ ਆ ਦੇਖੋ ਹੈ ਨਾ ਵੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਹੈ ਵੀ ਦੁਨੀਆ ਮਤਲਬ ਅੱਜ ਕੱਲ੍ਹ ਲੋਕ ਕਹਿ ਦਿੰਦੇ ਆ ਵੀ ਹਰ ਇੱਕ ਬੰਦੇ ਕੋਲ ਖੇਡ ਹੈ ਹਰ ਇੱਕ ਬੰਦੇ ਕੋਲ ਕਬੂਤਰ ਹੈ ਵੀ ਜੇ ਹਰ ਇੱਕ ਬੰਦੇ ਕੋਲ ਗੱਗੇ ਖੇਡ ਹੋਵੇ ਨਾ ਹਰ ਇੱਕ ਬੰਦੇ ਕੋਲ ਕਬੂਤਰ ਹੋਣ 100 ਛੁੱਟਦਾ ਸ਼ਾਮ ਨੂੰ 80 ਤਾਂ ਫਿਰਦੇ ਹੀ ਹੋਣ ਨਾ ਮਤਲਬ ਉਹ 5-4 ਕਿਉਂ ਫਿਰਦੇ ਹੁੰਦੇ ਆ ਕਿਉਂਕਿ ਉਹਨਾਂ ਦੇ ਕਬੂਤਰਾਂ 'ਚ ਕੋਈ ਗੱਲ ਹੁੰਦੀ ਹੈ ਉਹਨਾਂ ਦੀ ਖੇਡ 'ਚ ਕੋਈ ਗੱਲ ਹੁੰਦੀ ਹੈ ਮਤਲਬ ਉਹ ਤਾਂ ਫਿਰਦੇ ਹੁੰਦੇ ਆ ਵੀ ਅਕਸਰ ਨੂੰ ਜਦੋਂ ਕਬੂਤਰ ਨੇ ਲਾਸਟ ਟਾਈਮ 'ਤੇ ਹਾਰਨਾ ਹੈ ਉੱਥੇ ਕੀ ਹੋ ਜਾਂਦਾ ਉੱਥੇ ਤਾਂ ਮੇਨ ਜਿਹੜਾ ਮਤਲਬ ਰਹਿ ਜਾਂਦਾ ਉੱਥੇ ਨਸਲ ਦਾ ਰਹਿ ਜਾਂਦਾ ਜਿਹੜੀ ਨਸਲ ਹੈ ਸਾਲੀ ਮੇਰੀ ਉਹਨੇ ਘੰਟਾ ਵੱਧ ਲਾ ਦੇਣਾ ਜ਼ੋਰ ਮਾਰਨਾ ਜਿਹੜਾ ਪੁੱਲ ਹੈ ਉਹਨੇ ਪਹਿਲਾਂ ਬਹਿ ਜਾਣਾ ਉਦੋਂ ਬਾਅਦ ਢਿੱਲਾ ਪੈ ਜਾਂਦਾ ਹਾਂ ਉਦੋਂ ਬਾਅਦ ਬੰਦੇ ਦੀ ਥੋੜ੍ਹੀ ਖੇਡ 'ਤੇ ਰਹਿ ਜਾਂਦੀ ਮਤਲਬ ਜਿੱਦਾਂ ਹੁਣ ਮੰਨ ਕੇ ਚਲੋ ਅਣਜਾਣ ਬੰਦੇ ਨੇ ਕਬੂਤਰ ਸਾਂਭਤਾ ਕੋਈ ਉੱਨੀ ਇੱਕੀ ਗੱਲ ਹੋ ਗਈ ਜੇ ਹੁਣ ਮੰਨ ਕੇ ਚੱਲ ਵੱਧ ਬਦਾਮ ਦਿੱਤੇ ਹੋਏ ਦਿਨ ਗਰਮ ਲੱਗਿਆ ਹੋਇਆ ਉਹਨੇ ਤਾਂ ਬਲਤ ਮੰਨ ਕੇ ਬਹਿ ਜਾਣਾ ਜੇ ਵੱਧ ਬਦਾਮ ਦਿੱਤੇ ਹੋਏ ਦਿਨ ਮਿੱਸਾ ਲੱਗ ਗਿਆ ਤਾਂ ਉਹਦਾ ਵੱਧ ਰਹਿ ਜਾਣਾ ਅਤੇ ਜਿਹਦੇ ਘੱਟ ਹੋਏ ਤਾਂ ਉਹਦਾ ਰਹਿ ਜਾਣਾ ਮਤਲਬ ਉੱਥੇ ਥੋੜ੍ਹਾ ਜਿਹਾ ਮਤਲਬ ਖੇਡ ਦਾ ਅਤੇ ਨਸਲ ਦਾ ਫਰਕ ਪੈ ਜਾਂਦਾ ਜਿਹੜੀ ਮੇਨ ਗੱਲ ਤਾਂ ਇਹ ਹੈ ਮਤਲਬ ਉੱਡਣ ਦਾ ਕਿਹੜੀ ਨਸਲ ਬਈ ਤੁਸੀਂ ਪੰਜਾਬ ਦੇ ਵਿੱਚ ਕਿਵੇਂ ਕਿਹੜੀ ਨਸਲ ਵੱਧ ਚੰਗੀ ਮੰਨਦੇ ਵੀ ਆਹ ਕਬੂਤਰ ਬੜੇ ਚੰਗੇ ਨੇ ਯਾਰ ਦੇਖੋ ਜੀ ਆਪਣੇ ਹਾਂ ਮਤਲਬ ਜਿਹੜੀ ਆਪਾਂ ਅੱਗੇ ਗੱਲ ਮੰਨਦੇ ਹਾਂ ਮਤਲਬ ਮੇਰਾ ਅਤੇ ਮਤਲਬ ਪ੍ਰਧਾਨ ਦਾ ਮੰਨਣਾ ਸਾਡਾ ਵੀ ਅਸੀਂ ਨਸਲ ਮੰਨਦੇ ਹਾਂ ਜਿਹੜਾ ਉੱਡ ਗਿਆ ਠੀਕ ਹੈ ਦੇਖੋ ਹੁਣ ਜਿਵੇਂ ਮੇਰੇ ਕੋਲ ਕਬੂਤਰ ਆਏ ਆ ਮੇਰੇ ਕੋਲ ਕਬੂਤਰ ਮੈਨੂੰ ਮਤਲਬ ਬਾਈ ਗੁਰਮੀਤ ਕਰਨ ਦਿੱਤੇ ਆ ਬਾਬੇ ਮੈਡਿਕ ਵਾਲੇ ਕਬੂਤਰ ਹੈ ਮਤਲਬ ਪੁੰਨੂ ਵਾਲੇ ਕਬੂਤਰ ਹੈ ਜਿਹੜੇ ਪੁੰਨੂ ਦੇ ਘਰੋਂ ਆਏ ਪਏ ਆ ਮੋਹਨ ਸਿੰਘ ਬਾਦਲ ਵਾਲੇ ਕਬੂਤਰ ਹੈ ਬਾਬੇ ਮੈਡ ਦੇ ਘਰੋਂ ਆਏ ਪਏ ਕਬੂਤਰ ਹੈ ਮਤਲਬ ਉਹਨਾਂ ਦੇ ਘਰੋਂ ਆਏ ਪਏ ਕਬੂਤਰ ਹੈ ਉਹ ਹੈਗੇ ਆ ਜਿੱਦਾਂ ਹੁਣ ਮੰਨ ਕੇ ਚੱਲ ਲੋਕਾਂ ਕੋਲ ਉਹ ਕਹਿੰਦਾ ਜੀ ਇਹ ਫਲਾਨੇ ਵਾਲਾ ਕਬੂਤਰ ਧਿਉਂਕੇ ਵਾਲਾ ਕਬੂਤਰ ਹੈ ਦੇਖੋ ਜਿਹੜਾ ਉੱਡ ਗਿਆ ਉਹਨੂੰ ਆਪਾਂ ਨਸਲ ਮੰਨਾਂਗੇ ਠੀਕ ਹੈ ਦੂਜੇ ਨੂੰ ਆਪਾਂ ਨਸਲ ਨਹੀਂ ਮੰਨਦੇ ਸਹੀ ਆਪਾਂ ਉਹਦਾ ਨਾਂ ਰੱਖੀ ਬੈਠੇ ਹੋਏ ਤਾਂ ਗੇੜਾ ਉਹਦਾ ਬੱਚਾ ਲਿਆਉਂਦਾ ਹਾਂ ਗੇੜਾ ਉਹਦਾ ਬੱਚਾ ਲਿਆਉਂਦਾ ਨਹੀਂ ਹੁਣ ਜਿਹਨੇ ਸੱਟ ਮਾਰਨੀ ਹੈ ਹੁਣ ਤੁਹਾਨੂੰ ਗੱਲ ਸੁਣਾਉਣਾ ਮੈਂ ਮਤਲਬ ਇੱਥੇ ਮੈਨੂੰ ਲਾਲ ਬਾਈ ਵਾਲੇ ਨੇ ਕਬੂਤਰ ਦਿੱਤਾ ਬਾਈਕਿਆਂ ਨੇ ਅਤੇ ਮੈਂ ਉਹਦੇ ਨਾਲ ਕਬੂਤਰੀ ਲਾ ਤੀ ਇੱਥੇ ਬੱਚਾ ਕਢਾਇਆ ਇੱਥੇ ਉੱਡਿਆ ਕਰੇ ਉਹ ਤਾਰ 'ਤੇ ਬਹਿ ਜਾ ਕਰੇ ਉਹ ਸਾਹਮਣੇ ਤਾਰ ਜਾਂਦੀ ਉੱਥੇ ਛਤਰੀ ਬਹਿ ਕਰੇ ਉੱਥੇ ਤਾਰ 'ਤੇ ਬੈਠਿਆ ਕਰੇ ਉਹ 2 ਵਜੇ ਤੱਕ ਉੱਡਿਆ ਕਰੇ ਤਾਰ 'ਤੇ ਬਹਿ ਜਾ ਕਰੇ 2020 ਦੇ ਵਿੱਚ
46 ਟੈਂਪਰੇਚਰ ਹੋਇਆ ਇੱਕੋ ਵਾਰ ਹੋਇਆ ਉਸ ਤੋਂ ਬਾਅਦ 46 ਟੈਂਪਰੇਚਰ ਨਹੀਂ ਹੋਇਆ ਨਾ 21 ਚ ਹੋਇਆ ਨਾ 22 ਚ ਨਾ 23 ਚ ਹੋਇਆ ਸਹੀ ਗੱਲ 20 ਚ ਹੋਇਆ ਇੱਕ ਸਾਲ ਹੀ ਵੱਧ ਗਰਮੀ ਹਾਂ ਇੱਕ ਦਿਨ ਹੋਇਆ 20 ਚ ਚਲੋ ਜੀ ਇੱਥੋਂ ਮੈਂ ਮਤਲਬ 32 ਵਾਲੀ ਐਂਟਰੀ ਸੀ ਤਿਉਨੇ ਕਲੱਬ ਦੀ ਤੇ ਇੱਥੋਂ ਜੀ ਮੈਂ ਕੂਤਰ ਸਾਂਭਿਆ ਮੈਂ ਬਾਈ ਗਰਮੀਤ ਨੂੰ ਫੋਨ ਕੀਤਾ ਮੈਂ ਕਿਹਾ ਬਾਈ ਜੀ ਕੱਲ੍ਹ ਨੂੰ ਕੂਤਰ ਬਾਜੀ ਛੱਡਣਾ ਅੱਜ ਆਪਣਾ 2 ਵਜੇ ਬੈਠਾ ਗੇੜੇ ਵਾਲੇ ਦਿਨ ਤੇ ਪਰਸੋਂ ਛੱਡਣਾ ਤੇ ਬਾਜੀ ਮਤਲਬ ਚੰਗੀ ਹੈ ਕੂਤਰ ਵੀ ਚੰਗੇ ਐਂਟਰ ਹੈ 32 ਵਾਲੀ ਐਂਟਰੀ ਹੈ ਤੇ ਗਰਮੀ ਬਹੁਤ ਜ਼ਿਆਦਾ ਹੈ ਕਿਵੇਂ ਕਰਾਂ ਉਹ ਮੈਨੂੰ ਕਹਿੰਦਾ ਇੰਨੇ ਕੁ ਬਦਾਮ ਦੇ ਦੀ ਸੋ ਅੰਦਰ ਆਲੂ ਬੁਖਾਰਾ ਮਤਲਬ ਐਂ ਕਰਕੇ ਭਿਉਂਦੇ ਐਂ ਕਰਕੇ ਲਾ ਦੀ ਚਲੋ ਜੀ ਮੈਂ ਲਾ ਤਾ ਲਾ ਕੇ ਆਲੂ ਬੁਖਾਰਾ ਤੇ ਚਲੋ ਜੀ ਮੈਂ ਲੋਕਡਾਊਨ ਦਾ ਟਾਈਮ ਸੀ ਬਾਜੀ ਤੇ ਬਾਲੇ ਬੰਦੇ ਜਾਣ ਨਹੀਂ ਦਿੰਦੇ ਸੀ ਉਸ ਟਾਈਮ ਇੱਥੇ ਨੇੜੇ ਬਾਜੀ ਸੀਗੀ ਮੇਰਾ ਬਾਬੇ ਮਤਲਬ ਗੋਰੀ ਕਰਾਉਂਦਾ ਬਾਜੀ ਉਹਦਾ ਨਾਲ ਮੇਰਾ ਬਾਹਲਾ ਪਿਆਰ ਹੈ ਚਲੋ ਜੀ ਮੈਂ ਇੱਥੋਂ ਕੂਤਰ ਪਾਇਆ ਪਿੰਜਰੇ 'ਚ ਮੈਂ ਵਗ ਗਿਆ ਅਤੇ ਚਲੋ ਜੀ ਮੈਂ ਕੂਤਰ ਛੱਡਿਆ ਅਤੇ ਮਤਲਬ ਮੈਂ ਖੇਡ ਬਾਹਲੀ ਪੁੱਠੀ ਲਾਈ ਸੀ ਪਾਣੀ ਵੀ ਲਾਇਆ ਸੀ ਉੱਥੇ ਆਲੂ ਬੁਖਾਰਾ ਵੀ ਲਾਇਆ ਸੀ ਬਣਿਆ ਪਾਣੀ ਵੀ ਲਾਇਆ ਸੀ ਠੀਕ ਹੈ ਟੈਂਪਰੇਚਰ ਉਸ ਦਿਨ ਦਾ 46 ਦੱਸੀ ਜਾਂਦੇ ਸੀ ਮਤਲਬ 45 ਤਾਂ ਗੇੜੇ ਵਾਲੇ ਦਿਨ ਵੀ ਸੀਗਾ ਜਿੱਦਾਂ ਮੇਰਾ ਕੂਤਰ 2 ਵਜੇ ਬੈਠਾ ਅਤੇ ਚਲੋ ਜੀ ਮੈਂ ਕੂਤਰ ਛੱਡਤਾ ਅਤੇ ਕੂਤਰ ਉੱਥੇ ਛੁੱਟ ਗਏ ਅਤੇ ਪਹਿਲੀ ਅਲੋਸਮੈਂਟ ਜਦੋਂ ਹੋਈ ਸਪੀਕਰ 'ਚ ਵੀ ਮੇਰਾ ਚਾਚਾ ਜੀ ਹੈ ਦਰਸ਼ਨ ਜੈ ਸਿੰਘ ਵਾਲਾ ਮੈਂ ਉਹਦੇ ਨਾਂ 'ਤੇ ਕੂਤਰ ਛੱਡਦਾ ਆਪਦੇ ਨਾਂ 'ਤੇ ਕਦੇ ਕੂਤਰ ਨਹੀਂ ਛੱਡਿਆ ਜਾਂ ਸੁੱਖੇ ਪਥਾਲੇ ਦੇ ਨਾਂ 'ਤੇ ਕੂਤਰ ਹੁੰਦਾ ਅਤੇ ਅੱਗੇ ਦਰਸ਼ਨ ਜੈ ਸਿੰਘ ਵਾਲਾ ਕੂਤਰ ਬਹਿੰਦਾ ਪਹਿਲਾਂ ਚਲੋ ਜੀ ਮੈਂ ਮੰਜੇ 'ਤੇ ਪਿਆ ਮੈਂ ਜੀ ਉੱਠ ਕੇ ਦੇਖਿਆ ਅਤੇ ਸਾਲਾ ਨੀਵੇਂ ਗੇੜੇ ਪਾਈ ਜਾਵੇ ਮੈਂ ਚੱਲ ਕੋਈ ਗੱਲ ਨਹੀਂ ਅਤੇ ਮੰਨ ਲਾ ਮੈਨੂੰ ਪਤਾ ਸੀ ਵੀ ਜੇ ਤਾਂ ਹੁਣ ਬਹਿ ਗਿਆ 70 ml ਪਾਣੀ ਦਿੱਤਾ ਗਰਮੀ ਵਾਲੀ ਸੀ ਛੱਡਣ ਵੇਲੇ ਗਰਮੀ ਵਾਲੀ ਸੀ ਮੈਂ ਕਿਹਾ ਜੇ ਤਾਂ ਹੁਣ ਬਹਿ ਗਿਆ ਕਿੰਨੇ ਵਜੇ ਲੈ ਲੱਗੇ ਜੀ 7 ਵਜੇ ਮੈਂ ਕਿਹਾ ਜੇ ਤਾਂ ਹੁਣ ਬਹਿ ਗਿਆ ਤਾਂ ਬਹਿ ਗਿਆ ਅਤੇ ਨਹੀਂ ਫਿਰ ਇਹਨੇ ਐਂਡ 'ਤੇ ਬੈਠਣਾ ਚਲੋ ਜੀ ਮੈਂ ਬੈਠਾ ਤਾਂ ਮੈਂ ਕਿਹਾ ਚਲ ਜੇ ਬਹਿੰਦਾ ਕੋਈ ਗੱਲ ਨਹੀਂ ਬਹਿ ਗਿਆ ਠੀਕ ਹੈ ਮੈਂ ਇਕੱਲਾ ਗਿਆ ਜੀ ਭਾਜੀ ਚਲੋ ਜੀ ਕਬੂਤਰ ਮਤਲਬ ਟਾਵਰ ਦੇ ਆਲੇ ਦੁਆਲੇ ਨੀਵੇਂ ਗੇੜੇ ਦਿੰਦਾ ਦਿੰਦਾ ਕਬੂਤਰ ਸੈੱਟ ਹੋ ਗਿਆ ਮਤਲਬ 11 ਤੋਂ 12 ਵੱਜ ਗਏ 1 ਵੱਜ ਗਿਆ 2 ਵੱਜ ਗਏ ਜੋ ਸ਼ਾਮ ਨੂੰ 5 ਕਬੂਤਰ ਰਹਿ ਗਏ ਨਾ ਮਤਲਬ ਆਪਾਂ ਚਲੋ ਕੈਮਰੇ 'ਤੇ ਨਾਂ ਦਾ ਕਾਹਨੂੰ ਲੈਣਾ ਟੋਪ ਦੇ ਪਲੇਅਰਾਂ ਦੇ ਕਬੂਤਰ ਰਹਿ ਗਏ ਸੀਗੇ ਜੋ ਟੋਪ ਦੇ ਪਲੇਅਰਾਂ ਦੇ ਕਬੂਤਰ ਰਹਿ ਗਏ ਅਤੇ ਮਤਲਬ ਗੁਰਪ੍ਰੀਤ ਆ ਬੀਬੀ ਵਾਲੇ ਆ ਮਤਲਬ ਆਪਣਾ ਭਰਾ ਉਹਦੇ ਨਾਲ ਮੇਰੀ ਆਏ ਸਾਲ 1-2 ਥਾਵਾਂ 'ਤੇ ਬਾਜੀ ਉਹਦੇ ਨਾਲ ਮੇਰੀ ਸਾਂਝੀ ਹੁੰਦੀ ਹੈ ਕਬੂਤਰ ਉਹਦੇ ਵੀ ਚੰਗੇ ਉੱਡਦੇ ਆ ਉਹ ਮੇਰੇ ਕੋਲ ਆਇਆ 5 ਕਬੂਤਰ ਰਹਿ ਗਏ 3:40 ਮਿੰਟ 'ਤੇ 46 ਟੈਂਪਰੇਚਰ ਹੋ ਗਿਆ ਅਤੇ ਕਬੂਤਰ ਸਾਰੇ ਮੰਦੇ ਵਿੱਚੇ ਮੇਰੇ ਵਾਲਾ ਵੀ ਮੰਦਾ ਅਤੇ ਮੈਨੂੰ ਕਹਿੰਦਾ ਸੁਖਿੰਦਰਾ 5 ਰਹਿ ਗਏ ਬਾਲਾ ਬਹੁਤ ਪੈਸੇ ਆਉਂਦੇ ਆ ਮੈਂ ਆਖਿਆ ਗੁਰਪ੍ਰੀਤ ਮੇਰਾ ਤਾਂ ਨਵਾਂ ਜਿਹਾ ਕੰਮ ਹੈ ਮੈਂ ਕਿਹਾ ਮੈਂ ਤਾਂ ਚੋਚਲਾ ਹੀ ਦੇਖਣਾ ਮੈਂ ਕਿਹਾ ਤੂੰ ਮੇਰਾ ਭਰਾ ਹੈ ਅਤੇ ਮੈਂ ਕਿਹਾ ਮੈਂ ਤਾਂ ਕੋਈ ਗੱਲ ਨਹੀਂ ਕਬੂਤਰ ਵੀ ਬਾਈ ਗੁਰਮੀਤ ਦੇ ਮੈਂ ਖੇਡ ਵੀ ਉਹਨੇ ਦੱਸੀ ਹੈ ਅਤੇ ਮੈਂ ਤਾਂ ਮੈਂ ਕਿਹਾ ਪਤਿਆਉਣ ਹੀ ਆਇਆ ਚੱਲਣ ਦੇ ਮੈਂ ਕਿਹਾ ਕੋਈ ਚੱਕਰ ਨਹੀਂ ਯਾਰ ਹੱਥ ਜਿਹਾ ਸਿੱਧਾ ਕਰਦਾ ਮੈਂ ਕਿਹਾ ਮੈਂ ਤਾਂ ਅਤੇ ਮੈਂ ਕਿਹਾ ਤੂੰ ਨਾ ਮੈਨੂੰ ਆਖੀ ਬਾਜੀ ਦਾ ਉਹ ਮੁੜ ਗਿਆ ਬਾਈ ਮੁੜ ਗਿਆ ਚਲੋ ਜੀ 4 ਵੱਜ ਗਏ ਉਹ ਫਿਰ ਮੇਰੇ ਕੋਲ ਆਇਆ ਕਹਿੰਦਾ ਸੁਖਿੰਦਰਾ ਮਨ ਜਿਹਾ ਬਾਲਾ ਮੈਨੂੰ ਕਹਿੰਦਾ ਮੈਂ ਗੁਰਪ੍ਰੀਤ ਤੂੰ ਮੇਰਾ ਭਰਾ ਹੈ ਤੇਰੇ ਨਾਲ ਮੇਰਾ ਅੱਧ 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 ਤੂੰ ਲੈ ਜੀ ਮੇਰਾ ਪਹਿਲਾਂ ਬਹਿ ਜੇ ਚਾਹੇ ਤੇਰਾ ਬਹਿ ਜੇ ਪਰ ਹੁਣ ਨਾ ਤੂੰ ਆਈ ਮੈਂ ਕਿਹਾ ਮੈਨੂੰ ਰਗੜ ਲੈਂਦੇ ਸਾਰੇ ਅੱਜ ਮੈਂ ਕਿਹਾ ਮੇਰਾ ਦਿਨ ਬਣਿਆ ਪਿਆ ਖੇਡ ਮੇਰੇ ਦਿਨ ਵਾਲੀ ਹੋਈ ਪਈ ਹੈ ਟੈਂਪਰੇਚਰ ਸਹੀ ਹੋਇਆ ਪਿਆ ਉਹ ਵੱਗ ਗਿਆ ਬਾਈ ਮੇਰੇ ਨਾਲ ਬਾਜੀ ਸਾਂਝੀ ਹੋ ਗਈ ਚਲੋ ਜੀ ਉੱਤੋਂ 1 ਆਇਆ ਦਮ 2 ਆਇਆ ਬਹਿ ਗਿਆ 3 ਆਇਆ ਮੇਰਾ ਕਬੂਤਰ ਰਹਿ ਗਿਆ ਜੀ ਮੇਰੀ ਤਾਂ ਗੁਰਪ੍ਰੀਤ ਦੀ ਬਾਜੀ ਸਾਂਝੀ ਸੀ ਸਾਡੀ ਦੋਨਾਂ ਨੂੰ ਸਾਨੂੰ ਬਾਬੇ ਨੇ ਪੈਸੇ ਦਿੱਤੇ ਵੰਡ ਕੇ ਮੇਰਾ ਕਬੂਤਰ ਮਤਲਬ 5:40 'ਤੇ ਮੈਂ ਛਤਰੀ ਲਾਈ ਤਾਰ ਦੇ ਨਾਲ ਉਹ ਘਰ ਤਾਰ 'ਤੇ ਬਹਿੰਦਾ ਸੀ ਤਾਰ ਦੇ ਨਾਲ ਛਤਰੀ ਲਾਈ ਆ ਕੇ ਬਹਿ ਗਿਆ ਮੈਂ ਲਾ ਲਿਆ ਅਤੇ ਮੈਂ ਘਰ ਲਿਆ ਕੇ ਛੱਡਿਆ ਮਤਲਬ ਕਬੂਤਰਾਂ ਨੂੰ ਮਾਰੇ ਜੋ ਘਰ ਲਿਆ ਕੇ ਛੱਡਿਆ ਉਹ ਕਬੂਤਰਾਂ ਨੂੰ ਮਾਰੇ 46 ਟੈਂਪਰੇਚਰ ਜਿੱਤ ਕੇ ਲੋਕਾਂ ਦੇ ਮਰ ਗਏ ਉਦੇ ਉਹ ਕਬੂਤਰਾਂ ਨੂੰ ਮਾਰੇ ਕਬੂਤਰ ਐਡਾ ਕਰੜਾ ਸੀ ਮਤਲਬ ਉਦੇ ਤੋਂ ਮੈਂ ਮਸ ਲਿਆ ਵੀ ਜਿਹੜਾ ਕਬੂਤਰ ਘਰੇ ਮਤਲਬ ਖੁਸ਼ਕ 'ਚ ਜਦੋਂ ਮਤਲਬ ਲੋਹ ਪੈਂਦੀ ਹੈ ਬਾਜੀ ਛੇਤੀ ਨਿਬੜਦੀ ਘਰੇ ਘੱਟ ਉੱਡੂ ਆ ਉਹ ਕਾਮਯਾਬ ਸਾਡੇ ਉਹ ਮੱਚਦਾ ਨਹੀਂ ਹਾਂ ਸਹੀ ਹੈਗਾ ਆਲੂ ਬੁਖਾਰਾ ਬਈ ਜਿਹੜਾ ਆਪਾਂ ਕਹਿ ਦਿੰਦੇ ਆ ਦਿੰਦੇ ਆ ਕਿੰਨੇ ਕੁ ਪਾਣੀ 'ਚ ਪਾ ਕੇ ਦੇਣਾ ਚਾਹੀਦਾ ਇਹ ਦੇਖੋ ਜੀ ਜਿਹੜੀ ਆਲੂ ਬੁਖਾਰੇ ਲਈ ਗੱਗੇ ਮਤਲਬ ਇਹ ਮੇਨ ਤਾਂ ਅਸਲ ਤੂੰ ਜਿਹੜੀ ਗੱਲ ਪੁੱਛ ਲਈ ਹੁਣ ਮਤਲਬ ਇਹ ਬਾਹਲੀ ਵੱਡੀ ਗੱਲ ਪੁੱਛ ਲਈ ਹੈ ਨਾ ਚਲੋ ਆਪਾਂ ਮਤਲਬ ਜਿੰਨਾ ਕੁ ਮੈਨੂੰ ਮੇਰੇ ਉਸਤਾਦ ਵੱਲੋਂ ਆਰਡਰ ਆ ਉਨੀ ਕੁ ਮੈਂ ਤੁਹਾਨੂੰ ਦੱਸ ਦਿੰਦਾ ਵੱਧ ਨਹੀਂ ਮੈਂ ਦੱਸਦਾ ਇਹ ਲੱਗਦਾ ਮੌਸਮ ਦੇ ਹਿਸਾਬ ਨਾਲ ਪਤਲਾ ਗਾੜਾ ਹਾਂਜੀ ਜਿਹੜਾ ਸਾਡਾ ਉਸਤਾਦ ਹੈ ਮਤਲਬ
ਅਸੀਂ 2018 'ਚ ਬਾਲੀਆਂ ਬਾਜੀਆਂ ਜਿੱਤੇ ਹਾਂ, ਮਤਲਬ ਬਾਈ ਸੁੱਖੇ ਦੇ ਅਤੇ ਬਾਈ ਗੁਰਮੀਤ ਦੇ ਕਬੂਤਰ ਪਿੰਡ ਲਾਲ ਬਾਈ ਲੱਗੇ ਹੁੰਦੇ ਸੀ ਉੱਥੇ ਬਾਈ ਉਸਤਾਦ ਦੇ ਘਰੇ, ਮਤਲਬ ਜਿੱਥੇ ਛੱਡਤਾ ਮਤਲਬ ਉੱਥੇ ਅਸੀਂ ਜਿੱਤੇ ਬਿਨਾਂ ਆਏ ਨਹੀਂ ਸੀਗੇ। ਉੱਥੇ ਅਸੀਂ ਆਲੂ ਬੁਖਾਰਾ ਲਾਉਂਦੇ ਹੁੰਦੇ ਸੀ, ਮਤਲਬ ਕੋਈ ਟਾਈਮ ਸੀ ਰਾਤ ਨੂੰ, ਉੱਥੇ ਸਾਡਾ ਕਬੂਤਰ ਉੱਡਦਾ ਵੱਧ ਕਦੇ ਉੱਡਦਾ ਵੀ ਇਹ ਕੀ ਚੱਕਰ ਹੈ। ਮੈਨੂੰ ਕਹਿੰਦਾ ਵੀ ਥੋੜ੍ਹਾ ਫਿਰ ਟਾਈਮ ਬਦਲ ਕੱਲਾ ਹੀ ਆਲੂ ਬੁਖਾਰਾ ਲਾਉਂਦੇ ਸੀ ਜਾਂ ਪਾਣੀ ਵੀ ਲਾਉਂਦੇ ਸੀ? ਨਹੀਂ ਅਸੀਂ ਪਾਣੀ ਵੀ ਨਾਲ ਲਾਉਂਦੇ ਬਈ ਉਦੋਂ। ਹਾਂ ਫਿਰ ਉਦੋਂ ਰਾਤ ਨੂੰ ਤਾਂ ਆਲੂ ਬੁਖਾਰਾ ਲਾਉਂਦੇ ਸੀ, ਪਾਣੀ ਕਦੋਂ ਲਾਉਂਦੇ ਸੀ? ਪਾਣੀ ਵੀ ਲਾਉਂਦੇ, ਮਤਲਬ ਅਸੀਂ ਪਾਣੀ ਵੀ ਰਾਤ ਨੂੰ। ਹਾਂ ਦੇਖੋ ਮੈਂ ਅੱਗੇ ਤੈਨੂੰ ਝੂਠ ਨਹੀਂ ਮਾਰਦਾ, ਜਿੰਨਾ ਮੈਨੂੰ ਉਹਦੇ ਵੱਲੋਂ ਆਰਡਰ ਹੈ ਮੈਂ ਉਨੀ ਤੈਨੂੰ ਖੇਡ ਦੱਸਦਾ, ਵੱਧ ਨਹੀਂ ਮੈਂ ਦੱਸ ਸਕਦਾ। ਜਿੱਥੇ ਵੱਧ ਦੱਸਣ ਦਾ ਟਾਈਮ ਆਇਆ ਤੈਨੂੰ ਉਹਦੀ ਇੰਟਰਵਿਊ ਕਰਾਊਂਗਾ, ਸਹੀ ਹੈ, ਮਤਲਬ ਉਹਨੂੰ ਦੱਸੀ ਫਿਰ ਬਾਈ ਉਹ ਦੱਸੂਗਾ। ਉਹ ਜੀ ਮੈਂ ਉਹਦੇ ਨਾਲ ਗੱਲ ਕਰੀ, ਮੈਨੂੰ ਉਹ ਕਹਿੰਦਾ ਫਿਰ ਹੁਣ ਤੂੰ ਇੰਨੇ ਵਜੇ ਕਰਦੇ ਆਲੂ ਬੁਖਾਰਾ, ਅੱਧੇ ਨੇ ਕਬੂਤਰ ਉੱਡੂਗਾ ਬਾਜੀ ਜਿੱਤੂ ਪਰ ਮਰਦਾ ਨਹੀਂ। ਮੈਂ ਜੀ ਉਨੇ ਵਜੇ ਕਰਤਾ, ਅਸੀਂ ਹੁਣ ਉਨੇ ਵਜੇ ਲਾਉਣੇ ਆ, ਮਤਲਬ ਸਾਡਾ ਕਬੂਤਰ ਜਿੱਤ ਹੈ। ਪਤਲੇ ਗਾਲੇ ਦਾ ਕੀ ਹਿਸਾਬ ਕਿਤਾਬ ਆ ਫਿਰ ਬਾਈ? ਦੇਖੋ ਜੀ ਜਦੋਂ ਤਾਂ ਉੱਡ ਕੇ ਉਦੋਂ ਅਸੀਂ ਇੱਕ ਦਾਣਾ ਭਿਉਂਦੇ ਹੁੰਦੇ ਸੀ 50 ml ਪਾਣੀ 'ਚ, ਉਹ 50 ਚੋਂ ਮਤਲਬ ਉਸ ਟਾਈਮ ਗਰਮੀ ਇੰਨੀ ਹੁੰਦੀ ਹੈ ਵੀ ਉਹ 40 ਹੀ ਰਹਿ ਜਾਂਦਾ ਜਦੋਂ ਨਿਚੋੜਨਾ, ਮਤਲਬ ਨਿਚੋੜ ਕੇ ਗੁੱਦ ਜੀ ਵੀ ਨਿਚੋੜ ਦਿੰਦੇ ਜਾਂ ਉਹ ਛੱਡ ਦਿੰਦੇ? ਹਾਂ ਅਸੀਂ ਗਿੜਕ ਜਦੋਂ ਆਲੂ ਬੁਖਾਰਾ ਭਿਉਂਤਾ 50 ml ਪਾਣੀ 'ਚ ਅਸੀਂ ਗਿੜਕ ਕੱਢ ਦੇਣੀ ਹੈ, ਮਤਲਬ ਸ਼ਾਮ ਨੂੰ ਹੀ ਰਾਤ ਨੂੰ 9-10 ਵਜੇ ਗਿੜਕ ਕੱਢ ਕੇ ਸਿੱਟ ਦੇਣੀ ਹੈ, ਗੁੱਦ ਜੀ ਰੱਖ ਲੈਣੀ ਹੈ, ਸਵੇਰੇ ਉੱਠਣਾ ਉਹਨੂੰ ਨਿਚੋੜ ਲੈਣਾ ਗੁੱਦ ਜੀ ਨੂੰ ਵੀ ਆਈ ਵਿੱਚੇ ਗੁੱਦ। ਉਦੋਂ ਤਾਂ ਅਸੀਂ ਮਤਲਬ ਲਾਉਂਦੇ ਹੁੰਦੇ ਸੀ ਮਤਲਬ 30-35 ml, ਉਹ 50 ml ਪਾਣੀ 'ਚ ਇੱਕ ਭਿਉਂਤਾ 30-35 ml, ਉਹਦੇ ਨਾਲ ਸਾਡਾ ਮਤਲਬ ਕਬੂਤਰ ਜਿੱਤ ਜਾਂਦਾ ਖਿੱਚ ਜਾਂਦਾ ਸੀ ਬਾਈ ਉਹ। ਦੇਖੋ ਜੀ ਮਤਲਬ ਉਹ ਹੁਣ 4 ਘੰਟਿਆਂ 'ਚ 3-4 ਘੰਟੇ ਦੇ ਵਿੱਚ ਵਿੱਚ ਖਿੱਚਣਾ ਖਿੱਚ ਜਾਂਦਾ ਸੀ। ਹਾਂ ਪਾਣੀ ਫਿਰ ਬਣਿਆ ਵਾ, ਪਾਣੀ ਫਿਰ ਪਹਿਲਾਂ ਲਾਉਂਦੇ ਸੀ ਜਾਂ ਬਾਅਦ 'ਚ? ਹੁਣ ਬਣਿਆ ਵੇ ਪਾਣੀ ਤਾਂ ਮੈਂ ਤੁਹਾਨੂੰ ਦੱਸ ਦੇਣਾ ਕਿਉਂਕਿ ਬਈ ਵੀ ਜਿਵੇਂ ਹੁਣ ਫਿਰ ਵੀ ਆਲੂ ਖਰ ਤੋਂ ਪਹਿਲਾਂ ਲਾਉਂਦੇ ਸੀ ਜਾਂ ਬਾਅਦ 'ਚ ਲਾਉਂਦੇ ਸੀ? ਮਤਲਬ ਅਸੀਂ ਹੁਣ ਬਾਅਦ 'ਚ ਲਾਉਂਦੇ ਹਾਂ ਬਈ, ਪਹਿਲਾਂ ਲਾਉਂਦੇ ਸੀ, ਬਣਿਆ ਪਾਣੀ ਪਹਿਲਾਂ ਲਾਉਂਦੇ ਸੀ। ਹਾਂ ਠੀਕ, ਹੁਣ ਬਾਅਦ 'ਚ ਲਾਉਣੇ, ਹੁਣ ਬਾਅਦ 'ਚ ਲਾਉਣੇ, ਠੀਕ। ਮਤਲਬ ਹਾਂ ਹੁਣ ਤੂੰ ਸਾਰਾ ਤਾਂ ਮਤਲਬ ਨਾ ਹੁਣ ਇੰਨਾ ਕਰ, ਜਿੰਨਾ ਕੁ ਆਪਣਾ ਆਰਡਰ ਆ ਉਨਾ ਕੁ ਮੈਂ ਤੁਹਾਨੂੰ ਚੱਲ ਕੋਈ ਨਾ। ਤੇ ਉਹ ਜੀ ਮਤਲਬ ਕੀ ਗੱਲ ਹੋਈ ਵੀ ਮਤਲਬ ਹੌਸਲੇ ਚੋ ਹੁਣ ਤਾਂ ਆ ਗਈ ਗੇਮ, ਤੇ ਉਹ ਜੀ ਕੀ ਗੱਲ ਹੋਈ ਮਤਲਬ ਅਸੀਂ ਇਸ ਤਰ੍ਹਾਂ ਲਾਉਣ ਲੱਗ ਗਏ ਹੁਣ ਮਤਲਬ ਜਿਵੇਂ ਐਤਕੀ ਮਤਲਬ ਮੈਂ ਤੇ ਸੁੱਕਾ ਅਸੀਂ ਬਾਜੀਆਂ ਛੱਡਦੇ ਸੀਗੇ, ਸਾਡੀ ਬਾਹਰ ਡਿਊਟੀ ਸੀ। ਹਾਂ ਬਾਜੀਆਂ ਦੀ ਸੁੱਖੇ ਨੇ ਮੈਨੂੰ ਐਤਕੀ ਮਤਲਬ ਕਹਿਤਾ ਵੀ 5 ਤੂੰ ਸਾਂਭਣੇ ਪਹਿਲੇ, ਜਿਹੜਾ ਵੱਧ ਜਿੱਤੂ ਹਰੇ ਕਬੂਤਰ, ਉਸ ਤੋਂ ਬਾਅਦ ਜੇ 5 ਚੋਂ ਤੇਰੇ 4 ਜਿੱਤ ਗਏ ਤਾਂ ਤੂੰ ਸਾਂਭੀ, ਤੇ ਜੇ ਰਾਜੇ ਦੇ 5 ਜਿੱਤ ਗਏ ਤਾਂ ਰਾਜਾ ਸਾਂਭੂਗਾ। ਮਤਲਬ ਬਾਈ ਰਾਜਾ ਮੇਰਾ ਉਹ ਵੀ ਮੇਰਾ ਭਰਾ ਹੈ, ਮਤਲਬ ਸਾਰੇ ਕਬੂਤਰ ਐਤਕੀ ਉਹਨੇ ਸਾਂਭਿਆ ਇਸ ਸੀਜ਼ਨ, ਉਹ ਵੱਧ ਜਿੱਤ ਗਏ। ਹਾਂ ਅਤੇ ਉਹਦੀ ਮਤਲਬ ਬਾਈ ਗੁਰਮੀਤ ਵਾਲੀ ਖੇਡ ਮਤਲਬ ਸਭ ਕੁਛ ਸਾਡੇ ਕੋਲ ਇੱਕੋ ਹੀ ਚੀਜ਼ ਹੈ, ਠੀਕ ਹੈ। ਅਤੇ ਮੈਂ ਇਹਨੂੰ ਕਿਹਾ, ਮੈਂ ਕਿਹਾ ਬਾਈ ਕੋਈ ਚੱਕਰ ਨਹੀਂ, ਆਪਾਂ ਬਾਈਆਂ ਛੱਡਾਂਗੇ ਰਾਜੇ ਨੂੰ ਸਾਂਭਣ ਦੇ, ਮਤਲਬ ਇਹਨੇ ਰਾਜੇ ਨੂੰ ਲਾਤਾ ਸਾਂਭਣ ਅਤੇ ਐਤਕੀ ਰਾਜਾ ਸਾਂਭਦਾ ਸੀ, ਡਾਈ ਵੀ ਵਧੀਆ ਤਾਂ ਹੀ ਗਿਆ। ਹਾਂ ਉਵੇਂ ਹੱਥ ਮਤਲਬ ਜਿੱਤ ਗਿਆ, ਹੁਣ ਮਤਲਬ ਤੈਨੂੰ ਦੱਸਣ ਦੀ ਗੱਲ ਹੈ ਬਾਈ ਮੈਨੂੰ ਮਤਲਬ ਜੋਤ ਦਾ ਮੈਨੂੰ ਵਧਾਈਆਂ ਦਿੱਤੀਆਂ ਬਾਈ ਜੋਤ ਨੇ, ਜੇ ਮੈਂ ਤੁਹਾਨੂੰ ਮੈਂ ਦੱਸਿਆ, ਕਹਿੰਦਾ ਵੀ ਬੜਾ ਚੰਗਾ ਸੀਜ਼ਨ ਗਿਆ, ਮੈਂ ਦਿੰਦਾ ਰਹਿੰਦਾ ਜੀ ਤੁਹਾਡਾ, ਮਤਲਬ ਬੜਾ ਮਹਾਰਾਜ ਨੇ ਐਤਕੀ ਜਿਤਮਾਨ ਰੱਖਿਆ, ਠੀਕ ਹੈ। ਜਿਵੇਂ ਬਾਬੇ ਜਾਂਟੇ ਦੀ ਤੁਹਾਨੂੰ ਗੱਲ ਦੱਸੀ ਆਲਮ ਵਾਲੇ ਨੇ, ਮਤਲਬ ਐਡੇ ਵੱਡੇ ਜਦੋਂ ਸਟਾਰ ਹੈ ਜਿਹਨਾਂ ਨੂੰ ਅਸੀਂ ਦੇਖ ਦੇਖ ਕੇ ਕਬੂਤਰ ਰੱਖੇ ਹੈ, ਉਹ ਬੰਦਿਆਂ ਨੇ ਸਾਨੂੰ ਵਧਾਈਆਂ ਦਿੱਤੀਆਂ, ਉਹਨਾਂ ਨੇ ਕਿਹਾ ਵੀ ਤੁਸੀਂ ਤੁਹਾਨੂੰ ਦੇਦੇ ਰਹੇ ਹੈ, ਮਤਲਬ ਬੜੀ ਜਿਤਮਾਨ। ਆਲੂ ਵਗੈਰਾ ਬਈ ਮੁੱਲ ਲੈ ਕੇ ਆਉਣੇ ਜਾਂ ਕਿਵੇਂ? ਆਲੂ ਵਗੈਰਾ ਦੇਖੋ ਜੀ ਬਾਈ ਪ੍ਰਧਾਨ ਮੰਗਾਉਂਦਾ ਹੈ ਬਾਹਰੋਂ, ਕਿਹੜੇ ਦੇਸ਼ ਚੋਂ ਮੰਗਾਉਂਦੇ? ਪ੍ਰਧਾਨ ਜੀ ਕੈਨੇਡਾ ਚੋਂ, ਕੈਨੇਡਾ ਚੋਂ ਮੰਗਾਉਂਦੇ। ਹਾਂਜੀ ਕੀ ਕਹਿ ਕੇ ਮੰਗਾਉਣੇ ਪੈਂਦੇ ਬਾਈ ਕੈਨੇਡਾ ਵਾਲੇ? ਬਸ ਆਈ ਸੁੱਕੇ। ਹਾਂਜੀ ਠੀਕ ਹੈ, ਇਹ ਮੰਗਾਉਂਦਾ ਬਾਈ ਜੀ, ਇਹ ਆਪਾਂ ਨੂੰ ਮਤਲਬ ਜਿੰਨੇ ਮੈਂ ਪੈਕਟ ਕਹਿਤਾ ਮੇਰੇ ਕੋਲ ਭੇਜ ਦਿੰਦਾ, ਜਿੰਨੇ ਬਾਈ ਗੁਰਮੀਤ ਕੋਲ ਕਹਿਤਾ ਉੱਥੇ ਭੇਜ ਦਿੰਦਾ। ਦਵਾਈ ਬੂਟੀ ਸਾਡੇ ਮਿੱਤਰ ਯਾਰ ਮਿਲੀ ਮਤਲਬ ਬਾਹਰ ਬਹੁਤ ਜ਼ਿਆਦਾ, ਅਤੇ ਸਾਨੂੰ ਮਤਲਬ ਬਹੁਤ ਸਹਿਯੋਗ ਆ ਉਹਨਾਂ, ਉਹ ਵੀ ਬਾਹਰੋਂ ਮੰਗਾ ਲੈਣੇ ਵਾਧੂ ਯਾਰ, ਬਾਹਰ ਜਿਹੜਾ ਚੀਜ਼ ਕਹੀ ਤੀ ਸਾਨੂੰ ਉਹ ਚੀਜ਼ ਬਾਹਰੋਂ ਆ ਜਾਂਦੀ ਹੈ। ਠੀਕ ਹੈ ਬਾਈ, ਲੋਚ ਆਲੂ ਬੁਖਾਰਾ ਵੱਧ ਕੰਮ ਕਰਦਾ ਜਾਂ ਪਾਣੀ ਵੱਧ ਕੰਮ ਕਰਦਾ? ਦੇਖ ਅੱਗੇ ਬਾਈ ਜਿਹੜੀ ਆ ਮਤਲਬ ਆਪਾਂ ਕਿਸੇ ਨਾ ਕੋਈ ਆਪਾਂ ਯੂਟਿਊਬ ਦੀ ਗੱਲ ਦੱਸਣੀ ਆ, ਕਿਹਦੀ ਸੁਣੀ ਸੁਣਾਈ ਗੱਲ ਦੱਸਣੀ ਹੈ, ਆਪਾਂ ਆਪਦੀ ਗੱਲ ਦੱਸਣੀ ਆ ਜਿਹੜੀ ਆਪਾਂ ਆਪ ਕਰੀ ਹੈ ਜਾਂ ਆਪਣੇ ਨਾਲ ਬੀਤੀ ਹੈ। ਜਿਹੜੇ ਸਾਡੇ ਕਬੂਤਰ ਵੱਧ ਉੱਡੇ ਆ, ਸਾਡੇ ਕਬੂਤਰ ਲੋਚ ਮਤਲਬ ਆਲੂ ਬੁਖਾਰੇ ਨਾਲ ਉੱਡੇ, ਲੋਚ ਲੱਗਦਾ। ਹਾਂ ਕਿੰਨੇ ਟੈਂਪਰੇਚਰ 'ਚ ਬਾਈ? ਟੈਂਪਰੇਚਰ ਤਾਂ ਇਹ ਤੁਹਾਨੂੰ ਮੈਂ ਗੱਲ ਦੱਸ ਦਿੰਦਾ ਬਾਈ ਯਾਰ, ਵੀ ਜਦੋਂ ਬਾਜੀ ਮੁੱਕਣ ਲੱਗ ਗਈ ਨਾ 5 ਵਜੇ,
पाँच बजे मुक गई, सवा पाँच मुक गई या पाँच तो पहला मुक गई, उदो सही आलू बुखारे का टाइम होंगे। तुसी नवी देख के कबूतर सांभदे हो या टैंपरेचर? जिहड़ी साडे कोले, मैं तुहानूं जिवें दस्सिया वी साडे कोले कई तरह दे सबई पाणी है, मतलब कई तरह दी साडे कोले खेड़ है, खेड़ सही है। असीं जदों कबूतर सांभणा है, मतलब असीं देखणा है कि अज गेड़े वाले दिन बाजी किन्ने बजे मुक गई, उदे तो खेड़ चलाउणी है। हाँ, कबूतर साडा उड्डा फिरदा होगा, साडा उहदे बाजी 'च ध्यान होगा वी किन्ने रहि गए, किन्ने उड्ड गए, किन्ने फिरदे आ घरे गेड़िआं दे फिरदा हो, घरे गेड़िआं दे फिरदा हो। जो साडा गेड़िआं वाला बहि गया, असीं पुछणा वी किन्ने कबूतर बहि गए, फिर असीं पुछणा वी किन्ने बजे मुक गई, किन्ने कबूतरां ने टाइम करिआ, फिर असीं उदे आए कबूतर नूं आपदे हिसाब नाल सांभणा, घरे मरम्मत करदे फिर कबूतर दी आए दी। हाँ नहीं, पूरी हुंदी आ बई, ठीक है। फिर अगले दिन असीं पुछणा है वी अज किन्ने बजे बाजी मुकी, किन्ने कबूतरां ने किन्ने बजे तक टाइम करिआ, फिर असीं उस हिसाब नाल अगले दिन कबूतर नूं बदाम देणे आ। ਬਾਈ ਇਹ ਜਿਵੇਂ ਆਏ ਕਬੂਤਰ ਨੂੰ ਆਲੂ ਬੁਖਾਰਾ ਲੱਗ ਜਾਂਦਾ ਗੇੜੇ ਵਾਲੇ ਦਿਨ? ਨਹੀਂ ਬਾਈ, ਅਸੀਂ ਨਹੀਂ ਲਾਇਆ। ਜਲਾਬ ਇਹਦਾ ਹਲਡ ਦਾ? ਜਲਾਬ ਲੱਗ ਜਾਂਦਾ, ਜਲਾਬ ਕਈ ਤਰ੍ਹਾਂ ਦਾ ਹੀ ਲਾ ਦਿੰਦੇ ਗੇੜੇ ਵਾਲੇ ਦਿਨ। ਹਾਂ, ਜਦੋਂ ਉੱਡ ਗਿਆ ਕਬੂਤਰ ਰਸੌਣ ਦਾ ਵੀ ਲਾ ਦਿੰਦੇ ਹਾਂ ਬਾਈ, ਜਦੋਂ ਉੱਡ ਗਿਆ ਕਬੂਤਰ। ਹਾਂ, ਜਿੰਨੀ ਰਸੌਣ ਸਹੀ, ਮਤਲਬ ਜਿਹੜੇ ਮੈਂ ਟ੍ਰਿਕ ਦੱਸ ਦਿੰਦਾ ਜਿੰਨਾ ਕੁ, ਮਤਲਬ ਚਲੋ ਆਪਣੇ ਭਰਾ ਹੈ ਸਾਰੇ, ਹੈ ਨਾ, ਕਿਉਂਕਿ ਮਤਲਬ ਇੰਟਰਵਿਊ ਕਰਾਉਣ ਦਾ ਤਾਂ ਹੀ ਫਾਇਦਾ ਜੀ ਕਿ ਇਹਨੂੰ ਕੋਈ ਪਤਾ ਲੱਗੇ। ਸਹੀ ਹੈ, ਸਹੀ ਹੈ, ਸਹੀ ਹੈ। ਜਦੋਂ ਕਬੂਤਰ, ਮਤਲਬ ਕਈ ਵਾਰ ਆਪਾਂ ਹੁਣ ਮਤਲਬ ਛੱਡਦੇ ਹਾਂ, ਨਵਾਂ ਕੱਢਦੇ ਹਾਂ, ਫਿਰ ਬੰਦੀ 'ਤੇ ਛੱਡਦੇ ਹਾਂ, ਮਤਲਬ ਫਿਰ ਗੇੜਿਆਂ ਵਾਲੇ ਦਿਨ ਛੱਡਦੇ ਹਾਂ, ਪਾਣੀ 'ਤੇ ਕਰਕੇ ਛੱਡਦੇ ਹਾਂ, ਕਈ ਵਾਰ ਕਬੂਤਰ ਰਿਆਛਾ ਉੱਡ ਜਾਂਦਾ, ਅਤੇ ਉਹ ਰਿਆਛਾ ਕਬੂਤਰ ਉੱਡ ਗਿਆ, ਉਹ ਕਬੂਤਰ ਖਰਾਬ ਹੋ ਜਾਂਦਾ, ਉਹਦੇ ਅੰਦਰ ਪੈਂਦੀ ਗਰਮੀ, ਮਤਲਬ ਉਹਨੂੰ ਜਲਾਬ ਲਾਉਣਾ ਜ਼ਰੂਰੀ ਹੈ। ਜਿਹੜਾ ਜਲਾਬ ਲਾਉਣ ਦਾ ਤਰੀਕਾ, ਮਤਲਬ ਲੋਕ ਹਰੜ ਦਾ ਲਾ ਦਿੰਦੇ ਆ, ਅਸੀਂ ਹਰੜ ਦਾ ਵੀ ਲਾ ਦਿੰਦੇ ਹਾਂ। ਜਿਹੜਾ ਸੌਖਾ ਜਿਹਾ ਤਰੀਕਾ ਲੋਕਾਂ ਨੂੰ ਦੱਸਦਾ ਵੀ ਚੰਗੀ ਕੁਆਲਿਟੀ ਦੀ ਇੱਕ ਰਸੌਂਤ ਲਓ, ਉਹ ਰਸੌਂਤ ਨੂੰ ਮਤਲਬ ਕਣਕ ਦੇ ਦਾਣੇ ਜਿੰਨੀ ਤੋੜੋ, ਵੱਧ ਨਹੀਂ ਹੋਣੀ ਚਾਹੀਦੀ, ਕਣਕ ਦੇ ਦਾਣੇ ਜਿੰਨੀ ਤੋੜ ਲਓ, ਅਤੇ ਉਹਨੂੰ ਮਤਲਬ 30 ml ਪਾਣੀ 'ਚ ਭਿਉਂ ਦਿਓ, 30 ml ਕੱਚ ਦੇ ਗਲਾਸ 'ਚ 30 ml ਪਾਣੀ 'ਚ ਭਿਉਂ ਦਿਓ। ਜੇ ਤਾਂ ਦਿਨ ਹੈ, ਮਤਲਬ ਕੋਈ ਚੱਕਰ ਨਹੀਂ, ਦਿਨੇ ਲਾਉਣਾ ਵੀ, ਕਈ ਵਾਰੀ ਕਬੂਤਰ 12-1 ਵਜੇ ਬਹਿ ਗਿਆ, ਆਏ ਨੂੰ ਉਹਨੂੰ ਪਿਆ ਦਿਓ, ਕੋਈ ਡਰ ਨਹੀਂ, ਵੀ ਕਬੂਤਰ 12 ਵਜੇ 2 ਵਜੇ ਜਦੋਂ ਵੀ ਬਹਿ ਗਿਆ ਉਹਨੂੰ ਰੈਸਟ ਦਵਾ ਲਓ। ਹਾਂ, ਰੈਸਟ ਦਵਾ ਕੇ ਸਿੱਧੀ ਪਿਆ ਦਿਓ, ਠੰਡੇ ਕਰਕੇ ਜਾਂ ਮਤਲਬ ਨੋਰਮਲ ਜੀ। ਹਾਂ, ਉਹ ਮੈਂ ਤੁਹਾਨੂੰ ਦੱਸਦਾ, ਜੋ ਕਬੂਤਰ ਬਹਿ ਗਿਆ ਲਾਹ ਲਿਆਂਦਾ, 20-25 ਮਿੰਟ ਕਬੂਤਰ ਨੂੰ ਸ਼ਾਮੇ ਰੱਖੋ, ਜਦੋਂ ਉਹਦਾ ਸਟੈਮਿਨਾ ਟਿਕ ਗਿਆ, ਉਹ ਮਤਲਬ ਗਲਾਸ ਨੂੰ ਕੱਚ ਦੇ ਨੂੰ ਚੱਕ ਕੇ ਸੂਰਜ ਬੰਨੀ ਕਰਕੇ ਦੇਖ ਲਾ, ਜੇ ਤੈਨੂੰ ਉਹਦੇ ਆਰ ਪਾਰ ਸੂਰਜ ਦੀਂਦਾ, ਆਰ ਪਾਰ ਦੀਂਦਾ, ਤਾਂ ਉਹਨੂੰ ਕੋਈ ਚੱਕਰ ਨਹੀਂ, ਪਿਆ ਦੇ ਦਿਓ। ਜੇ ਤੈਨੂੰ ਥੋੜ੍ਹਾ ਗਾੜਾ ਲੱਗਦਾ, ਹਾਂ, ਠਾਰ ਕੇ, ਜੇ ਤੈਨੂੰ ਗਾੜਾ ਲੱਗਦਾ ਤਾਂ ਉਹਦੇ 'ਚ ਫੋਕਾ ਪਾਣੀ ਪਾ ਲਾ, ਮਤਲਬ ਜੇ ਸ਼ਾਮ ਦਾ ਦਿਨ ਛਿਪ ਗਿਆ ਤਾਂ ਬਲਬ ਨਹੀਂ ਕਰਕੇ ਦੇਖ ਲਾ, ਮਤਲਬ ਬਲਬ ਵੀ, ਜਾਣੀ ਕਿ ਜੇ ਸੂਰਜ ਜਾਂ ਬਲਬ ਹੈ ਉਹ ਗਲਾਸ ਦੇ ਆਰ ਪਾਰ ਦਿਖਣਾ ਚਾਹੀਦਾ, ਨੋਰਮਲ ਜੀ ਕਰਕੇ ਠੰਡਾ ਜੀ ਦੇ, ਪਤਲਾ ਠੰਡਾ ਵੀ ਨਹੀਂ ਕਰਨਾ। ਹਾਂ, ਜੇ ਉਹ ਗਾੜਾ ਲੱਗ ਜੇ ਫਿਰ ਵੀ ਥੋੜ੍ਹਾ ਜਿਹਾ ਕਬੂਤਰ ਮਤਲਬ ਛੱਪੜ 'ਚ ਜਾਂਦਾ ਫਿਰ, ਉਹ ਤਾਂ ਪਤਾ। ਹਾਂ ਸੂਰਜ ਹੈ ਚਾਹੇ ਮਤਲਬ ਬਲਬ, ਉਹਨੂੰ ਆਰ ਪਾਰ ਦੇਖਣਾ ਚਾਹੀਦਾ। ਹਾਂ, ਮਤਲਬ ਗੇੜੇ ਵਾਲੇ ਦਿਨ ਆਏ ਨੂੰ ਰੈਸਟ ਕਰਾ ਕੇ ਉਹਨੂੰ ਪਿਆ ਦਿਓ, ਕੋਈ ਡਰ ਨਹੀਂ, ਉਹਦੇ ਨਾਲ ਗਰਮੀ ਨਿਕਲ ਜਾਣੀ, ਚੰਗੀ ਚੀਜ਼। ਹਾਂ, ਇਹ ਚੀਜ਼ ਚੰਗੀ ਹੈ, ਰਸੌਂਤ 6-6 ਰਸੌਂਤ ਲੈਣੀ ਹੈ। ਆਹ ਗੱਲ ਬਾਈ ਨੇ ਦੱਸੀ ਆ, ਜਿਹੜੀ ਇੱਕ ਨੰਬਰ ਰਿਜ਼ਲਟ ਆ ਅਤੇ ਇੱਕ ਨੰਬਰ ਚੀਜ਼ ਆ। ਹਾਂਜੀ, ਇਹ ਨੱਕ ਸਾਈ ਵੀ ਨਿਕਲ ਜਾਂਦੀ ਜੇ ਆਪਾਂ ਵੱਧ ਲਾ ਦਈਏ, ਪਾਣੀ ਦੇ ਪਾ ਕੇ ਜਾਂਦਾ, ਭੱਖੜੇ ਵਾਲਾ ਕੰਮ ਆ। ਹਾਂਜੀ, ਅਤੇ ਇੱਕ ਬਾਈ ਆਪਾਂ ਹੋਰ ਗੱਲ ਕਰਦੇ ਹਾਂ ਵੀ ਘਰੇ ਵੈਸੇ ਵੀ ਜਲਾਬ ਲੱਗ ਜਾਂਦਾ ਕਬੂਤਰਾਂ ਨੂੰ, ਜੇ ਲਾਉਣਾ ਹੋਵੇ ਤਾਂ ਲਾਉਂਦੇ ਨਹੀਂ ਤੁਸੀਂ? ਨਹੀਂ ਬਾਈ, ਦੇਖੋ ਜੇ ਤਾਂ ਮਤਲਬ ਆਪਾਂ ਜਦੋਂ ਪੱਠਾ ਕੱਢ ਲਿਆ, ਉੱਡਣ ਲੱਗ ਗਿਆ ਪੱਠਾ, ਚੰਗਾ ਹੈ, ਮਤਲਬ ਘਰੇ ਉੱਡਦਾ ਹੈ, ਜੇ ਤਾਂ ਉਹ ਪ੍ਰੋਪਰ ਬੈਠ ਪੀਲੀ ਕਰਦਾ, ਕਰੜੀ ਬੈਠ ਕਰਦਾ, ਸਹੀ ਹੈ, ਉੱਡ ਕੇ ਆਉਂਦਾ, ਸਹੀ ਸਟੈਮਿਨਾ ਲੈ ਕੇ ਬਹਿੰਦਾ, ਫਿਰ ਨਹੀਂ ਕੋਈ ਲੋੜ ਉਹਨੂੰ ਛੇੜਛਾੜ ਕਰਨ ਦੀ। ਕਿਉਂਕਿ ਮਤਲਬ ਹੁਣ ਜਿਵੇਂ ਜਿਵੇਂ ਕਬੂਤਰਬਾਜੀ ਮਤਲਬ ਟਾਈਮ ਆਈ ਜਾਂਦਾ ਨਵੇਂ ਤੋਂ ਨਵਾਂ, ਲੋਕ ਨਵੇਂ ਤੋਂ ਨਵਾਂ ਮਤਲਬ ਕਾਢਾ ਕੱਢੀ ਜਾਂਦੇ ਆ, ਮਤਲਬ ਉਹਦੇ ਨਾਲ ਕੋਈ ਕਬੂਤਰਬਾਜੀ ਨੂੰ ਜ਼ਿਆਦਾ ਫਾਇਦਾ ਨਹੀਂ ਹੋ ਰਿਹਾ। ਬਾਹਰਲੇ ਬੋਰਡਰ ਬਾਈ ਤੁਸੀਂ ਵੀ ਵਰਤਦੇ ਹੋ? ਨਹੀਂ, ਅਸੀਂ ਨਹੀਂ ਵਰਤਦੇ। ਦੇਖੋ ਜੀ, ਖੇਡ ਦਿਖਾਉਣੇ ਜੌਹਰ। ਹਾਂ, ਦੇਖੋ ਮੈਂ ਤੁਹਾਨੂੰ ਗੱਲ ਸੁਣਾਉਣਾ ਵੀ ਮੇਰੇ ਮਿੱਤਰ ਸੀ ਕੋਈ ਯੂਪੀ ਤੋਂ ਮੁੰਡੇ, ਅਤੇ ਉਹ ਮੈਨੂੰ ਮਤਲਬ ਰਾਤ ਨੂੰ ਨਾ 1:30 ਵਜੇ ਫੋਨ ਕਰਤਾ ਵੀ ਅਸੀਂ ਮਤਲਬ ਤੇਰੇ ਕੋਲ ਸਵੇਰੇ ਆਵਾਂਗੇ ਕੱਲ੍ਹ ਨੂੰ, ਅਤੇ ਤੈਨੂੰ ਕੋਈ ਚੀਜ਼ ਚਾਹੀਦੀ ਹੈ, ਕੋਈ ਮਤਲਬ ਗੋਲੀ ਪੁੜੀ ਕੁਛ ਚਾਹੀਦਾ ਕੋਈ ਇੱਧਰੋਂ? ਮੈਂ ਮੇਰੇ ਉਸਤਾਦ ਨੂੰ ਫੋਨ ਕੀਤਾ, ਬਾਈ ਗੁਰਮੀਤ ਸਿੰਘ, ਬਾਈ ਮੈਂ ਕਿਹਾ ਕੋਈ ਮੁੰਡੇ ਆ ਰਹੇ ਯੂਪੀ ਤੋਂ, ਮਤਲਬ ਕੋਈ ਕੋਈ ਕੁਛ ਮੰਗਵਾਉਣਾ? ਉਹ ਕਹਿੰਦਾ ਆਪਾਂ ਕੁਛ ਨਹੀਂ ਮੰਗਵਾਉਣਾ, ਅਤੇ ਆਪਣੂੰ ਕੀ ਲੋੜ, ਆਪਣੇ ਕੋਲ ਸਾਰਾ ਕੁਝ ਘਰੇ ਹੈ, ਅਤੇ ਕੁਛ ਨਹੀਂ ਮੰਗਵਾਉਣਾ। ਮਤਲਬ ਤੈਨੂੰ ਹੋਰ ਗੱਲ ਸੁਣਾ ਦੇਣਾ, ਹੁਣ ਤੂੰ ਗੱਲ ਮਤਲਬ ਕਹੇ ਤੀ ਮੇਰੇ ਯਾਦ ਆ ਗਈ,
ਪਿੰਡ ਲਾਲ ਬਾਈ ਮਤਲਬ ਬਾਬਾ ਮਿੱਡ ਬਾਜੀ ਕਰਾਉਂਦਾ ਹੁੰਦਾ 20 ਜੇਠ ਦੀ, ਉੱਥੇ ਬਾਜੀ ਹੋਈ ਐਂਟਰੀ ਵਾਲੀ ਸਾਂਝੇ ਕਲੱਬ ਦੀ, ਅਤੇ ਬਾਈ ਗੁਰਮੀਤ ਦੀ ਐਂਟਰੀ ਸੀ, ਅਤੇ ਮੈਨੂੰ ਬਾਈ ਗੁਰਮੀਤ ਨੇ ਇੱਥੋਂ ਫੋਨ ਕਰਤਾ, ਕਹਿੰਦਾ ਕਬੂਤਰ ਲੈ ਕੇ ਆ ਸਾਂਭ ਕੇ। ਮੈਂ ਇੱਥੋਂ ਜੀ ਕਬੂਤਰ ਮਤਲਬ ਉੱਡਦਾ ਸੀ, ਮੇਰਾ ਖੱਟੀਆਂ ਅੱਖਾਂ ਦਾ ਕਬੂਤਰ ਸੀ ਬਾਈ ਗੁਰਮੀਤ ਵਾਲੇ ਕਬੂਤਰਾਂ 'ਚੋਂ ਸੀਗਾ, ਅਤੇ ਚਲੋ ਜੀ ਉਹਦੇ ਗੇੜੇ ਪਵਾਏ, ਅਤੇ ਗੇੜੇ ਪਵਾ ਕੇ ਅਤੇ ਚਲੋ ਜੀ ਮੈਂ ਉੱਥੇ ਕਬੂਤਰ ਲੈ ਗਿਆ, ਲੈ ਗਿਆ ਮੈਂ ਪਾਣੀ ਧਾਣੀ ਦਿੱਤਾ, ਓਲਾ ਮਾਰਤਾ ਬਾਈ ਗੁਰਮੀਤ ਦੇ ਘਰੋਂ ਬਾਜੀ ਛੁੱਟੀ, ਬਾਈ ਗੁਰਮੀਤ ਦੇ ਘਰੇ ਰੋਟੀ ਪਾਣੀ ਸੀ, ਬਾਈ ਗੁਰਮੀਤ ਨੇ ਫਰਿੱਜ ਦੇਣਾ ਇਨਾਮ ਦਾ ਉੱਥੇ ਪਹਿਲਾ ਨਾਮ, ਓਲਾ ਮਾਰਤਾ। ਅਤੇ ਮੈਨੂੰ ਬਾਈ ਗੁਰਮੀਤ ਕਹਿੰਦਾ ਵੀ ਯਾਰ ਤੂੰ ਵਾਧਾ ਨਹੀਂ ਲਾਇਆ ਇਹਦੇ 'ਤੇ ਕਬੂਤਰ 'ਤੇ, 2000 ਰੁਪਇਆ ਵਾਧਾ ਸੀ, 3200 ਪਤਾ ਨਹੀਂ 2200 ਰੁਪਇਆ ਐਂਟਰੀ ਸੀ। ਮੈਂ ਕਿਹਾ ਬਾਈ ਜੀ ਵਾਧਾ ਤਾਂ ਮੈਂ ਇੱਥੇ ਤਾਂ ਨਹੀਂ ਲਾਇਆ, ਵੀ ਇਹ ਕਬੂਤਰ ਨਾ ਜਿਹੜਾ ਉੱਚਾ ਵੱਧ ਉੱਡਦਾ, ਅਤੇ ਮਤਲਬ ਇਹ ਘਰੇ ਮੈਨੂੰ ਮੁੰਡੇ ਕਹਿੰਦੇ ਵੀ 1 ਵੱਜ ਗਿਆ 1:30 ਵੱਜ ਗਿਆ ਉਤਰਿਆ ਨਹੀਂ ਗਿਆ, ਕਦੇ 2 ਵਜੇ ਉਤਰਦਾ, ਕਦੇ 1 ਵਜੇ ਉਤਰਦਾ, ਕਦੇ 3 ਵਜੇ ਉਤਰਦਾ। ਅਤੇ ਮੈਂ ਕਿਹਾ ਵੀ ਇਹ ਦੀਂਦਾ ਨਹੀਂ, ਇਹਦੀ ਕੋਈ ਤਸੱਲੀ ਨਹੀਂ ਵੀ ਇਹ ਭੱਜ ਸਕਦਾ, ਤਾਂ ਨਹੀਂ ਮੈਂ ਵਾਧਾ ਲਾਇਆ। ਉਹਨੂੰ ਕਹਿੰਦਾ ਤੂੰ ਵਾਧਾ ਲਾਉਣਾ ਗਲਤ ਕਰਿਆ, ਭਾਜੂ ਭੱਜ। ਚਲੋ ਜੀ 3 ਵੱਜ ਗਏ, 3 ਵਜੇ ਉੱਥੇ 100 ਦੇ ਕਰੀਬ ਕਬੂਤਰ ਛੁੱਟਿਆ ਸੀ, 100 ਦੇ ਕਬੂਤਰ ਉੱਥੇ ਕਰੀਬ ਛੁੱਟਿਆ ਸੀ, ਅਤੇ ਉੱਥੇ ਮਤਲਬ 15 ਕਬੂਤਰ ਸ਼ਾਮਿਲ ਹੋਏ, ਮੈਂ ਅਤੇ ਬਾਈ ਸੁੱਖਾ ਭੁੱਟੋ, ਬਾਈ ਬਿੰਦਰ ਗਿੱਲਾਂ ਵਾਲਾ, ਅਤੇ ਮਤਲਬ ਕਈ 10-15 ਜਾਣੇ ਅਸੀਂ ਇੱਕ ਕੋਠੀ 'ਤੇ ਬੈਠੇ ਸੀਗੇ, ਅਤੇ ਕੋਠੀ 'ਤੇ ਜੋ ਬੈਠੇ ਅਤੇ ਗੱਲਾਂ ਬਾਤਾਂ ਕਰੀ ਜਾਂਦੇ ਹਾਂ, ਅਤੇ ਉਹ ਸਾਨੂੰ ਕਹਿੰਦੇ 15 ਕਬੂਤਰ ਰਹਿ ਗਏ ਤੁਸੀਂ ਆ ਜਾਓ ਕਾਪੀ ਵਾਲਿਆਂ ਕੋਲ। ਮੈਂ ਕਿਹਾ ਚਲੋ ਚੱਲਦੇ ਹਾਂ, 15 ਕਬੂਤਰ ਰਹਿ ਗਏ ਜੀ, ਜੇ ਆਪਣੇ ਕਬੂਤਰ ਨੇ ਮਾਰਿਆ ਚੱਕਰ, 3:15 ਚੜ੍ਹ ਗਿਆ, 3:30 ਕਬੂਤਰ 'ਤੇ ਟਾਈਮ ਲੱਗ ਗਿਆ, ਉਹਤੇ 4 ਵਜੇ ਉਹ ਕੱਟਿਆ ਗਿਆ, 4 ਵਜੇ ਕਬੂਤਰ ਕੱਟਿਆ ਗਿਆ, 4:15 ਉੱਥੇ 3 ਕਬੂਤਰਾਂ ਦੀ ਮਤਲਬ ਬਾਜੀ ਹੋ ਗਈ, ਇੱਕ ਭੂਰੀ ਦਾ ਸੀ, ਇੱਕ ਬਾਈ ਗੁਰਮੀਤ ਨੇ ਮੰਗਾਇਆ ਸੀ ਕਬੂਤਰ, ਡਾਕਟਰ ਦਾ ਜੀਤੂ ਦਾ ਤਲਵੰਡੀ ਵਾਲੇ ਦਾ, ਮਤਲਬ ਉਹਦੇ ਨਾਲ ਬਾਈ ਗੁਰਮੀਤ ਦਾ ਬੜਾ ਪਿਆਰ ਹੈ, ਅਤੇ ਮਤਲਬ ਮੇਰੇ ਨਾਲ ਵੀ ਉਹਦਾ ਬਹੁਤ ਪਿਆਰ ਹੈ, ਉਹਦਾ ਕਬੂਤਰ ਸੀ, ਇੱਕ ਕਿਤੋਂ ਦਾ ਹੋਰ ਸੀ ਮੇਰੇ ਧਿਆਨ 'ਚ ਨਹੀਂ। 3 ਕਬੂਤਰਾਂ ਦੀ ਬਾਜੀ ਹੋ ਗਈ, ਵਾਧਾ ਵੀ 3 ਦਾ ਹੋ ਗਿਆ, ਅਤੇ ਮੈਨੂੰ ਕਹਿੰਦਾ ਆਪਣਾ ਇਹਦਾ ਕੀ ਬਣਿਆ। ਮੈਂ ਕਿਹਾ ਬਾਈ ਟਾਈਮ 'ਚ ਕੱਟਿਆ ਗਿਆ, ਮਤਲਬ 4 ਵਜੇ ਬਾਜੀ ਹੋ ਗਈ, 4:12 'ਤੇ ਕਬੂਤਰ ਉੱਤੋਂ ਉਤਰਿਆ ਉਹ ਆਪਣਾ, ਮੈਂ ਕਿਹਾ ਆ ਗਿਆ, ਅਤੇ ਉਤਰਿਆ। ਮੈਨੂੰ ਕਹਿੰਦਾ ਚੱਲ ਇਹਨੂੰ ਬਹਾ ਲਿਆ, ਬਹਾ ਲਿਆਂਦਾ ਜੀ 4 ਵਜੇ, ਮੰਨ ਕੇ ਚਲੋ ਉੱਥੇ ਖੰਭ ਨਹੀਂ ਸੀ ਬਾਜੀ ਦੇ ਵਿੱਚ, ਕਬੂਤਰ ਮਤਲਬ ਉੜ ਉੜ ਮਰ ਗਏ ਸਾਰੇ। ਮੈਂ 6:45 ਕਬੂਤਰ ਮੇਰਾ ਗੁਰਦੁਆਰਾ ਸਾਹਿਬ ਦੇ ਵਿੱਚ ਡਿੱਗਿਆ, ਉਹ 2.5 ਘੰਟੇ ਵੱਧ ਉੱਡਿਆ, ਅਤੇ ਮੈਂ ਚੱਕ ਲਿਆਂਦਾ ਬਾਈ ਗੁਰਮੀਤ ਕੋਲ ਲਿਆਂਦਾ। ਜਦੋਂ ਬਾਈ ਗੁਰਮੀਤ ਨੂੰ ਮੈਂ ਘਰ ਲਿਆ ਕੇ ਫੜਾ ਤਾ, ਮੈਂ ਕਿਹਾ ਬਈ ਆ ਲੈ। ਮੈਨੂੰ ਕਹਿੰਦਾ ਸਾਲਿਆ ਗੱਲ ਜੀ ਕਰਦਾ ਰਹਿੰਦਾ, ਪਾਕਿਸਤਾਨ 'ਚ ਕਿਤੇ ਗੋਲੀ ਗਾਲੀ ਤਾਂ ਨਹੀਂ ਲਾਤੀ ਇਹਨੂੰ। ਮੈਨੂੰ ਕਹਿੰਦਾ ਵੀ ਇੰਨਾ ਉੱਡਿਆ, ਕਹਿੰਦਾ ਇੰਨੀ ਗਰਮੀ ਲੋ ਪੈਂਦੀ ਹੈ, ਇੰਨੀ ਗਰਮੀ 4 ਵਜੇ ਕਬੂਤਰ ਮਰ ਗਏ, ਅਤੇ ਕਹਿੰਦਾ ਤੇਰਾ ਇੰਨਾ ਉੱਡਿਆ ਕੋਈ ਗੋਲੀ ਗਾਲੀ ਤਾਂ ਨਹੀਂ ਲਾਤੀ। ਮੈਂ ਕਿਹਾ ਬਈ ਨਾ। ਕਹਿੰਦਾ ਕਿਵੇਂ ਸਾਂਭਿਆ ਸੀ? ਮੈਂ ਕਿਹਾ ਐਂ ਕਰਕੇ ਆਏ, ਆਪਣੀ ਖੇਡ 'ਤੇ ਸੀਗਾ ਸਾਦੀ 'ਤੇ। ਕਹਿੰਦਾ ਗੋਲੀ ਨਹੀਂ ਲਾਉਣੀ ਕਬੂਤਰ ਨੂੰ ਆਪਣੇ, ਕੋਈ ਮੈਡੀਸਨ ਕੋਈ ਗੋਲੀ ਨਹੀਂ ਲਾਉਣੀ। ਮਤਲਬ ਉਹਨੂੰ ਸ਼ੱਕ ਪੈ ਗਿਆ ਬੰਦੇ ਨੂੰ ਵੀ ਜਿਹੜਾ ਇੰਨਾ ਕਬੂਤਰ ਉੱਡਿਆ, ਮਤਲਬ ਵੀ ਕਿਤੇ ਨੇ, ਮਤਲਬ ਮੈਨੂੰ ਉਹਨੇ ਕਿਹਾ ਵੀ, ਕਹਿੰਦਾ ਪਾਕਿਸਤਾਨ 'ਚ ਗੱਲ, ਹਾਲਾਂਕਿ ਮੇਰੀ ਮਤਲਬ ਪਾਕਿਸਤਾਨ 'ਚ ਮੇਰੇ ਭਰਾ, ਮਤਲਬ ਉਹਨਾਂ ਨਾਲ ਰਾਣੇ ਹੋਰੀ, ਬਾਈ ਰਾਣਾ ਕੰਜਣਪੁਰ ਮੰਝ ਸਿੱਧੂਪੁਰ ਵਾਲੇ, ਅਤੇ ਬਾਈ ਸਹੇਲ ਹੋ ਗਿਆ ਗਰੇਵਾਲ, ਅਤੇ ਬਾਈ ਮਤਲਬ ਹੋਰ ਮਤਲਬ ਉੱਥੇ ਮੇਰੇ ਬੜੇ ਪਿਆਰੇ ਮਿੱਤਰ ਹੈ ਕਈ, ਠੀਕ ਹੈ, ਅਤੇ ਉਹ ਬਾਈ ਸ਼ੋਭ ਹੋ ਗਿਆ, ਮਤਲਬ ਉਹਨਾਂ ਨਾਲ ਮੇਰੀ ਕਈ ਬੰਦਿਆਂ ਨਾਲ ਮੇਰਾ ਪਿਆਰ ਹੈ, ਮਤਲਬ ਮੈਨੂੰ ਖੇਡ ਪਾਣੀ ਮਤਲਬ ਦੱਸਦੇ ਰਹਿੰਦੇ ਆ ਵੀ ਐਂ ਸਾਂਭ ਐਂ ਕਰ। ਮਤਲਬ 14-14 ਦਿਨ ਉਹ ਦੁਸਰ ਉੱਤੇ, ਮਤਲਬ ਪਹਿਲੇ ਦਿਨ ਦੂਜੇ ਦਿਨ 14-14 ਦਿਨ ਕਬੂਤਰ ਉਡਾ ਦਿੰਦੇ ਹਾਂ। ਬਾਈ ਸ਼ੇਵ ਹੈ, ਮਤਲਬ ਉੱਥੇ ਕਾਮਿਆਣਾ ਪਿੰਡ ਆ ਉਹਦਾ, ਮਤਲਬ ਉਹਨੇ ਮਤਲਬ ਮੈਨੂੰ ਹੁਣ ਮਤਲਬ ਕੁਛ ਚੀਜ਼ਾਂ ਦੱਸੀਆਂ ਵੀ ਹੈ, ਕਈ ਦਿਨ ਹੋ ਗਏ। ਬਰਖੰਦੀ ਵਾਲੀ ਬਾਜੀ ਵਾਸਤੇ ਉਹਨੇ ਮੈਨੂੰ ਦੱਸੀਆਂ ਸੀ, ਪਰ ਮੈਂ ਵਰਤਿਆ ਨਹੀਂ ਉਹਦੇ 'ਤੇ ਟਰੈਕ, ਅਤੇ ਉਹ ਮਤਲਬ ਮੈਨੂੰ ਉਹਨੇ ਗੱਲ ਦੱਸੀ, ਮੈਨੂੰ ਕਹਿੰਦਾ ਵੀ ਇੰਨਾ ਕਬੂਤਰ ਉੱਡਿਆ ਕਿਤੇ ਨੂੰ ਗੋਲੀ ਗਲਤ ਨਹੀਂ, ਪਰ ਉਹ ਬੰਦਾ ਸਖ਼ਤ ਪਰ ਖਿਲਾਫ ਹੈ, ਮਤਲਬ ਗੋਲੀ ਵਾਲੀ ਖੇਡ ਦੇ ਜਾਂ ਮੈਂ ਖੇਡ ਕਿੱਥੇ ਰਹਿ ਗਈ ਗੱਲ ਤਾਂ, ਜਦੋਂ ਬੰਦੇ ਇਹੀ ਚੀਜ਼ਾਂ ਦੇ ਹੋਣ ਲੱਗ ਜਾਣ ਫਿਰ ਖੇਡ ਕਿੱਥੇ ਖੇਡਦਾ। ਦੇਖੋ ਜੀ ਪੁਰਾਣੇ ਖਿਡਾਰੀ ਕਹਿੰਦੇ ਜੌਹਰ ਐਂ ਕਹਿੰਦੇ ਖੇਡ ਦਾ ਜੌਹਰ ਦਿਖਾਉਣਾ, ਪੈਸੇ ਆਪਣੇ ਗਏ, ਮੈਂ ਵੀ ਤਾਂ ਜੌਹਰ ਦਿਖਾਉਣ ਹੀ ਆਇਆ। ਮੈਂ ਤੁਹਾਨੂੰ ਉਹੀ ਗੱਲ ਜਿਵੇਂ ਮੈਂ ਤੁਹਾਨੂੰ ਬਾਈ ਅੱਗੇ ਤੈਨੂੰ ਪਹਿਲਾਂ ਜਿਵੇਂ ਬਾਈ ਗੁਰਮੀਤ ਘਰੇ ਵੱਗ ਗਿਆ ਸੀ, ਉਹ ਖੇਡ ਦਾ ਜੌਹਰ ਦਿਖਾਉਣਾ। ਹਾਂ ਜਿਵੇਂ ਮੰਨ ਕੇ ਚੱਲ ਮੈਨੂੰ ਬਾਜੀ ਜਿੱਤ ਕੇ ਮੇਰੀ ਕਬੂਤਰੀ ਇਕੱਲੀ ਰਹਿ ਗਈ, ਮਤਲਬ ਜੱਸੀ ਬਾਗ ਵਾਲੀ, ਮੈਂ ਕਿਹਾ ਉਸਤਾਦ ਜੀ ਕਦੋਂ ਬੈਠੂ? ਕਹਿੰਦਾ ਕੀ ਟਾਈਮ ਹੋਗਾ? ਮੈਂ ਕਿਹਾ 1:40। ਕਹਿੰਦਾ 6:40 'ਤੇ ਛਤਰੀ ਲਾ ਲਈ, 7:40 'ਤੇ ਬੈਠੂ। ਮਤਲਬ ਉਹ ਬੰਦਿਆਂ ਨੂੰ ਜਿਵੇਂ ਆਪਾਂ ਕਹਿ ਨਹੀਂ, ਜਸਵੀਰ ਹੱਥ 'ਚ ਫੜ ਕੇ ਦੱਸ ਦਿੰਦਾ ਜੀ, ਉਹ ਬੰਦੇ ਮਤਲਬ ਐਂ ਦੱਸ ਦਿੰਦੇ ਆ। ਜੇ ਕੋਈ ਭਰਾ ਲਾਉਂਦਾ ਵੀ ਆ, ਕੋਈ ਮਿੱਤਰ ਕਹਿੰਦਾ ਵੀ
ਜਵਾਕ ਆ ਜਾਂ ਕੋਈ ਨਿਆਣਾ ਸਿਆਣਾ ਜੋ ਵੀ ਆ ਵੀ ਇਹ ਕੰਮ ਕਰੇ ਉਹਨਾਂ ਵੈਸੇ ਤਾਂ ਆਪਣੇ ਕਬੂਤਰਾਂ ਬਹੁਤ ਸਿਆਣੇ ਆ ਪਹਿਲੀ ਗੱਲ ਤਾਂ ਵੀ ਜੇ ਕੋਈ ਕਈ ਵਾਰੀ ਨਾ ਅੱਕਿਆ ਹੋਇਆ ਉਸਤਾਦਾਂ ਤੋਂ ਦੁਖੀ ਹੋਇਆ ਵਾ ਕੋਈ ਜਵਾਕ ਲੱਗ ਜਾਂਦਾ ਜਦੋਂ ਉਸਤਾਦ ਪੈਸੇ ਖਾ ਜਾਣ ਖੇਡ ਨਾ ਪੱਲੇ ਪਾਉਣ ਜਾਂ ਕੋਈ ਹੋਰ ਆ ਫਿਰ ਉਹ ਦੁਖੀ ਹੋਇਆ ਕਹਿੰਦਾ ਯਾਰ ਐਂ ਨਹੀਂ ਤਾਂ ਫਿਰ ਐਂ ਸਹੀ ਵੀ ਆਪਾਂ ਐਂ ਖੇਡ ਖੇਡ ਕੇ ਦੇਖ ਲੈਂਦੇ ਹਾਂ ਵੀ ਜਦੋਂ ਆਪਣੇ ਕੋਲ ਪੱਲੇ ਤਾਂ ਪੈਂਦਾ ਨਹੀਂ ਵੀ ਆਪਾਂ ਪੈਸੇ ਵੀ ਖਰਾਬ ਕਰੀ ਜਾਂਦੇ ਹਾਂ ਅਤੇ ਐਂ ਭਲਾਂ ਦੀ ਕੋਈ ਲੱਗ ਜਾਵੇ ਨਹੀਂ ਆਪਣੇ ਪੈਸੇ ਸਿਆਣੇ ਆ ਬੰਦੇ ਹੋਰ ਪਲੇਅਰਾਂ ਨੂੰ ਵੀ ਬੇਨਤੀ ਹੈ ਵੀ ਖੇਡ ਦੇ ਜੌਹਰ ਦਿਖਾਓ ਹੈ ਨਾ ਅਤੇ ਹੋਰ ਬਾਈ ਜੀ ਕੋਈ ਗੱਲਬਾਤ ਦੱਸਣੀ ਚਾਹੁੰਦੇ ਹੋ ਕਬੂਤਰਬਾਜ਼ੀ ਦੇ ਬਾਬਤ ਗੱਲਬਾਤ ਤਾਂ ਬ੍ਰਦਰ ਇਹ ਹੈ ਵੀ ਜਿਹੜਾ ਮੇਰਾ ਮਤਲਬ ਕਹਿਣ ਦਾ ਮੇਨ ਮਕਸਦ ਇਹ ਇੱਕ ਮੈਂ ਸੁਣਦਾ ਦਿੰਦਾ ਵੀ ਜਿਹੜਾ ਆਪਦੇ ਉਸਤਾਦ ਦਾ ਨਾ ਬਣਿਆ ਮਤਲਬ ਉਹ ਧੱਕੇ ਖਾਂਦਾ ਰਹੇ ਜੀ ਉਹ ਕਿਸੇ ਦਾ ਕੁਛ ਨਾ ਬਣਿਆ ਹੁਣ ਜਿੱਦਾਂ ਮੈਂ ਤੁਹਾਨੂੰ ਗੱਲ ਦੱਸਦਾ ਵੀ ਮੈਂ ਜਦੋਂ ਕਬੂਤਰ ਰੱਖੇ ਮੇਰੀ ਇੱਕ ਰੀਸ ਸੀ ਵੀ ਮੈਂ ਉਸ ਬੰਦੇ ਨਾਲ ਜੋੜਨਾ ਜਿਹੜਾ ਇੱਕ ਨੰਬਰ 'ਤੇ ਹੋਇਆ ਅਤੇ ਬੇਦਾਗ ਬੰਦਾ ਹੋਇਆ ਹੁਣ ਜਿਵੇਂ ਮੈਂ ਮੰਨ ਕੇ ਚਲੋ ਮੇਰੀ ਰੀਸ ਸੀ ਹੌਲੀ ਹੌਲੀ ਚਲੋ ਮੇਰਾ ਪਰਿਵਾਰ ਬਣ ਗਿਆ ਮੇਰੇ ਪਰਿਵਾਰ ਕੀ ਇੱਥੋਂ ਵੀ ਮੇਰਾ ਪਰਿਵਾਰ ਸੀ ਪਿੰਡੋਂ ਵੀ ਮਤਲਬ ਮੇਰਾ ਉਹਦੇ ਨਾਲ ਉਹਨਾਂ ਨਾਲ ਬੜਾ ਮਾਣ ਸਤਿਕਾਰ ਹੈ ਚਲੋ ਮੇਰਾ ਉਸਤਾਦ ਤਾਂ ਜਿਹੜਾ ਹੈਗਾ ਹੀ ਹੈਗਾ ਮੇਰਾ ਉਹ ਭਰਾ ਵੀ ਹੈ ਅਤੇ ਮੇਰਾ ਮਾਂ ਅਤੇ ਪਿਓ ਵੀ ਹੈ ਉਹ ਬੰਦੇ ਕਿਉਂਕਿ ਮੇਰੀ ਜਿਹੜਾ ਜ਼ਿਆਦਾ ਜ਼ਿੰਦਗੀ ਦੇ ਵਿੱਚ ਮੈਂ ਮੰਨ ਕੇ ਚੱਲ ਜਦੋਂ ਮੈਂ ਉਹਨਾਂ ਕੋਲ ਜਾਣ ਲੱਗਿਆ ਉਦੋਂ ਮੈਂ ਕੋਈ ਕੰਮ ਕਾਰ ਨਹੀਂ ਕਰਦਾ ਸੀ ਜਦੋਂ ਮੈਂ ਉਹਨਾਂ ਕੋਲ ਜਾਣ ਲੱਗ ਗਿਆ ਉਹਨਾਂ ਨੇ ਮੈਨੂੰ ਸਮਝਾਇਆ ਵੀ ਸੁਰਿੰਦਰਾ ਲੜਨਾ ਨਹੀਂ ਕਿਸੇ ਨਾਲ ਬੋਲਣਾ ਨਹੀਂ ਤੂੰ ਕਬੂਤਰ ਲੈ ਜਾ ਤੂੰ ਆਹ ਰੱਖ ਤੈਨੂੰ ਆਹ ਦੱਸਦੇ ਆਹ ਗਾਈਡ ਉਹਨਾਂ ਨੇ ਮੈਨੂੰ ਦੱਸੀ ਅਤੇ ਉਹਨਾਂ ਨੇ ਮਤਲਬ ਮੈਨੂੰ ਮੇਰਾ ਆਪਦੇ ਨਾਂ ਜੋੜਿਆ ਅਤੇ ਮੇਰੇ ਨਾਲ ਬਾਹਰੋਂ ਬੰਦੇ ਜੁੜੇ ਅਤੇ ਬਾਈ ਮੈਂ ਮੰਨ ਕੇ ਚੱਲ ਅੱਜ ਦੇ ਟਾਈਮ 'ਤੇ ਵਾਹਿਗੁਰੂ ਦੀ ਕਿਰਪਾ ਨਾਲ ਮਤਲਬ ਮੇਰਾ ਬੜਾ ਵੱਡਾ ਤਾਂ ਕਬੂਤਰਬਾਜ਼ੀ 'ਚ ਮੇਰਾ ਨਾਂ ਬਣਿਆ ਉਹਨਾਂ ਦੀ ਬਦੌਲਤ ਅਤੇ ਉਹਨਾਂ ਦੀ ਬਦੌਲਤ ਮੈਂ ਅੱਜ ਤੱਕ ਬਾਈ ਗੁਰਮੀਤ ਦੀ ਬਦੌਲਤ ਅਤੇ ਮਤਲਬ ਮੇਰੀ ਬਾਈ ਮੇਰਾ ਭਰਾ ਵੀ ਹੈ ਮੇਰਾ ਪਿਓ ਵੀ ਹੈ ਉੱਧਰ ਮੇਰੀ ਭਰਜਾਈ ਵੀ ਹੈ ਅਤੇ ਮੇਰੀ ਮਾਂ ਵੀ ਹੈ ਮੈਂ ਉਹਨਾਂ ਨੂੰ ਮਾਂ ਪਿਓ ਦੇ ਮਤਲਬ ਜੇ ਮੇਰੇ ਮਾਂ ਪਿਓ ਤੋਂ ਬਾਅਦ ਕਿਸੇ ਨੂੰ ਮੈਂ ਰੱਖਦਾ ਤਾਂ ਬਾਈ ਗੁਰਮੀਤ ਅਤੇ ਬਾਈ ਗੁਰਮੀਤ ਦੇ ਘਰੋਂ ਮਤਲਬ ਉਹਨਾਂ ਨੂੰ ਰੱਖਦਾ ਤੀਜਾ ਬੰਦਾ ਮੇਰਾ ਭਰਾ ਬੈਠਾ ਸੌਖਾ ਪਥਰਾਲਾ ਮਤਲਬ ਇਹ ਮਤਲਬ ਤਿੰਨ ਚਾਰ ਬੰਦਿਆਂ ਦਾ ਮੇਰੀ ਜ਼ਿੰਦਗੀ 'ਚ ਵੱਧ ਸਹਿਯੋਗ ਹੈ ਇਹਨਾਂ ਨੂੰ ਮੈਂ ਮਤਲਬ ਇਹ ਚਾਹੁੰਦਾ ਵੀ ਜਿੰਨਾ ਚਿਰ ਮੇਰਾ ਆਖਰੀ ਸਾਹ ਨਹੀਂ ਆਉਂਦਾ ਇਹ ਬੰਦੇ ਮੇਰੇ ਨਾਲ ਹੋਣ ਮਤਲਬ ਇੰਨਾ ਮੈਨੂੰ ਇਹਨਾਂ ਬੰਦਿਆਂ ਨਾਲ ਪਿਆਰ ਹੈ ਅਤੇ ਉਹ ਬੰਦਿਆਂ ਨੇ ਮਤਲਬ ਬਈ ਮੈਨੂੰ ਨਾਲ ਆਪਦੇ ਜੋੜਿਆ ਮੈਨੂੰ ਖੇਡ ਦੱਸੀ ਮੇਰੇ ਨਾਲ ਜੁੜੇ ਉਹਨਾਂ ਨੇ ਮੈਨੂੰ ਆ ਮਤਲਬ ਦੱਸਣ ਲੱਗੇ ਤਾਂ ਮੇਰੇ ਨਾਲ ਲੋਕ ਜੁੜੇ ਜਦੋਂ ਮੈਂ ਉਹਨਾਂ ਕੋਲ ਜਾਣ ਲੱਗਿਆ ਮੈਂ ਕੋਈ ਕੰਮ ਨਹੀਂ ਕਰਦਾ ਸੀ ਮਤਲਬ ਅੱਜ ਦੇ ਟਾਈਮ 'ਤੇ ਮਤਲਬ ਆਪਾਂ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਹਾਂ ਮਤਲਬ ਕਰੋੜਾਂ ਰੁਪਈਏ ਦਾ ਮੇਰਾ ਲੋਹਾ ਸੜਕ 'ਤੇ ਫਿਰਦਾ 2 ਲੱਖ ਰੁਪਈਆ ਮੈਂ ਹਰ ਮਹੀਨੇ ਤਨਖਾਹ ਦਿੰਦਾ ਬੰਦਿਆਂ ਨੂੰ ਅਤੇ 2 ਤੋਂ 2.5 ਲੱਖ ਰੁਪਈਆ ਮੈਂ ਬੈਂਕ 'ਚ ਕਿਸ਼ਤਾਂ ਦਿੰਦਾ ਮਤਲਬ ਵੀ ਮੇਰਾ 3-4 ਲੱਖ ਰੁਪਈਆ ਮੈਂ ਦੇ ਕੇ ਉਦੋਂ ਬਾਅਦ ਮੇਰੀ ਆਮਦਨ ਹੁੰਦੀ ਹੈ ਮਤਲਬ ਮੇਰਾ ਰੁਜ਼ਗਾਰ ਵੀ ਦਿੱਤਾ ਮਤਲਬ ਉਹ ਬੰਦਿਆਂ ਦੀ ਬਦੌਲਤ ਹੈ ਕਿਉਂਕਿ ਜੋ ਬੰਦੇ ਮੇਰੇ ਨਾਲ ਜੁੜੇ ਉਹ ਬੰਦੇ ਮਤਲਬ ਉਹਨਾਂ ਨੇ ਮੈਨੂੰ ਆਪਦਾ ਚੇਲਾ ਮੰਨਿਆ ਅਤੇ ਮੇਰੇ ਨਾਲ ਬਾਈ ਜਿਵੇਂ ਹੁਣ ਮਤਲਬ ਸੁੱਖਾ ਬਈ ਹੈ ਪਥਰਾਲੇ ਵਾਲਾ ਇਹਦਾ ਮੈਨੂੰ ਬਹੁਤ ਜ਼ਿਆਦਾ ਸਹਿਯੋਗ ਹੈ ਜਦੋਂ ਮੈਂ ਇਹਨੂੰ ਜੋ ਕੰਮ ਕਹਿਤਾ ਇਹਨੇ ਮੈਨੂੰ ਕਹਿ ਦੇਣਾ ਵੀ ਓਕੇ ਹੈ ਜੇ ਮੈਂ ਮਤਲਬ ਮੈਨੂੰ ਪੈਸੇ ਟੱਕੀ ਦੀ ਲੋੜ ਹੈ ਇਹ ਬੰਦੇ ਨੇ ਮੈਨੂੰ ਕਹਿ ਦੇਣਾ ਵੀ ਆ ਜਾ ਮੈਨੂੰ ਕਹਿ ਦੇਣਾ ਬਈ ਮੈਨੂੰ ਇੰਨੇ ਪੈਸਿਆਂ ਦੀ ਲੋੜ ਹੈ ਇਹਨੇ ਮੈਨੂੰ ਕਹਿ ਦੇਣਾ ਲੈ ਜਾ ਵੀ ਇਹ ਬੰਦੇ ਮਤਲਬ ਇਹਨਾਂ ਬੰਦਿਆਂ ਦੀ ਬਦੌਲਤ ਅੱਜ ਤੱਕ ਮੇਰਾ ਐਡਾ ਰੁਜ਼ਗਾਰ ਬਣਿਆ ਫਿਰ ਮਤਲਬ ਤੁਹਾਨੂੰ ਮੈਂ ਜਿਹੜੀ ਗੱਲ ਮੇਨ ਦੱਸਦਾ ਸੀ ਜਿਹੜੀ ਤੁਸੀਂ ਗੱਲ ਦੱਸਣ ਦੀ ਗੱਲ ਕਰਦੇ ਵੀ ਕੀ ਦੱਸਣੀ ਚਾਹੁੰਦਾ ਦੁਕਾਨ ਲੋਕਾਂ ਨੂੰ ਗੱਲ ਮੈਂ ਦੱਸਣੀ ਚਾਹੁੰਦਾ ਜਿਹੜੇ ਨਵੇਂ ਮੁੰਡੇ ਕਬੂਤਰਬਾਜ਼ ਆ ਜਾਂ ਜਿਹੜੇ ਹੁਣ ਕਬੂਤਰ ਡਾਉਂਦੇ ਆ ਵੀ ਤੁਹਾਡੇ ਸਿਰ 'ਤੇ ਕਿਸੇ ਨੇ ਤਲਵਾਰ ਨਹੀਂ ਧਰੀ ਤੁਹਾਡੇ ਕਿਸੇ ਨੇ ਮਤਲਬ ਕੋਈ ਤੁਹਾਡੇ 'ਤੇ ਦਬਾਅ ਨਹੀਂ ਜਦੋਂ ਤੁਸੀਂ ਕਿਸੇ ਨਾਲ ਜੁੜਨਾ ਚੰਗੇ ਬੰਦੇ ਨਾਲ ਜੁੜੋ ਦੇਖ ਕੇ ਆਪਦਾ ਮਨ ਬਣਾ ਕੇ ਮਤਲਬ ਚੰਗੇ ਬੰਦੇ ਨਾਲ ਜੁੜੋ ਚੰਗੇ ਬੰਦੇ ਨਾਲ ਜੁੜ ਕੇ ਚੰਗੇ ਬੰਦੇ ਨੂੰ ਗੁਰੂ ਧਾਰੋ ਉਹਦਾ ਚੰਗੇ ਤਰੀਕੇ ਨਾਲ ਤੁਸੀਂ ਵਰਤੋ ਚੰਗੇ ਤਰੀਕੇ ਨਾਲ ਮਤਲਬ ਵਰਤ ਕੇ ਅਤੇ ਉਹਦੇ ਨਾਲ ਇੰਨਾ ਕੁ ਤੁਹਾਡਾ ਵਰਤ ਵਰਤੇਵਾ ਹੋਣਾ ਚਾਹੀਦਾ ਵੀ ਆਖਰੀ ਸਾਹ ਤੱਕ ਉਹ ਬੰਦੇ ਨਾਲ ਤੁਸੀਂ ਵਰਤੋ ਜੇ ਕਿਸੇ ਨੂੰ ਗੁਰੂ ਕਹਿਤਾ ਤਾਂ ਉਹ ਗੁਰੂ ਰਹਿਣਾ ਚਾਹੀਦਾ ਉਹਨੂੰ ਮਾੜਾ ਨਹੀਂ ਕਿਸੇ ਕੋਲ ਕਹਿਣਾ ਚਾਹੀਦਾ ਹੁਣ ਮਤਲਬ ਅੱਜ ਦੀ ਮੰਡੀਰ ਕੀ ਕਰਦੀ ਹੈ ਮਤਲਬ ਗੁਰੂ ਕਹਿੰਦੀ ਹੈ ਵੀ ਇਹ ਮੇਰਾ ਗੁਰੂ ਹੈ ਸਵੇਰੇ ਕਿਸੇ ਗੱਲੋਂ ਮਤਲਬ ਪੈਸੇ ਟਕੇ ਵਜੋਂ ਖੇਡ ਵਜੋਂ ਦਫੇੜ ਪੈ ਗਿਆ ਮਤਲਬ ਉਹ ਤੋਂ ਬਾਅਦ ਜਾ 2 ਮਿੰਟ ਗੱਲ ਕਰਨ ਲਈ ਅਤੇ ਰਿਕਾਰਡਿੰਗਾਂ ਪਾਉਣ ਲੱਗ ਜਾਂਦੀ ਹੈ ਜਨਤਾ ਜਦੋਂ ਰਿਕਾਰਡਿੰਗਾਂ ਪਾਉਣ ਲੱਗ ਜਾਂਦੀ ਹੈ ਉਹ ਗੱਲ ਨਹੀਂ ਹੋਣੀ ਚਾਹੀਦੀ ਠੀਕ ਹੈ ਹਾਂ ਮੈਂ ਇਹ ਕਹਿਣਾ ਵੀ ਤੁਹਾਡੇ ਸਿਰ 'ਤੇ ਕਿਸੇ ਨੇ ਤਲਵਾਰ ਨਹੀਂ ਧਰੀ ਜਦੋਂ ਜੁੜਨਾ ਚੰਗੇ ਬੰਦੇ ਨਾਲ ਜੁੜੋ ਜਿਹਦੇ ਨਾਲ ਜੁੜ ਗਏ ਉਹਦੇ ਨਾਲ ਆਖਰੀ ਸਾਹ ਤੱਕ ਵਰਤੋ ਕਿਉਂਕਿ ਜਿੱਦਾਂ ਮਤਲਬ ਲੋਕ ਆਪਦਾ ਪਿਓ ਨਹੀਂ ਨਾ ਬਦਲ ਸਕਦੇ ਪਿਓ ਇੱਕ ਹੁੰਦਾ ਨਾ ਅੱਗੇ ਇੱਕ ਪਿਓ ਹੈ ਹਰੇਕ ਨੂੰ ਉਹਨਾਂ ਨੇ ਪਿਓ ਕਹਿ ਸਕਦਾ ਉੱਦਾਂ ਗੁਰੂ ਹੁੰਦਾ ਗੁਰੂ ਵੀ ਇੱਕ ਹੋਊਗਾ ਗੁਰੂ ਵੀ ਨਹੀਂ ਰੋਜ਼ ਰੋਜ਼ ਬਦਲੀਦਾ ਜੇ ਪਿਓ ਨਹੀਂ ਤੂੰ ਰੋਜ਼ ਬਦਲ ਸਕਦਾ ਗੁਰੂ ਵੀ ਨਹੀਂ ਬਦਲ ਸਕਦਾ ਮਤਲਬ ਠੀਕ ਹੈ ਜੇ ਪਿਓ ਹੈ ਤਾਂ ਪਿਓ ਨੂੰ ਮਤਲਬ
प्यो मनो गुरु नूं भी प्यो मनना चाहिए मतलब ये मेरी मतलब सोच है मतलब अपने कहन का विचार है फिर सुन मैं गल दसदा भी जिहड़ी कबूतरबाजी च जा रही है हुण कबूतरबाजी च देख के हुण मन के चलो जो जिहदा भी नाम बन जाता दुनिया उहदे मगर चल पैंदे उहदे मगर जां उहदी लत्त खिच्चण लग जांदे आ साडे नाल बंदे जुड़े सी मैं भी कहा भी भाई सानूं मतलब इन्ने इन्ने पैसे की लोड़ है मतलब साडा भरा एक मतलब बई राजू ने हरसिंगल उहनूं कहता 5 लाख भेज दे 5 लाख कहता मतलब अपना मित्र है मुंडा मतलब बई चन्ना शेखपुरे तो उहनूं कहता मतलब 5 लाख मतलब बंसा बई घणी वाला उहनूं कहता कुछ होर कहता जिन्ने जिन्ने मतलब बंदे सीगे साडे सर्कल च ते प्रधान ने मैनूं एक गल कहती भी जिहड़ा बंदा तां अज अपने नाल खड़ गया ਉਹਦਾ ਨੰਬਰ ਫੋਨ 'ਚ ਹੋਣਾ ਚਾਹੀਦਾ ਜਿਹੜਾ ਅੱਜ ਨਾ ਖੜਿਆ ਉਹਦਾ ਨੰਬਰ ਡਿਲੀਟ ਕਰ ਦੀ ਬਾਈਕਾਟ ਕਰ ਦੀ ਕਿਉਂਕਿ ਜਿਹੜੀ ਅਸੀਂ ਕਬੂਤਰਬਾਜੀ ਕਰਦੇ ਨਾ ਕਿਉਂਕਿ ਅਸੀਂ ਨਾ ਪੈਸੇ ਮਾਰੇ ਕਰਦੇ ਹਾਂ ਬਾਈ ਨਾ ਮੰਨ ਕੇ ਚੱਲ ਅਸੀਂ ਕਿਸੇ ਨਾ ਮਾਰੇ ਕਰਦੇ ਹਾਂ ਮਤਲਬ ਬਾਈ ਦਾ ਮਤਲਬ ਪ੍ਰਧਾਨ ਦਾ ਸਾਡੇ ਏਰੀਏ 'ਚ ਬੜਾ ਵੱਡਾ ਨਾਂ ਹੈ ਸਹੀ ਹੈ ਮਤਲਬ ਬੜਾ ਵੱਡਾ ਮਤਲਬ ਇਹਦਾ ਬਾਈ ਦਾ ਰੁਜ਼ਗਾਰ ਹੈ ਮਤਲਬ ਮੇਰਾ ਵੀ ਮਤਲਬ ਕਬੂਤਰਬਾਜੀ ਤੋਂ ਬਿਨਾਂ ਹੋਰ ਬਹੁਤ ਵੱਡਾ ਕੰਮ ਹੈ ਅਤੇ ਅਸੀਂ ਕਰਦੇ ਹਾਂ ਸ਼ੌਂਕ ਨੂੰ ਮਤਲਬ ਸ਼ੌਂਕ ਨੂੰ ਕੋਈ ਪੈਸੇ ਨਾਲ ਸਾਨੂੰ ਮੈਟਰ ਨਹੀਂ ਕਰਦਾ ਉਦੋਂ ਵੱਡੀ ਸਾਨੂੰ ਮਤਲਬ ਲਿਹਾਜ਼ ਵਾਲੀ ਵੱਡੀ ਹੈ ਕਬੂਤਰਬਾਜੀ ਨਾਲ ਚਲੋ ਜੀ ਸਾਡੇ ਯਾਰ ਮਿੱਤਰ ਸੀ ਜਿੰਨਾ ਜਿੰਨਾ ਅਸੀਂ ਜਿਹਨੂੰ ਕਿਹਾ ਮਤਲਬ ਸਾਡੇ ਅਕਾਊਂਟ 'ਚ ਫੁੱਲ ਹੋ ਗਏ ਪੈਸੇ ਪ੍ਰਧਾਨ ਕਹਿੰਦਾ ਵੀ ਓਕੇ ਹੈ ਬਹੁਤ ਹੈ ਇੰਨੇ ਸਭ ਨੂੰ ਸਾਡੇ ਨਾਲ ਬੰਦੇ ਬਾਈ ਸਾਡੇ ਖੜ੍ਹੇ ਹੁਣ ਮਤਲਬ ਅਸੀਂ ਇਹੀ ਕਹਿੰਦੇ ਹਾਂ ਵੀ 10-20 ਫੋਨ ਰੋਜ਼ ਦੇ ਪ੍ਰਧਾਨ ਨੂੰ ਆਉਂਦੇ ਆ ਲੋਕ ਮਿਲਦੇ ਆ ਮੈਨੂੰ ਫੋਨ ਕਰਦੇ ਆ ਮਤਲਬ ਬਾਹਲੇ ਲੋਕਾਂ ਨੂੰ ਪਤਾ ਨਹੀਂ ਕਿਉਂਕਿ ਮੇਰੀ ਫੇਸਬੁੱਕ ਅਤੇ ਵਟਸਐਪ ਅਤੇ ਡੀ ਪੀ ਹੈ ਸਾਡੀ ਇਕੱਠੀ ਲੱਗੀ ਹੈ ਉਹ ਪਤਾ ਨਹੀਂ ਲੱਗਦਾ ਲੋਕਾਂ ਨੂੰ ਵੀ ਸੁੱਖਾ ਕੌਣ ਹੈ ਸੁਖਵਿੰਦਰ ਕੌਣ ਹੈ ਪਤਾ ਨਹੀਂ ਲੱਗਦਾ ਉਹ ਮੈਨੂੰ ਲੋਕ ਫੋਨ ਕਰਦੇ ਬਾਈ ਸੁੱਖਾ ਤੂੰ ਹੈ ਅਸੀਂ ਮਿਲਣਾ ਹੈ ਅਸੀਂ ਤੇਰੇ ਕੋਲ ਆਉਣਾ ਹੈ ਮਤਲਬ ਐਂ ਕਰਨਾ ਹੈ ਮਤਲਬ ਜਿਹੜਾ ਸਾਡਾ ਮਤਲਬ ਇਹ ਹੈ ਕਹਿਣ ਦਾ ਮੈਸੇਜ ਮਤਲਬ ਜਿਵੇਂ ਤੂੰ ਕਿਹਾ ਕਿਉਂਕਿ ਵੀ ਕੀ ਗੱਲ ਦੱਸਣੀ ਅਸੀਂ ਇਹ ਕਹਿੰਦੇ ਹਾਂ ਵੀ ਜਿਹਦੇ ਨਾਲ ਜੁੜਨਾ ਕੋਈ ਤੁਹਾਡੇ ਸਿਰ 'ਤੇ ਤਲਵਾਰ ਨਹੀਂ ਤੇਰੀ ਸੋਚ ਸਮਝ ਕੇ ਚੰਗੇ ਬੰਦੇ ਨਾਲ ਜੁੜੋ ਠੀਕ ਹੈ ਪਿੰਡ ਤੱਕ ਜਾਵੇ ਚੰਗੇ ਨਾਲ ਜੁੜਨਾ ਹੈ ਦੁੱਖਦੇ ਸੁੱਖਦੇ ਹਾਂ ਦੁੱਖਦੇ ਸੁੱਖਦੇ ਤੁਹਾਡੇ ਕੰਮ ਆਵੇ ਮਤਲਬ ਅਸੀਂ ਕਬੂਤਰਬਾਜੀ ਨੂੰ ਮਤਲਬ ਲਿਹਾਜ਼ ਵੱਡੀ ਕਹਿੰਦੇ ਹਾਂ ਸਾਡੀ ਮਤਲਬ ਕਬੂਤਰਬਾਜੀ ਕਰਕੇ ਬੜੇ ਬੰਦਿਆਂ ਨਾਲ ਲਿਹਾਜ਼ ਪਈ ਹੈ ਸਾਡੇ ਹਰ ਇੱਕ ਬੰਦਾ ਲਿਹਾਜ਼ 'ਚ ਕੰਮ ਆਇਆ ਬੜੇ ਬੰਦੇ ਹੈ ਮਤਲਬ ਸਾਨੂੰ ਫੋਨ ਆਏ ਵੀ ਅਰੇ ਡਿਫਾਲਟਰ ਬੰਦਾ ਤੁਹਾਡੇ ਨਾਲ ਫੋਟੋ 'ਚ ਖੜਾ ਹੈ ਮਤਲਬ ਅਸੀਂ ਮਾੜੇ ਮਤਲਬ ਡਿਫਾਲਟਰ ਬੰਦੇ ਨਾਲ ਅਸੀਂ ਫੋਟੋ ਵੀ ਨਹੀਂ ਕਰਾਉਂਦੇ ਪਰ ਅਸੀਂ ਉਹ ਬੰਦਿਆਂ ਨੂੰ ਉਹੋ ਜਿਹੇ ਤਰੀਕੇ ਨਾਲ ਅਸੀਂ ਮਤਲਬ ਹੁਣ ਮੈਂ ਤੁਹਾਡੇ ਚੈਨਲ 'ਤੇ ਦੱਸ ਦੇਣਾ ਤੁਹਾਨੂੰ ਸਾਨੂੰ ਦੱਸ ਦੇਣਾ ਮੈਨੂੰ ਬਾਈ ਗੁਰਮੀਤ ਨੇ ਗੱਲ ਦੱਸੀ ਹੈ ਵੀ ਜਦੋਂ ਤੈਨੂੰ ਪਤਾ ਲੱਗੇ ਵੀ ਆਹ ਬੰਦਾ ਤੇਥੋਂ ਕਬੂਤਰ ਮੰਗੂਗਾ ਆਹ ਬੰਦਾ ਤੈਨੂੰ ਮਤਲਬ ਤੰਗ ਕਰਦਾ ਹੈ ਵੀ ਇਹ ਬੰਦਾ ਸਾਲਾ ਕਬੂਤਰਾਂ ਤੱਕ ਹੀ ਤੈਨੂੰ ਫੋਨ ਕਰਦਾ ਹੁਣ ਮਤਲਬ ਮੈਨੂੰ ਲੋਕ ਮੈਸੇਜ ਕਰਦੇ ਹੈ ਮਤਲਬ ਵਟਸਐਪ 'ਤੇ ਮੈਸੇਂਜਰ 'ਤੇ ਫੇਸਬੁੱਕ 'ਤੇ ਕਰਦੇ ਹੈ ਇੰਸਟਾਗ੍ਰਾਮ 'ਤੇ ਕਰਦੇ ਹੈ ਬਾਈ ਕੀ ਹਾਲ ਹੈ ਬਾਈ ਕਿਵੇਂ ਹੈ ਬਾਈ ਬਾਪੂ ਬੇਬੇ ਠੀਕ ਹੈ ਵੀ ਮੈਂ ਕਹਿ ਦਿੰਦਾ ਵੀ ਬਾਈ ਜੀ ਮੇਰੇ ਨਾਲ ਮਤਲਬ ਹੈ ਤੁਹਾਨੂੰ ਵੀ ਬਾਪੂ ਬੇਬੇ ਨਾਲ ਤਾਂ ਕੋਈ ਮਤਲਬ ਨਹੀਂ ਤੁਹਾਨੂੰ ਵੀ ਚਲੋ ਠੀਕ ਹੈ ਇੱਜ਼ਤ ਮਾਨ ਨਾਲ ਇੱਕ ਦਿਨ ਪੁੱਛ ਲਿਆ ਮਤਲਬ ਉਹਨਾਂ ਦਾ ਕੀ ਕੰਮ ਹੁੰਦਾ ਰੋਜ਼ ਉਹਨਾਂ ਨੇ ਸਵੇਰੇ ਕਹਿਣਾ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਜੀ ਬਾਪੂ ਬੇਬੇ ਠੀਕ ਹੈ ਮੈਨੂੰ ਪਤਾ ਲੱਗ ਜਾਂਦਾ ਵੀ ਇਹ ਬਾਪੂ ਬੇਬੇ ਵਾਲਿਆਂ ਨੇ ਕਬੂਤਰ ਮੰਗਣੇ ਹੈ ਤੇ ਉਹ ਬਾਈ ਜੀ ਮੇਰੇ ਬਾਈ ਨੇ ਉਸਤਾਦ ਨੇ ਬਾਈ ਗੁਰਮੀਤ ਨੇ ਲਾਲ ਬਾਈ ਨੇ ਮੈਨੂੰ ਗੱਲ ਇਹ ਦੱਸੀ ਹੈ ਮੇਰੇ ਚਾਚਾ ਜੀ ਨੇ ਵੀ ਦੱਸੀ ਹੈ ਦਰਸ਼ਨ ਜੈ ਸਿੰਘ ਜਿਹਦੇ ਮੈਂ ਕਬੂਤਰ ਆਉਂਦਾ ਹੁਣ ਜਦੋਂ ਮੈਨੂੰ ਪਤਾ ਲੱਗਿਆ ਵੀ ਇਹ ਮੈਂ ਤੁਹਾਨੂੰ ਕਬੂਤਰ ਮੰਗੂ ਮੈਂ ਉਹਨੂੰ ਕਹਿ ਦਿੰਦਾ ਵੀ ਬਾਈ ਵੀ ਮੈਨੂੰ 1,00,000 ਰੁਪਏ ਦੀ ਬਾਈ ਲੋੜ ਹੈ ਮੈਨੂੰ ਭੇਜੀ ਸਾਲੇ ਦਾ ਫੋਨ ਨਹੀਂ ਆਉਂਦਾ ਮੁੜ ਕੇ ਫਿਰ ਉਸ ਮੈਸੇਜ ਵੀ ਨਹੀਂ ਆਉਂਦਾ ਨਾ ਮੈਸੇਜ ਆਉਂਦਾ ਹੈ ਜਿਹੜੇ ਤਾਂ ਕੋਈ ਬਾਹਲੇ ਚਤਰ ਚਲਾਕ ਉਹ ਤਾਂ ਕਹਿੰਦੇ ਬਾਈ ਜਿਹੜਾ ਕੰਮ ਮੰਦਾ ਹੈ ਫਲਾਣੇ ਤੱਕ ਪਰਸੋਂ ਤੱਕ ਭੇਜਾਂਗੇ ਕੱਲ੍ਹ ਤੱਕ ਭੇਜਾਂਗੇ ਐਂ ਕਰਾਂਗੇ ਉਹ ਤਾਂ ਚਲੋ 1-2 ਦਿਨਾਂ ਬਾਅਦ ਕੰਨੀ ਛਡਾ ਜਾਂਦੇ ਜਿਹੜੇ ਜਮੀ ਐਂ ਹੁੰਦਾ ਵੀ ਅੱਜ ਸੁਖਵਿੰਦਰ ਦਾ ਸੁੱਖੇ ਦਾ ਹਾਲ ਪੁੱਛ ਲਾ ਕੱਲ੍ਹ ਨੂੰ ਕਬੂਤਰ ਲਿਆਉਣੇ ਜਾ ਕੇ ਉਹ ਭੱਜ ਜਾਂਦੇ ਆ ਅਸੀਂ ਸਾਡੇ ਕੋਲ ਇੱਕ ਨਹੀਂ 100 ਟਰਿਕ ਹੈ ਬੰਦਾ ਦਵਲਣ ਦਾ ਅਸੀਂ 100 ਟਰਿਕ ਨਾਲ ਬੰਦਾ ਦਵਲਣੇ ਹਾਂ ਫਿਰ ਜਿਹਦੇ ਨਾਲ ਸਾਡਾ ਪਿਆਰ ਪੈ ਗਿਆ ਹੁਣ ਮਤਲਬ ਸਾਡਾ ਕਈ ਬੰਦਿਆਂ ਨਾਲ ਪਿਆਰ ਹੈ ਮਤਲਬ ਉਹ ਸਾਤੂ ਬਾਈ ਜੀ ਸਾਡੀ ਕਬੂਤਰ ਤੱਕ ਹੀ ਸਾਡੀ ਜਾਨ ਵੀ ਲੈ ਜਾਂਦੀ ਜਾਨ ਵੀ ਦੇ ਦਿੰਦੇ ਵਰਤ ਵਰਤਾਵਾ ਬਾਈ ਜਿਹੜਾ ਲੰਬਾ ਚੱਲੀ ਜਾਂਦਾ ਉਹੀ ਤੈਨੂੰ ਗੱਲ ਦੱਸਦਾ ਵੀ ਅੱਗੇ ਮੈਂ 11 ਸਾਲ ਹੋ ਗਏ ਮੈਨੂੰ ਤਪੱਸਿਆ ਕਰਦੇ ਨੂੰ ਮਤਲਬ 11 ਸਾਲਾਂ 'ਚ ਮੈਂ ਕਬੂਤਰ ਰੱਖੇ ਫਿਰ ਬਾਈ ਗੁਰਮੀਤ ਨਾਲ ਜੁੜਿਆ ਫਿਰ ਮੈਂ ਐਡਾ ਸਟੈਂਡ ਰੱਖਿਆ ਵੀ ਮੈਂ ਮਤਲਬ ਕਿਸੇ ਦੇ ਖੁੱਡੇ 'ਚ ਜਾ ਕੇ ਅੱਜ ਤੱਕ ਕਬੂਤਰ ਨਹੀਂ ਦੇਖਿਆ ਕਿਸੇ ਤੋਂ ਮੈਂ ਅੱਜ ਤੱਕ ਲਿਆਂਦਾ ਨਹੀਂ ਮਤਲਬ ਕਿਸੇ ਨੂੰ ਮੈਂ ਦਿੱਤਾ ਵੀ ਨਹੀਂ ਮੇਰੇ ਖਾਸ ਬੰਦਿਆਂ ਤੋਂ ਬਿਨਾਂ ਮਤਲਬ ਇੱਕ ਮੁੰਡਾ ਆਇਆ ਦੀਪਾ ਹੇਰਾ ਪਿੰਡ ਆ ਉਹਦਾ ਉਹਨੂੰ ਕਬੂਤਰ ਦਿੱਤੇ ਇੱਕ ਮੁੰਡਾ ਸੁੱਖ ਹੈ ਬਦੀਨਪੁਰ ਵਾਲਾ ਉਹਨੂੰ ਦਿੱਤੇ ਇੱਕ ਮੁੰਡਾ ਹੈ ਮਤਲਬ ਰਾਣਾ ਸੰਗਾਲਾ ਪਿੰਡ ਹੈ ਖੰਨੇ ਕੋਲ ਉਹਨਾਂ ਨੂੰ ਕਬੂਤਰ ਦਿੱਤੇ ਅੱਜ ਤੱਕ ਆਪਾਂ ਤੇਰੇ ਚੈਨਲ 'ਤੇ ਆ ਮਤਲਬ ਹੱਥ ਖੜਾ ਕਰਕੇ ਅੱਗੇ ਕਹਿੰਦੇ ਹਾਂ ਵੀ ਕੋਈ ਵੀ ਬੰਦਾ ਪੂਰੇ ਇੰਡੀਆ ਤੋਂ ਛੱਡ ਜਿੰਨੇ ਵੀ ਮੁਲਕ ਬਾਹਰ ਪੰਜਾਬੀ ਮੁੰਡੇ ਕਬੂਤਰ ਰੱਖਦੇ ਆ
ਅੱਜ ਤੱਕ ਕਿਸੇ ਬੰਦੇ ਨੂੰ ਮੈਂ ਕਬੂਤਰ ਵੇਚਿਆ ਹੋਵੇ, ਅੱਜ ਤੱਕ ਕਿਸੇ ਬੰਦੇ ਨੂੰ ਗੇਮ ਦੱਸਣ ਦਾ ਰੁਪਈਆ ਲਿੱਤਾ ਹੋਵੇ, ਅੱਜ ਤੱਕ ਕਿਸੇ ਨੂੰ ਮਤਲਬ ਚੇਲਾ ਬਣਾਉਣ ਦਾ ਕੋਈ ਰੁਪਈਆ ਲਿੱਤਾ ਹੋਵੇ, ਆਪਣੇ ਮੂੰਹ 'ਤੇ ਥੁੱਕਦੇ ਬੰਦਾ ਜੇ ਅੱਜ ਤੱਕ ਆਪਾਂ ਕਿਤੋਂ ਪੈਸਾ ਲਿੱਤਾ। ਹਾਂ ਠੀਕ ਹੈ, ਜੇ ਮੈਨੂੰ ਲੋੜ ਹੈ ਮੈਂ ਕਹਿ ਦੇਣਾ ਵੀ ਮੈਨੂੰ ਧਾਰੇ ਸੁਧਾਰੇ ਪਾ ਦੇ, ਫਿਰ ਉਹ ਚੱਲੇ ਜਿੱਦਾਂ ਮੇਰਾ ਕੰਮ ਸੈੱਟ ਆ ਗਿਆ ਮੈਂ ਤੈਨੂੰ ਮੋੜ ਦੂੰ। ਕਿਉਂਕਿ ਹੁਣ ਦੇਖ ਮੇਰਾ ਜਿਹੜਾ ਕੰਮ ਹੈ, ਮੇਰਾ ਟਰਾਂਸਪੋਰਟ ਦਾ ਕੰਮ ਹੈ, ਮਤਲਬ ਅੱਗੇ ਸਾਡੇ ਕੋਲ ਕੀ ਸਿਸਟਮ ਹੈ, ਸਾਡੇ ਕੋਲ ਕਈ ਵਾਰ ਬਈ ਖਾਤੇ 'ਚ ਮਤਲਬ ਲੱਖ ਤੋਂ ਲੱਖ ਰੁਪਈਆ ਆ ਜਾਂਦਾ, ਕਈ ਵਾਰ ਮਤਲਬ ਭਰਾਵਾ ਸਾਡੇ ਕੋਲ ਨਹੀਂ ਵੀ ਹੁੰਦੇ, ਕਈ ਵਾਰ ਅਸੀਂ ਹਾਂ ਮਤਲਬ ਸਾਡਾ ਹੁਣ ਕੀ ਹੈ, ਸਾਡਾ 5-7 ਲੱਖ ਰੁਪਈਏ ਦਾ ਪੰਪ ਤੋਂ ਤੇਲ ਵੀ ਉਧਾਰ ਪੈਂਦਾ ਮਹੀਨੇ ਦਾ, 5-7 ਲੱਖ ਰੁਪਈਆ ਸਾਡਾ ਮਤਲਬ ਕਿਸ਼ਤਾਂ ਦਾ ਵੀ ਦੇਣਾ ਹੁੰਦਾ, ਲੇਬਰ ਦਾ ਦੇਣਾ ਹੁੰਦਾ, ਮਤਲਬ ਸਾਡਾ ਜਿਹੜਾ ਪ੍ਰੋਪਰ ਕੰਮ ਇਹ ਹੈ ਵੀ ਅੱਜ ਤੱਕ ਤੇਰੇ ਚੈਨਲ ਤੇ ਹੱਥ ਖੜਾ ਕਰਕੇ ਕਹਿੰਦਾ ਅਸੀਂ ਸਾਲੇ ਵਪਾਰੀ ਨਹੀਂ, ਅਸੀਂ ਦਿਲ ਦੇ ਸ਼ੌਂਕ ਦੇ ਖਿਡਾਰੀ ਹੈ। ਸਹੀ ਗੱਲ ਹੈ, ਚੱਲਦਾ ਰਹਿੰਦਾ ਦੁਨੀਆ ਲਈ ਰਹੀ ਜਾਂਦੀ ਹੈ। ਮੈਂ ਜਿਵੇਂ ਤੈਨੂੰ ਦੱਸੀ ਹੈ ਨਾ ਗੱਲ ਬਈ, ਉਹ ਚੀਜ਼ ਹੈ। ਤੇ ਬਾਈ ਨਾਲ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ, ਤੇ ਅਗਲੀ ਵੀਡੀਓ ਲੈ ਕੇ ਆਪਾਂ ਜਿਹੜੀ ਬਹੁਤ ਜਲਦੀ ਹਾਜ਼ਰ ਹੋਵਾਂਗੇ, ਤੇ ਹੁਣ ਆਪਾਂ ਜਿਹੜੀ ਕਬੂਤਰਾਂ ਦੀ ਵੀਡੀਓ ਤੁਹਾਨੂੰ ਅਗਲੀ ਆਊਗੀ ਜੀ, ਤੇ ਮਿਲਦੇ ਆਪਾਂ ਬਹੁਤ ਛੇਤੀ, ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ।